ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਅੱਜ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਗੱਲਾਂ ਬਾਤਾਂ ਦੇ ਵਿੱਚ ਵਿੱਚ ਅਸੀਂ ਕਿਸੇ ਵੇਲੇ ਇੱਧਰ ਉੱਧਰ ਦਿਨ ਧਿਆਰ ਦੀਆਂ ਗੱਲਾਂ ਕਰਨ ਲੱਗ ਪੈਨੇ ਆ ਉਹਨੂੰ ਤੁਸੀਂ ਪਸੰਦ ਵੀ ਕਰਦੇ ਹੋ ਉਹਦੇ ਲਈ ਧੰਨਵਾਦੀ ਹਾਂ ਤੇ ਅਡਵਾਂਸ ਦੇ ਵਿੱਚ ਹੀ ਮੈਨੂੰ ਇਹ ਸੀ ਪੀਸੀ ਇੱਕ ਰਾਂ ਥੋੜੀ ਬਹੁਤ ਦੀਵਾਲੀ ਦੀ ਗੱਲ ਵੀ ਕਰਨੀ ਇਸ ਕਰਕੇ ਮੈਂ ਮੌਲਜਾ ਬਣਾ ਰਿਹਾ ਸੀ ਨਾਲ ਆਪਣੇ ਵੀਰ ਪਰਮਵੀਰ ਬਾਠੂਰੀ ਕੀ ਹਾਲ ਨੇ ਬਾਠਾ ਸਾਹਿਬ ਚੜਦੀ ਕਲਾ ਜੀ ਸੰਧਾਲੀਆ ਸਾਹਿਬ ਸਤਿ ਸ੍ਰੀ ਅਕਾਲ ਸਸਰੀ ਕਾਲ ਮਹਾਰਾਜ ਗੱਲ ਇਹ ਆ ਕਿ ਵੀ ਐਤ ਕੀ ਦਾ ਮਤਲਬ ਫਿਰ ਚੋਰੀ ਛਿਪੇ ਪਟਾਕੇ ਲਾ ਕੇ ਤੇ ਫਿਰ ਦੀਵਾਲੀ ਮਨਾਉਂਗੇ ਹੈਨਾ ਨਹੀਂ ਸੰਧਾਲੀਆ ਸਭ ਇਹ ਤਾਂ ਹੁਣ ਪਟਾਕੇ ਤਾਂ ਦੇਖੋ ਦੋ ਕਾਰਨ ਕਰਕੇ ਇੱਕ ਤਾਂ 10-12 ਸਾਲ ਹੋ ਗਿਆ ਪਹਿਲੇ ਨਹੀਂ ਚਲਾਏ ਜਦੋਂ ਸੁਰਤ ਆ ਗਈ ਸੀ ਕਿ ਭਾਈ ਪ੍ਰਦੂਸ਼ਣ ਹੁੰਦਾ ਦੂਸਰੀ ਗੱਲ ਤੁਸੀਂ ਕਿਸੇ ਦੁਕਾਨਦਾਰ ਨੂੰ ਪੁੱਛ ਲਓ ਤੁਸੀਂ ਕਿਸੇ ਸੁਧਾਰਨ ਬੰਦੇ ਨੂੰ ਪੁੱਛ ਲਓ ਮੈਂ ਲੀਡਰਸ਼ਿਪ ਦੀ ਨਹੀਂ ਗੱਲ ਕਰਦਾ ਉਹ 90% ਲੋਕਾਂ ਦੀ ਗੱਲ ਕਰਦਾ ਪਟਾਕਿਆਂ ਨੂੰ ਤਾਂ ਹੱਥ ਹੀ ਨਹੀਂ ਲੱਗਦਾ ਮਰਾਜ ਜਿੰਨੀ ਮਹਿੰਗਾਈ ਹੋਈ ਹੈ ਨਾ ਜੇਬ ਦੇ ਉਂ ਪਟਾਕੇ ਚੱਲੇ ਉਹ ਆ ਜਣੀ ਉਹ ਜਿਹੜੇ ਪਟਾਕੇ ਚੱਲਦੇ ਉਹਨੂੰ ਦੀਵਾਲੀ ਵਾਲੇ ਦਿਨ ਦੀ ਲੋੜ ਨਹੀਂ ਉਹਨੂੰ ਕਿਸੇ ਖਾਸ ਦਿਨ ਦੀ ਲੋੜ ਨਹੀਂ ਰੋਜ਼ ਹੀ ਪਟਾਕੇ ਚੱਲਦੇ ਆ ਤੁਸੀਂ ਆਲੂ ਲੈਣ ਚੱਲ ਜਾਓ ਤੁਸੀਂ ਸਮਾਨ ਲੈਣ ਚੱਲ ਜਾਓ ਬਾਜ਼ਾਰੋਂ ਕੋ ਹੋਰ ਤਾਂ ਬੰਦਾ ਆਉਂਦੇ ਹੋਏ ਐ ਲੱਗਦਾ ਜਿੱਦਾਂ ਦੀਵਾਲੀ ਤੋਂ ਦੂਜੇ ਦਿਨ ਅੱਗੇ ਨਹੀਂ ਉਹ ਫੁੱਲਚੜੀਆਂ ਦੀ ਸੀਖ ਨਹੀਂ ਆ ਪਈਆਂ ਹੀਆਂ ਧੌਂਖੀਆਂ ਜੀਆਂ ਉਹ ਬੰਦਾ ਚੱਲੀ ਫੁੱਲਚੜੀ ਦੀ ਸੀਖ ਵਰਗਾ ਹੋ ਕੇ ਮੁੜਦਾ ਹੀ ਇਹ ਹੈ ਨਾ ਮੱਲਬੀ ਮਗਾਈ ਦਾ ਕਰਕੇ ਬੰਦਾ ਸੋਏਦਾ ਵੀ ਵੀਰ ਵੈਸੇ ਬਚਾ ਲਓ ਇਹ ਨਾਵੇ ਪਿਆਜ ਦੀ ਦੀਵਾਲੀ ਦੇ ਚੱਕਰ ਚ ਬਾਅਦ ਚ ਪਟਾਕੇ ਆਪਣੇ ਪੈ ਜਾਣ ਹਨਾ ਪਰ ਇਹ ਜਿਹੜਾ ਮਗਾਈ ਵਾਲਾ ਕੰਮ ਹੈ ਮੈਂ ਨਾ ਵੀ ਚਲੋ ਫਿਰ ਵੀ ਇਸ ਕਰਕੇ ਰੁਕ ਜਾ ਵੀ ਸਹੀ ਹੈ ਕਿਉਂ ਵੈਸੇ ਸੁਣ ਚ ਤੇ ਇਹੀ ਆ ਰਿਹਾ ਬਾਕੀ ਤੇ ਹੁਣ ਤੁਸੀਂ ਦੱਸੋਗੇ ਵੀ ਇੱਕ ਤੇ ਗ੍ਰੀਨ ਪਟਾਕੇਆਂ ਵਾਲਾ ਚੱਕਰ ਹੈ ਤੇ ਸਿਰਫ ਸਮਾਂ ਵੀ 2 ਘੰਟੇ ਦਾ ਹੀ 8 ਤੋਂ 10 ਦਾ ਜਿਹੜੇ ਤੁਸੀਂ ਚਲਾ ਸਕਦੇ ਹੋ ਤੇ ਜਿਹੜੇ ਬੰਦਿਆਂ ਨੇ ਵੇਚਣੇ ਆ ਪਟਾਕੇ ਉਹੀ ਚੰਦ ਦੁਕਾਨਾਂ ਦੇ ਕੋਲ ਹੀ ਲਾਇਸੈਂਸ ਹੋਊਗਾ ਤੇ ਜਿਹੜਾ ਲਾਇਸੈਂਸ ਡਿਆ ਬੰਦਾ ਉਹੀ ਵੇਚ ਸਕਦਾ ਦੂਸਰਾ ਵੇਚ ਨਹੀਂ ਸਕਦਾ ਇਦਾਂ ਦੀ ਗੱਲ ਬਾਤ ਨਹੀਂ ਹੈਗੀ ਆ ਜੀ ਕਾਫੀ ਦੇਖੋ ਆਮ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਸਮੱਸਿਆ ਬੜੀ ਆਉਂਦੀ ਸੀ ਸੰਧਾਲੀਆ ਸਾਹਿਬ ਉਹ ਸਮੱਸਿਆ ਇਹ ਆਉਂਦੀ ਕਿ ਸ਼ਹਿਰਾਂ ਦੇ ਵਿਚਾਲੇ ਵਿੱਚ ਵਿਚਾਲੇ ਜੇ ਪਟਾਕਿਆਂ ਦੇ ਵੱਡੇ ਵੱਡੇ ਗਡਾਊਨ ਦੁਕਾਨਾਂ ਦੇ ਵਿੱਚ ਹਜ਼ਾਰਾਂ ਪਟਾਕਾ ਪਿਆ ਮਾੜੀ ਜੀ ਕਿਤੇ ਆ ਕੇ ਕੋਸ਼ਰਲੀ ਡਿਗ ਪੈਣੀ ਕਿਤੇ ਕੋ ਚੰਗਿਆੜਾ ਲੱਗ ਪਣਾ ਕੋ ਬੀੜੀ ਬੱਤੀ ਆੜ ਕਰਕੇ ਹੋ ਜਾਣਾ ਆਪਾਂ ਨੂੰ ਪਤਾ ਕਿ ਅੱਗ ਲੱਗਣ ਦੇ ਕਰਕੇ ਕਿੰਨੀਆਂ ਘਟਨਾਵਾਂ ਘਟਦੀਆਂ ਸੀ ਆਪਾਂ ਜਾਨੀ ਨੁਕਸਾਨ ਵੀ ਦੇਖੇ ਪ੍ਰਸ਼ਾਸਨ ਨੇ ਵੈਸੇ ਪਿਛਲੇ ਸਾਲਾਂ 'ਚ ਵੀ ਯਤਨ ਕੀਤਾ ਐਲਕੀ ਵੀ ਕੀਤਾ ਕਿ ਭਾਈ ਸ਼ਹਿਰਾਂ ਦੇ ਬਾਹਰਲੇ ਪਾਸੇ ਕਿ ਥਾਣੇ ਰਧਾਰਤ ਕਰਨੀ ਆ ਪਟਾਕੇ ਉੱਥੇ ਵਿਕ ਸਕਦੇ ਆ ਲਾਇਸੈਂਸ ਹੋਊਗਾ ਪਟਾਕੇ ਗ੍ਰੀਨ ਹੀ ਹੋ ਸਕਦੇ ਆ ਜਿਹੜੇ ਪ੍ਰਦੂਸ਼ਣ ਥੋੜਾ ਕਰਨ ਪਟਾਕੇ ਵੱਜਣੇ ਵੀ ਥੋੜਾ ਸਮਾਂ ਹੈ ਥੋੜੀ ਗੱਲ ਠੀਕ ਹੈ ਪਰ ਜਿੰਨੇ ਮਹਿੰਗੇ ਆ ਨਾ ਸੰਧਾਲੀਆ ਸਾਹਿਬ ਮੈਂ ਕਹਿੰਨਾ ਕਿ ਆਮ ਬੰਦੇ ਦੇ ਵਿੱਚੋਂ ਤਾਂ ਨਹੀਂ ਕੋ ਹੋ ਸਕਦਾ ਜਿਹੜਾ 2 ਘੰਟੇ ਪਟਾਕੇ ਜਲਾ ਦੇਵੇ ਜਿੰਨੀ ਕੋਸਟਾ ਜਿੰਨੇ ਹਾਲਾਤ ਮਾੜੇ ਨੇ ਜਿੰਨੀ ਲੋਕਾਂ ਦੀ ਖਰੀਦ ਸ਼ਕਤੀ ਘਟੀ ਉਹ 2 ਘੰਟੇ ਪਟਾਕੇ ਕਿਹੜੇ ਚਲਾ ਲੂਗਾ ਵੀ 15 ਨਹੀਂ ਹੱਦ ਕੋਈ 20 ਮਿੰਟ ਕੱਢ ਜੂਗਾ ਯਾਨੀ ਅੱਗੇ ਹੁੰਦਾ ਸੀ ਨਾ ਕਿ ਪਾਈ ਇੱਕ ਪਾਸੇ ਨਾਰ ਚਲਾਤਾ ਹੀ ਹੋਏ ਇੱਕ ਪਾਸੇ ਬੰਬ ਚਲਾਤਾ ਹੀ ਹੋਏ ਇੱਕ ਪਾਸੇ ਫੁੱਲਜੜੀ ਅੱਗ ਲਾ ਕੇ ਨਾ ਫੜਾਈ ਐਦਾਂ ਵਾਲੀ ਗੱਲ ਕੋਈ ਨਹੀਂ ਹੁਣ ਤਾਂ ਬੰਦਾ ਹੋ ਸਕਦਾ ਜਿਹੜਾ ਕੋਈ ਪਟਾਕੇ ਅਜੇ ਖਰੀਦਾ ਹੋਵੇ ਉਹ ਇੱਕ ਫੁੱਲਜੜੀ ਚਲਾ ਕੇ ਮੁੜ ਕੇ 15 ਮਿੰਟ ਨਾ ਨੂੰ ਕਹਿੰਦੇ ਹੁਣ ਤੁਸੀਂ ਐ ਕਰੋ ਛੱਤ ਤੇ ਬਹਿ ਕੇ ਬਾਕੀਆਂ ਦੇ ਦੇਖੋ 15 ਮਿੰਟ ਬਾਅਦ ਤੁਹਾਨੂੰ ਨਵੀਂ ਫੁੱਲਚੜੀ ਅਲਾਟ ਕੀਤੀ ਜਾਊਗੀ ਜਾਨੀ ਹਾਲਾਤ ਸੱਚੀ ਇਹ ਆ ਹਾਂ ਜਿਹਦੇ ਕੋਲੇ ਧਨ ਬਥੇਰਾ ਹੈ ਜਿਹਨੇ ਰੇਤਾ ਰੂਤਾ ਵੇਚੀ ਹੈ ਜਿਹਨੇ 2 ਨੰਬਰ ਦਾ ਕੰਮ ਕੀਤਾ ਹੈ ਜਾਂ ਜਿਹਨੂੰ ਖਾਨਦਾਨੀ ਬਥੇਰਾ ਰੁਪਈਆ ਮਿਲਿਆ ਉਹ ਤਾਂ ਭਾਈ 2 ਘੰਟੇ 2.5 ਘੰਟੇ 3 ਘੰਟੇ ਜਿੰਨੇ ਮਰਜ਼ੀ ਚਲਾਵੇ ਆਮ ਬੰਦੇ ਦੇ ਵੱਸ ਦੀ ਗੱਲ ਕੋਈ ਨਹੀਂ ਤੇ ਦੂਸਰਾ ਸੰਧਾਲੀਆ ਸਭ ਇੱਕ ਖੂਰ ਵੀ ਹੈਗਾ ਐਦਕੀ ਦੋ ਕਾਰਨਾਂ ਦੇ ਕਰਕੇ ਨਾ ਪਤਾ ਨਹੀਂ ਲੋਕ ਅਵੇਅਰ ਹੋ ਗਏ ਪਤਾ ਨਹੀਂ ਵਿਰੋਧੀ ਧਿਰਾਂ ਨੇ ਸਰਕਾਰਾਂ ਨੇ ਮਾੜਾ ਮੋਟਾ ਸਾਥ ਦਿੱਤਾ ਹੀ ਤੇ ਸਾਰਿਆਂ ਦਾ ਸਾਂਝਾ ਧੰਨਵਾਦ ਕਰਦੇ ਆਂ ਐਤਕੀ ਜਿਹਨਾਂ ਪ੍ਰਦੂਸ਼ਣ ਦੀ ਜਣੀ ਸਮਰੱਥਾ ਦੇਖਦੇ ਆਂ ਤਾਕਤ ਦੇਖਦੇ ਪ੍ਰਦੂਸ਼ਣ ਕਿੰਨਾ ਘੋਇਆ ਪਿਛਲੇ ਸਾਲਾਂ ਦੇ ਮੁਕਾਬਲੇ ਕੁਝ ਘਟਿਆ ਪਰਾਲੀ ਨੂੰ ਅੱਗ ਲੱਗੀ ਜ਼ਰੂਰ ਐ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਲੱਗੀ ਐ ਦੀਵਾਲੀ ਨੇੜੇ ਆਉਂਦੀ ਤੇ ਪਟਾਕੇ ਕਿਹੜਾ ਲੋਕ ਉਦੋਂ ਨੂੰ ਚਲਾਉਂਦੇ ਪਹਿਲੇ ਚਲਾਉਣੇ ਸ਼ੁਰੂ ਹੋ 6-2 ਹਫ਼ਤਾ ਹੋ ਗਿਆ ਹੁੰਦੀ ਨੂੰ ਪਰ ਇਹਦੇ ਮੁਕਾਬਲੇ ਪਿਛਲੇ ਸਾਲਾਂ ਦੇ ਮੁਕਾਬਲੇ ਐਤਕੀ ਪਟਾਕੇ ਵੇਕ ਤੇ ਚੱਲ ਦੋਵੇਂ ਚੀਜ਼ਾਂ 'ਚ ਘਟ ਰਹੇ ਆ ਤੇ ਹੋ ਸਕਦਾ ਕਿ ਭਾਈ ਸੋਜੀ ਆਉਣ ਲੱਗ ਪਈ ਹੋਵੇ ਚਲੋ ਚੰਗੀ ਗੱਲ ਆ ਆਪਾਂ ਆਸ ਕਰਦੇ ਆਂ ਵੀ ਇਹ ਇਹ ਸਾਰਾ ਕੁਝ ਠੀਕ ਹੋ ਜੇ ਉਹਦੇ ਪਿੱਛੇ ਕਾਰਨ ਆ ਵੀ ਹਵਾ ਜੇ ਸਾਫ਼ ਹੋਊਗੀ ਤੇ ਸਾਹ ਤੇ ਆਪਾਂ ਹੀ ਲੈਣਾ ਇਹ ਕਿਹੜਾ ਵੀ ਕਿਸੇ ਹੋਰ ਨੇ ਸਾਹ ਲੈ ਜਾਣਾ ਵਿੱਚੋਂ ਸੋ ਠੀਕ ਆ ਵੀ ਤੁਸੀਂ ਆਪਣਾ ਸਾਹਤ ਆਵਾਜਾ ਲਾ ਕੇ ਤੇ ਉਸ ਸਾਹ ਨਾਲ ਸੀ ਪਟਾਕਿਆਂ ਦਾ ਪ੍ਰਬੰਧ ਕਰਿਓ ਬਹੁਤੀ ਗੱਲ ਆ ਤੇ ਇੱਕ 100 ਪਟਾਕੇ ਵਾਲੀ ਲੜੀ ਲਾਏ ਹੋ ਤੇ ਹਾਂ ਲੜੀ ਨੂੰ ਆਗ ਬਿਲਕੁਲ ਨਹੀਂ ਲਾਉਣੀ ਉਹਦੇ ਚੋਂ ਕੱਲਾ ਕੱਲਾ ਪਟਾਕਾ ਕੱਢ ਲੈਣਾ ਤੇ ਇੱਕ ਇੱਕ ਮਿੰਟ ਦੇ ਵਕਫੇ ਦੇ ਨਾਲ ਪਟਾਕਾ ਚਲਾਉਣਾ ਫਿਰ ਤੁਸੀਂ 100 ਮਿੰਟ ਪਟਾਕਾ ਚਲਾ ਸਕਦੇ ਉਹਦੇ 2 ਘੰਟਿਆਂ ਦੇ ਹਿਸਾਬ ਨਾਲ 120 ਮਿੰਟ ਹੁੰਦੇ ਆ 20 ਇੱਕ ਮਿੰਟ ਮੁੜ ਕੇ ਆਪਾਂ ਲੋਕਾਂ ਦੇ ਵਿੱਚ ਲਵਾਂਗੇ ਤੇ ਵਾਟਸਐਪ ਦੀ ਗੱਲ ਵੀ ਮਤਲਬ ਝੂਠੀ ਪੈ ਜੂਗੀ ਵੀ ਯਾਰ ਕਿਹੜਾ ਬੰਦਾ ਜਿਹੜਾ 2 ਘੰਟੇ ਪਟਾਕੇ ਜਲਾਦਾ ਇਹਦੇ ਸਕੀਮ ਦੀ ਗੱਲ ਹੈ ਜਿਹੜਾ ਨਾ ਲਾ ਗਿਆ ਸੰਧਾਲੀਆ ਸਭ ਸਕੀਮ ਤਾਂ ਤੁਹਾਡੀ ਠੀਕ ਹੈ ਇਲੈਕਸ਼ਨ ਲੱਗੇ ਹੋਵੇ ਕਈ ਵਾਰੀ ਨਾ ਕਹਿੰਦੇ ਉਹਦੇ ਸ਼ਰਾਬ ਦਾ ਟਰੱਕ ਫੜਿਆ ਗਿਆ ਇਲੈਕਸ਼ਨ ਦੇ ਲਾਗੇ ਫਿਰ ਉਸ ਪਤਾ ਲੱਗਾ ਜੀ ਟਰੱਕ ਕਾ ਉਹ ਕਹਿੰਦੇ ਜੀ ਦੇਖੋ ਦੇਣੀਆਂ ਤਾਂ ਬੋਤਲਾਂ ਦੇ ਦੋ ਦੋ ਬੋਤਲਾਂ ਹੀ ਮੰਡਣੀਆਂ ਹੁੰਦੀਆਂ ਜਿਹੜੇ ਲੋਡਵੰਦ ਹੁੰਦੇ ਆ ਜਿਨ੍ਹਾਂ ਨੇ ਪੀ ਕੇ ਪਾਣੀ ਹੁੰਦੀ ਆ ਪਰ ਅਗਲੇ ਨੇ ਸਸਤਾ ਟਰੱਕ ਮਗਾ ਲੈਣਾ ਫਿਰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਲੋਡ ਆ ਉੱਥੇ ਇੱਕ ਇੱਕ ਦੋ ਦੋ ਪੇਟੀਆਂ ਭੇਜਣੀਆਂ ਉਹਨਾਂ ਨੇ ਪੇਟੀਆਂ ਦੇ ਵਿੱਚੋਂ ਕੱਢ ਕੇ ਫਿਰ ਬੋਤਲਾਂ ਬੋਤਲਾਂ ਮੰਡਣੀਆਂ ਤੁਹਾਡੀ ਸਕੀਮ ਨੂੰ ਜਿਹੜੀ ਆ ਠੀਕ ਲੱਗੀ ਆ ਕੁਝ ਕਿਉਂਕਿ ਕਾਰਗਰ ਸਾਬਤ ਹੁੰਦੀ ਹੋਣੀ ਆ ਤਾਂ ਤੁਸੀਂ ਕਹਿੰਦੇ ਚਲੋ ਭਾਈ ਇੱਧਰ ਵੀ ਲਾਗੂ ਕਰਕੇ ਦੇਖ ਲੈਣੇ ਨਹੀਂ ਵੇਖੋ ਵੀ ਉਹ ਇਹਨੂੰ ਕਹਿੰਦਾ ਵੀ ਥੋੜੇ ਨੂੰ ਆਪਾਂ ਬਹੁਤੇ ਦੇ ਵਿੱਚ ਕਿ ਅਜਾ ਚਲੋ ਆਪਾਂ ਖਬਰਾਂ ਵਾਲੇ ਪਾਸੇ ਨੂੰ ਮੋੜਾ ਕੱਟੀ ਤੇ ਇੱਕ ਸੰਧਾਲੀਆ ਸਭ ਗੱਲ ਇੱਕ ਇੱਕ ਬੇਈ 1 35 ਦੇਖੋ ਹੱਥ ਜੋੜ ਕੇ ਤੁਹਾਡੇ ਤੋਂ ਸਮਾਂ ਮੰਗਣਾ ਪੈਂਦਾ ਕਿਉਂਕਿ ਅੱਜ ਕੱਲ ਤਾਂ ਗੱਲਾਂ ਹੀ ਹੋਰ ਨੇ ਇੱਕ ਡੇਢ ਦਿਨ ਰਹਿੰਦਾ ਨਾ ਹਾਂਜੀ ਹਾਂਜੀ ਤੁਸੀਂ ਅਖਾ ऑलरेडी ਹੱਥ ਜੋੜਿਆ ਵੀ ਮਾਰਾ ਤੁਸੀਂ ਸਮਾਂ ਲੈ ਲਓ ਤੇ ਆ ਠੀਕ ਹੈ ਜੀ ਸੰਧਾਲੀਆ ਸਭ ਡੇਢ ਕਿ ਦਿਨ ਆ ਬਹੁਤ ਵਾਰੀ ਕੀ ਹੁੰਦਾ ਕਿ ਦੀਵਾਲੀ ਆ ਹਰ ਇੱਕ ਬੱਚਾ ਜਿਹੜਾ ਨਾ ਬੱਚਾ ਬੱਚੇ ਦਾ ਜੀ ਕਰਦਾ ਕਿ ਮੈਂ ਪਟਾਕੇ ਚਲਾਵਾਂ ਬੱਚੇ ਦਾ ਜੀ ਕਰਦਾ ਕਿ ਮੈਂ ਕੁਝ ਖਾਸ ਚੀਜ਼ ਜਿਹੜੀ ਆਮ ਰੋਟੀ ਘਰ ਦੇ ਵਿੱਚ ਬਣਦੀ ਆ ਜਿੱਦਾਂ ਦੀ ਵੀ ਕਿਸੇ ਦੇ ਬਣਦੀ ਆ ਕਿ ਮੈਂ ਉਹਦੇ ਤੋਂ ਕੁਝ ਨਵੀਂ ਚੀਜ਼ ਖਾਵਾਂ ਕ੍ਰਿਓਸਟੀ ਹੈ ਜਗਿਆਸਾ ਬੱਚੇ ਦੀ ਜੀ ਕਰਦਾ ਮੈਂ ਨਵੇਂ ਕੱਪੜੇ ਪਾਵਾਂ ਤੇ ਤੋਹਫ਼ਾ ਕੋਈ ਨਾ ਕੋਈ ਮੈਨੂੰ ਮਿਲੇ ਪਰ ਹਰ ਇੱਕ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਇੱਥੇ ਤਾਂ ਹੁਣ ਤੁਹਾਨੂੰ ਪਤਾ ਤੁਸੀਂ ਇੱਥੋਂ ਹੀ ਗਏ ਹੋ ਸਾਲ ਜਦੋਂ ਨਹੀਂ ਹੋਏ ਕਿ ਚੌਕ ਦੇ ਵਿੱਚ ਤੁਸੀਂ ਗੱਡੀ ਖੜਾ ਲਓ ਸਕੂਟਰ ਖੜਾ ਲਓ ਸਾਈਕਲ ਖੜਾ ਲਓ ਬਹੁਤ ਸਾਰੇ ਬੱਚੇ ਆ ਭੀਖ ਮੰਗਦੇ ਹੁੰਦੇ ਆ ਕਈ ਬੱਚੇ ਤਾਂ ਹੁਣ ਸਮਾਨ ਵੀ ਵੇਚਦੇ ਆ। ਕਈਆਂ ਦੇ ਨਾਲ ਮਾਪੇ ਵੀ ਹੁੰਦੇ ਆ। ਆਮ ਹੀ ਰਾਏ ਹੁੰਦੀ ਆ ਕਿ ਭਾਈ ਇਹ ਬੱਚਿਆਂ ਨੂੰ ਅੱਗੇ ਲਾ ਕੇ ਨਾ ਈਮੋਸ਼ਨਲ ਕਰਦੇ ਆ ਲੋਕਾਂ ਨੂੰ ਪੈਸੇ ਥੇਲੇ ਜਾਨੀ ਕਿ ਲੋਕ ਦੇ ਦਿੰਦੇ ਆ। ਮੈਂ ਕਹਿੰਨਾ ਕਿ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਆ ਉਹਨਾਂ ਦੀ ਮਜਬੂਰੀ ਆ ਉਹਨਾਂ ਦੇ ਮਗਰ ਗੈਂਗ ਕੰਮ ਕਰਦੇ ਆ ਉਹ ਲਾਲਚੀ ਹੋ ਗਏ ਕੁਛ ਵੀ ਆ। ਦੀਵਾਲੀ ਆ ਜੇ ਤੁਸੀਂ 1000 ਰੁਪਇਆ ਖਰਚਣਾ ਤਾਂ 100 ਇਹਨਾਂ ਲਈ ਇੱਕ ਵੱਖਰਾ ਕੱਢ ਕੇ ਰੱਖ ਲਓ 10% 1000 ਖਰਚਣਾ 1000 ਕੱਢ ਕੇ ਰੱਖ ਲਓ 100 ਖਰਚਣਾ 10 ਰੱਖ ਲਓ। 5 7 ਚਪਲਾਂ ਖਰੀਦ ਲੋ ਛੋਟੇ ਬੱਚਿਆਂ ਦੇ ਨਾਪ ਦੀਆਂ ਇੱਕ ਅੱਧੇ ਵੱਡੇ ਨਾਪ ਦੀ ਲੈ ਲੋ 10 20 40 ਕਾਪੀਆਂ ਲੈ ਕੇ ਅੱਜ ਰੱਖ ਲੋ ਗੱਡੀ ਦੇ ਵਿੱਚ ਰੱਖ ਲੋ ਸਕੂਟਰ ਦੀ ਡਿੱਗੀ 'ਚ ਰੱਖ ਲੋ ਮੋਟਰਸਾਈਕਲ ਤੇ ਉਹ ਤਾਂ ਲਫਾਫਾ ਲਟਕਾ ਲੋ ਪੈਨਸਲਾਂ ਰੱਖ ਲੋ ਪੈਨ ਰੱਖ ਲੋ ਉਹ ਜਿੱਥੇ ਕਿਤੇ ਜੇ ਕੋਈ ਮੰਗਣ ਆਉਂਦਾ ਜੇ ਕੋਈ ਬੱਚਾ ਇਦਾਂ ਲੱਗਦਾ ਭਾਈ ਦੇ ਦੇਓ ਬਿਸਕੁਟ ਦੇ ਪੈਕੇਟ ਰੱਖ ਲੋ ਤਿੰਨ ਚਾਰ ਕਿਉਂਕਿ ਆਪਾਂ ਘਰੇ ਜਦੋਂ ਪਟਾਕੇ ਲੈ ਕੇ ਜਾਂਦੇ ਆ ਮਠਿਆਈ ਲੈ ਕੇ ਜਾਂਦੇ ਆ ਪਹਿਲੀ ਗੱਲ ਤਾਂ ਚਲਾਓ ਨਾ ਪਟਾਕੇ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਨਵੇਂ ਕੱਪੜੇ ਲੈ ਕੇ ਜਾਣੇ ਇੱਕ ਦੂਸਰੇ ਨੂੰ ਤੋਹਫੇ ਦਿੰਨੇ ਆ ਜਿਨ੍ਹਾਂ ਨੂੰ ਲੋੜ ਵੀ ਨਹੀਂ ਹੁੰਦੀ ਉਹਨਾਂ ਨੂੰ ਵੀ ਦਿੰਨੇ ਆ ਤੋਹਫੇ ਉਹਨਾਂ ਦੇ ਘਰੇ ਅੱਗੇ ਤੂੜਿਆ ਪਿਆ ਹੁੰਦਾ ਸਾਰਾ ਕੁਝ ਭਾਈ ਸਮਾਜ ਸਾਰਾ ਹੀ ਖੁਸ਼ ਹੋਊਗਾ ਸਾਡਾ ਆਲਾ ਦਵਾਲਾ ਖੁਸ਼ ਹੋਊਗਾ ਕਿਸੇ ਦੇ ਚਿਹਰੇ ਦੇ ਉੱਤੇ ਜਦੋਂ ਮੁਸਕਾਨ ਆਉਂਦੀ ਹੈ ਨਾ ਉਹਦਾ ਮੁੱਲ ਕੋਈ ਨਹੀਂ ਸੋ ਭਾਈ ਕੋਈ ਨੰਗੇ ਪੈਰੀ ਬੱਚਾ ਤੁਰਿਆ ਫਿਰਦਾ ਉੱਥੇ ਸੜਕ ਦੇ ਉੱਤੇ ਦੇ ਦੇਓ ਚਾਪਲਾ ਹੋ ਸਕਦਾ ਉਹਨਾਂ ਦੇ ਵਿੱਚੋਂ ਦੋ ਚਾਰ ਕਹਿਣ ਨਹੀਂ ਜੀ ਸਾਨੂੰ ਤਾਂ ਪੈਸੇ ਚਾਹੀਦੇ ਆ ਹੋ ਸਕਦਾ ਤੁਸੀਂ ਆਪਦਾ ਕੰਮ ਕਰੋ ਆਪਦਾ ਕੰਮ ਕਰਨਗੇ ਪਰ ਹੋ ਸਕਦਾ ਕਿਸੇ ਦੇ ਨੰਗੇ ਪੈਰ ਜਿਹੜੇ ਸੜਕ ਦੇ ਉੱਤੇ ਬੱਟੀਆਂ ਖੋਬ ਥੋਡੀਆਂ ਚਪਲਾਂ ਦੇ ਨਾਲ ਉਹ ਕੁਲੇ ਕੁਲੇ ਬੱਚਿਆਂ ਦੇ ਜਿਹੜੇ ਪੈਰ ਨੇ ਉਹ ਟਕੇ ਜਾਣ ਭਾਈ ਉਹਨਾਂ ਨੂੰ ਕੋਈ ਕਾਪੀ ਦੇ ਦੇਓਗੇ ਪੈਨਸਲ ਦੇ ਦੇਓਗੇ ਪੈਨ ਦੇ ਦੇਓਗੇ ਜਾਨੀ ਤੁਸੀਂ ਆਪਣੇ ਲੋ ਸ਼ੁਰੂਆਤ ਕਰੋ ਥੋੜਾ ਦਸਵੰਦ ਨਿਕਲ ਜਾਓ ਕਿਸੇ ਦੇ ਚਿਹਰੇ ਤੇ ਖੁਸ਼ੀ ਆ ਜਾਓ ਸਾਰਾ ਸਮਾਜ ਅਗਲੇ ਪਾਸੇ ਨੂੰ ਵਧੂਗਾ ਇਦਾਂ ਵੀ ਤਾਂ ਆਪਾਂ ਸਮਾਜ ਦੇ ਵਿੱਚ ਕੰਮ ਕਰ ਹੀ ਸਕਦੇ ਨਾ ਹਨ ਇਹ ਇਹ ਢੰਗ ਤਰੀਕਾ ਤੁਸੀਂ ਬਹੁਤ ਵਧੀਆ ਦੱਸਿਆ WhatsApp ਪਰ ਬਾਕੀ ਹੁਣ ਗੱਲ ਇਹ ਆ ਵੀ ਅਪਣਾਉਣਾ ਕਿ ਨਹੀਂ ਅਪਣਾਉਣਾ ਇਹ ਸਮੇਂ ਨੇ ਦੱਸਣਾ ਕਿਉਂਕਿ ਆਮ ਤੌਰ ਤੇ ਤਿਹ ਹੁੰਦਾ ਨਾ ਦੀਵਾਲੀ ਤੇ ਵੀ ਗਿਫਟ ਵੀ ਉਹਨੂੰ ਉਹਨੂੰ ਦੇਣਾ ਜਿਹਦੇ ਜਿਹਦੇ ਤੱਕ ਕੰਮ ਆ ਤੇ ਇਹ ਵੀ ਸੁਣਨ ਵੇਖਣ ਚਾਉਂਦਾ ਹੁੰਦਾ ਵੀ ਜਿਹੜਾ ਕੋਈ ਬੰਦਾ ਕੋਈ ਵੱਡਾ ਸਰਕਾਰੀ ਅਫਸਰ ਆ ਉਹਦੇ ਜਾਂ ਕੋਈ ਲੀਡਰ ਆ ਉਹਦੇ ਕੋਲ ਤੇ ਬਧੋ ਬਦੀ ਫਿਟੇਰ ਲੱਗ ਜਾਂਦਾ ਅਗਲਾ ਕਹਿੰਦਾ ਯਾਰ ਉਹਨਾਂ ਇੰਨੇ ਕੁਛ ਤੱਕ ਕਰੀਏ ਕੀਦਾ ਸੀ ਯਾਰ ਕੋ ਸਮਝ ਨਹੀਂ ਆਉਂਦੀ ਹੁਣ ਮਤਲਬ ਉਧਰ ਨੂੰ ਗਿਫਟ ਦੇਣ ਨਾਲੋਂ ਚੰਗਾ ਵੀ ਇਹ ਜਿਹੜਾ ਵਾਕਿਆ ਇਹ ਲੋੜਵੰਦ ਆ ਉਹਨੇ ਸਗੋਂ ਸਸਤੇ ਜਿਹੇ ਗਿਫਟ ਦੇ ਨਾਲ ਗਿਫਟ ਕਾਦਾ ਪਿਉ ਦੀ ਤੇ ਲੋੜ ਆ ਵਿਚਾਰੇ ਦੀ ਵੀ ਉਹਦੀ ਇਹ ਲੋੜ ਪੂਰੀ ਹੋ ਜੇ ਤੇ ਇਹਦੇ ਨਾਲ ਦੀ ਦੀਵਾਲੀ ਹੋਰ ਦੱਸੋ ਕੀ ਹੁੰਦੀ ਹੈ ਉਹ ਆਈ ਗਯਾ ਠੀਕ ਆ ਬਾਕੀ ਜੀ ਇੱਕ ਮੈਂ ਹੋਰ ਦੱਸ ਦਿੰਨਾ ਕਿ ਕਈ ਵਾਰੀ ਕੋਸ਼ਿਸ਼ ਹੁੰਦੀ ਹੈ ਤੁਸੀਂ ਜੇ ਕਰਿਆਨੇ ਵਾਲੇ ਬੰਦੇ ਕੋਲ ਜਾਓਗੇ ਨਾ ਜਿਹੜਾ 5 ਰੁਪਏ ਦਾ ਬਿਸਕਟ ਦਾ ਪੈਕਟ ਛੋਟਾ ਜਾਂ ਮਿਲਦਾ ਜੇ ਤੁਸੀਂ ਇਕੱਠੀ ਪੇਟੀ ਰਖਾ ਲਓਗੇ ਉਹ ਬਹੁਤੀ ਮਹਿੰਗੀ ਨਹੀਂ ਹੁੰਦੀ ਸਾਢੇ ਤਿੰਨਾਂ ਦਾ ਪੈ ਜਾਂਦਾ ਜਿਹੜੀ ਦਸਾਂ ਵਾਲੀ ਕਾਪੀ ਹੈ ਜੇ ਤੁਸੀਂ ਇਕੱਠੀਆਂ ਲੈ ਲਓਗੇ ਕਿ ਮੈਨੂੰ 100 ਕਾਪੀਆਂ ਦੇ ਉਹਨਾਂ ਨੇ 8.5 ਦਾ ਦੇ ਦੇਣੀ ਤੁਹਾਨੂੰ ਇਕੱਠੀ 100 ਕਾਪੀ 1.5 ਰੁਪਇਆ ਉਹੀ ਛੱਡ ਦਿੰਦੇ ਆ ਯਾਨੀ ਮੇਰਾ ਤਾਂ ਕੀਤਾ ਹੈ ਤਜਰਬਾ ਨਾ ਰੱਖ ਛੱਡੋ ਗੱਡੀ ਦੀ ਡਿੱਕੀ 'ਚ ਤੇ ਰੋਜ਼ ਜਦੋਂ ਗੱਡੀ ਸਟਾਰਟ ਕਰਦੇ ਹਾਂ ਮੈਂ ਵੱਡੇ ਬੰਦਿਆਂ ਦੀ ਗੱਲ ਕਰਦਾ ਰੋਜ਼ ਪੰਜ ਸੱਤ ਕਾਪੀਆਂ ਚੱਕ ਕੇ ਨਾਲ ਦੀ ਸੀਟ ਤੇ ਰੱਖ ਲਓ ਆਮ ਤੌਰ ਦੇ ਉੱਤੇ ਕਾਰਾਂ 'ਚ ਇੱਕ ਅੱਧਾ ਹੀ ਬੰਦਾ ਹੁੰਦਾ ਜਦੋਂ ਕੋ ਕੋ ਆਣ ਕੇ ਤੁਹਾਡੇ ਠੱਕ ਠੱਕ ਕਰਦਾ ਆ ਲੈ ਵੀ ਚੱਕ ਕੰਮ ਸੌਖਾ ਹੈ ਕੋ ਬਹੁਤਾ ਔਖਾ ਨਹੀਂ ਜੇ ਕਰਨਾ ਹੋਵੇ ਨਹੀਂ ਨਹੀਂ ਗੱਲ ਗੱਲ ਸਹੀ ਹੈ ਚਲੋ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਹੀ ਕੰਮ ਕਰੂ ਐ ਜੇ ਤੁਸੀਂ ਕਰੋ ਤੇ ਜ਼ਰੂਰ ਤੁਸੀਂ ਆਉਣ ਵਾਲੇ ਪ੍ਰੋਗਰਾਮਾਂ 'ਤੇ ਟਿੱਪਣੀ ਕਰਦੇ ਹੋ ਤੇ ਅਗਲੀ ਗੱਲ WhatsApp ਇਹ ਆਂਦੇ ਸੁਣਨ ਚਾਹੀਏ ਵੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕਹਿੰਦੇ ਗਈ ਸੀ ਉੱਥੇ ਖਟਕਟਕਲਾਮ ਕਿਉਂਕਿ ਉੱਥੇ ਉਹਨਾਂ ਨੇ ਧਰਨਾ ਦਿੱਤਾ ਸੀ ਫੋਜਾ ਸਿੰਘ ਸਰਾਰੀ ਹੋਰਾਂ ਨੂੰ ਕਹਿੰਦੇ ਵੀ ਲਾਓ ਜੀ ਉਹ ਭ੍ਰਿਸ਼ਟਾਚਾਰ ਕੀਤਾ ਉਹਨਾਂ ਨੇ ਹਨਾ ਉਸ ਧਰਨੇ ਪ੍ਰਦਰਸ਼ਨ ਤੋਂ ਬਾਅਦ ਜਿਹੜਾ ਇਹ ਗੱਲ ਕਹੀ ਗਈ ਆ ਕਿ ਵੀ ਉੱਥੇ ਤਾਂ ਜੀ ਬਿਜਲੀ ਦਾ ਬਿੱਲ ਹੀ ਨਹੀਂ ਤਾਰਿਆ ਕਿਸੇ ਨੇ ਤੇ ਕਨੈਕਸ਼ਨ ਹੀ ਕੱਟਤਾ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਰਾਂ ਦੇ ਘਰ ਦਾ ਉਹ ਬੜਾ ਰੌਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਹੁਣ ਸ਼ਾਇਦ ਪ੍ਰਸ਼ਾਸਨ ਕਹਿੰਦਾ ਵੀ ਬਿੱਲ ਤਾਂ ਕੋਈ ਪੈਂਡਿੰਗ ਹੈ ਹੀ ਨਹੀਂ ਮਾਰੇ ਬਿੱਲ ਤਾਂ ਸੀ ਐਡਵਾਂਸ ਚ ਤਾਰਦੇ ਪਏ ਆ ਇਹ ਕੀ ਕਹਾਣੀ ਹੋਈ ਤੇ ਕੋ ਸੰਧਾਲੀਆ ਸਭ ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਨਾ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਸਾਨੂੰ ਤਾਂ ਕਰਨਾ ਪੈਂਦਾ ਚਾਹੇ ਭਰਾ ਕਰਕੇ ਕਰਨਾ ਪਵੇ ਅਸੀਂ ਤਾਂ ਸਤਿਕਾਰ ਹੀ ਕਰਨਾ ਨਾ ਹੁਣ ਉਹਨਾਂ ਦਾ ਉਹਨਾਂ ਦਾ ਫਰਜ਼ ਹੈ ਕਿ ਭਾਈ ਭਾਈ ਕੰਮ ਕਰਨ ਹੁਣ ਸੰਧਾਲੀਆ ਸਭ ਦੇਖੋ ਜਣੀ ਵੀ ਜੇ ਤਾਂ ਤੁਸੀਂ ਨਹੀਂ ਪੂਰੇ ਉੱਤਰ ਸਕਦੇ ਨਾ ਉੱਥੇ ਜਾਓ ਹੀ ਨਾ ਖੜਕੜ ਕਲਾ ਸਾਲਚ ਦੋ ਵਾਰੀ ਉੱਥੇ ਆਪੜ ਜਾਂਦੇ ਨੇ ਸਿਕਿਉਰਟੀਆਂ ਲੈ ਕੇ ਚੂੰ 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 ਹਾਇਰਨ ਸਾਇਰਨ ਵਜਾਉਂਦੇ ਤੁਸੀਂ ਉੱਥੇ ਦੇਖੋ ਕਿ ਆਪਾਂ ਇੱਕ ਵਾਰੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੀ ਪਾਰਟੀ ਲਾਂਚ ਹੋਈ ਸੀ ਤੇ ਉਦੋਂ ਆਪਾਂ ਇੱਕ ਦੇਖਿਆ ਸੀ ਸਿਆਸੀ ਦ੍ਰਿਸ਼ ਲਿਆਓ ਜੀ ਮਿੱਟੀ ਕਿੱਧਰ ਹੈ ਮਿੱਟੀ ਕਿੱਧਰ ਹੈ ਸਾਰੀ ਸਟੇਜ ਪਰ 150 ਬੰਦਾ ਸਟੇਜ ਤੇ ਹੋਣਾ ਮੈਂ ਸ਼ਹੀਦਾਂ ਦੇ ਪਿੰਡ ਦੀ ਮਿੱਟੀ ਧਰਤੀ ਦੀ ਮਿੱਟੀ ਐ ਮੁੱਠ ਫੜ ਕੇ ਮੈਂ ਇਹਨਾਂ ਨਾਲ ਨਹੀਂ ਜਾਊਂਗਾ ਨਾਲ ਨਹੀਂ ਜਾਊਂ ਮੁੜ ਕੇ ਮੰਤਰੀ ਬਣੇ ਰਹਿ ਚਲੋ ਠੀਕ ਐ ਭਾਈ ਤੁਸੀਂ ਕੀ ਕਰੀਏ ਉਹਦੇ ਤੋਂ ਬਾਅਦ ਬਾਕੀ ਬੰਦੇ ਵੀ ਉੱਥੇ ਜਾਂਦੇ ਰਹਿ ਉੱਥੇ ਜਾ ਕੇ ਇੱਕ ਦੂਸਰੇ ਤੇ ਇਲਜ਼ਾਮ ਲਾਉਂਦੇ ਰਹਿ ਸਾਰਾ ਪੰਜਾਬ ਪਿਆ ਬਾਕੀ 13000 ਪਿੰਡ ਪਈ ਆ ਖਟਕੜਕਲਾਂ ਛੱਡ ਦਿਓ ਜੇ ਤੁਸੀਂ ਕੋਰੇ ਇੱਕ ਦੂਸਰੇ ਤੇ ਇਲਜ਼ਾਮ ਹੀ ਲਾਉਣੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਕਹਿੰਦੇ ਅਸੀਂ ਸੌ ਹੀ ਉੱਥੇ ਜਾ ਕੇ ਚੱਕਣੀ ਆ ਠੀਕ ਐ ਭਾਈ ਥੋੜਾ ਅਧਿਕਾਰ ਬਣਦਾ ਤੁਹਾਡੀ ਸਰਕਾਰ ਹੈ ਤੁਸੀਂ ਜਿੱਥੇ ਮਰਜੀ ਸੋਹ ਚੁੱਕੋ ਤੁਸੀਂ ਖੜਕੜਕਲਾਂ ਦੀ ਧਰਤੀ ਤੇ ਸੋਹ ਚੁੱਕੀ ਚੰਗਾ ਲੱਗਿਆ ਉਥੇ ਦੇ ਖਰਚ ਦਾ ਬੜਾ ਰੌਲਾ ਪਿਆ ਕਿ ਦੇਖੋ ਖਰਚ ਕਿੰਨਾ ਹੋ ਗਿਆ ਹੁਣ ਅਸੀਂ ਤਾਂ ਕਿਨੇ ਬਖਸ਼ ਲੋ ਭਾਈ ਉਥੇ ਆਮ ਲੋਕ ਜਾਂਦੇ ਆ ਚੰਗੀਆਂ ਪਵਿੱਤਰ ਭਾਵਨਾਵਾਂ ਲੈ ਕੇ ਜਾਂਦੇ ਆ ਖੜਕੜਕਲਾਂ ਕਿ ਭਾਈ ਸਾਡੇ ਦੇਸ਼ ਦਾ ਸਾਡੀ ਕੌਮ ਦਾ ਸਾਡੇ ਸੰਸਾਰ ਦਾ ਉਹ ਯੋਧਾ ਜਿਹੜਾ ਛੋਟੀ ਉਮਰੇ ਸ਼ਹੀਦ ਹੋ ਗਿਆ ਜਿਹਨੇ ਦੁਨੀਆ ਨੂੰ ਰਾਧ ਖਾਇਆ ਕੇ ਪਾਈ ਸਮੁੱਚੇ ਸਮਾਜ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਰੰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਕਿੱਦਾਂ ਚੱਲਣਾ ਇਹ ਕਿਤਾਬ ਦੀ ਕੀ ਇੰਪੋਰਟੈਂਸ ਹੈ ਸਾਨੂੰ ਦੱਸੀ ਕੁਰਬਾਨੀ ਦਿੱਤੀ ਹੁਣ ਕਾਂਗਰਸ ਪਾਰਟੀ ਵਾਲਿਆਂ ਨੇ ਉੱਥੇ ਧਰਨਾ ਦਿੱਤਾ ਮੈਂ ਕਹਿੰਨਾ ਕਿ ਸਾਡੀ ਇਹ ਪੰਜਾਬ ਦੇ ਲਈ ਥੋੜੀ ਜੀ ਸੋਚਣ ਦੀ ਲੋੜ ਹੈ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਧਰਨਾ ਕਿਉਂ ਲੱਗਾ ਇੱਕ ਸਿਆਸੀ ਪਾਰਟੀ ਜਿਹੜੀ ਵਿਰੋਧੀ ਧਿਰਚ ਹੈ ਉਹ ਕਹਿੰਦੇ ਜੀ ਇੱਕ ਮੰਤਰੀ ਨੇ 50 ਟੱਕਾ ਖਾਦਾ ਤੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਰਖਾਸਤ ਕਰੋ ਉਹਨਾਂ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰੋ। ਯਾਨੀ ਆਜ਼ਾਦੀ ਤੋਂ ਇੰਨੇ ਦਿਹਾਕੇ ਬਾਅਦ ਸ਼ਹੀਦ ਦੇ ਪਿੰਡ ਜਾ ਕੇ ਮੰਕਰਨੀ ਪੈ ਰਹੀ ਹੈ। ਜੇ ਕਸੂਰ ਆ ਪਾਈ ਬੰਦਾ ਚੱਕ ਕੇ ਅੰਦਰ ਦਿਓ। ਜੇ ਨਹੀਂ ਕਸੂਰ ਜਾਂਚ ਪੜਤਾਲ ਕਰਾ ਕੇ ਬੰਦਾ ਬਰੀ ਕਰ ਦਿਓ ਪਰ ਆ ਕੰਮ ਨਾ ਹੋਵੇ। ਕਾਂਗਰਸੀਆਂ ਨੂੰ ਉੱਥੇ ਜਾਣਾ ਕਿਉਂ ਪਿਆ ਉੱਥੇ ਜਾ ਕੇ ਨਵਾਂ ਪੰਗਾ ਪੈ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ, ਪ੍ਰਤਾਪ ਸਿੰਘ ਬਾਜਵਾ ਸਾਹਿਬ, ਵੜਿੰਗ ਸਾਹਿਬ ਸਭ ਤੋਂ ਬਾਅਦ ਬੋਲੇ ਕਹਿੰਦੇ ਆ ਦੇਖੋ। ਇਹ ਨਕਲੀ ਇਨਕਲਾਬੀ ਆਮ ਆਦਮੀ ਪਾਰਟੀ ਵਾਲੇ ਆ ਕਹਿੰਦੇ ਜੀ ਕਨੈਕਸ਼ਨ ਕੱਟ ਦਿੱਤਾ ਹੈ। ਹੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਘਰ ਦੇ ਮਰੇ ਪਾਰਕ ਵੀ ਬਣੇ ਆ ਮੇਨਟੇਨੈਂਸ ਕਰਨ ਦੇ ਲਈ ਕਰਮਚਾਰੀ ਵੀ ਰੱਖੇ ਆ। ਉਹ ਕਹਿੰਦੇ ਜੀ ਤਨਖਾਹਾਂ ਵੀ ਨਹੀਂ ਮਿਲੀਆਂ, ਬਿਜਲੀ ਦਾ ਹੀ ਕਨੈਕਸ਼ਨ ਕੱਟ ਦਿੱਤਾ, ਬਿੱਲ ਨਹੀਂ ਸੀ ਦਿੱਤਾ ਗਿਆ। ਸਾਰੇ ਹੈਰਾਨ ਪਰੇਸ਼ਾਨ ਕਿ ਭਾਈ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੂੰ ਉਹਨਾਂ ਨੇ ਤਸਵੀਰਾਂ ਲਾਤੀਆਂ ਕਿ ਅਸੀਂ ਸਰਕਾਰੀ ਦਫ਼ਤਰਾਂ 'ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲਾਉਣੀ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਲਾਉਣੀ ਹੈ, ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਫੋਟੋ ਲਾਉਣੀ ਅਸੀਂ ਤਾਂ ਚੱਲਣਾ ਹੀ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਐ ਲੋਕਾਂ ਨੂੰ ਚੰਗਾ ਲੱਗਿਆ ਸੀ ਜਦੋਂ ਹਵਾਈ ਅੱਡੇ ਦਾ ਨਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ ਨਾਂ ਤੇ ਰੱਖਿਆ ਗਿਆ ਸੀ ਲੋਕਾਂ ਨੂੰ ਚੰਗਾ ਲੱਗਿਆ ਸੀ ਪਰ ਆਹ ਕੰਮ ਜਦੋਂ ਹੋਇਆ ਕਿ ਭਾਈ ਕਨੈਕਸ਼ਨ ਹੀ ਕੱਟ ਦਿੱਤਾ ਕਿਉਂਕਿ ਬਿੱਲ ਨਹੀਂ ਦਿੱਤਾ ਗਿਆ ਕਿਉਂਕਿ ਜੇ ਕਨੈਕਸ਼ਨ ਕੱਟਿਆ ਮੈਂ ਪਹਿਲੀ ਗੱਲ ਤੇ ਆਉਣਾ ਦੂਜੇ ਰਿਐਕਸ਼ਨ ਦੇ ਬਾਅਦ ਚੱਲਦੇ ਆਂ ਉੱਥੋਂ ਕੋਈ ਆਮਦਨ ਪ੍ਰਾਪਤੀ ਦੀ ਥਾਂ ਨਹੀਂ ਹੈ ਉਹ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਸਾਹਿਬ ਉੱਥੇ ਆਏ ਸੀ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਮੌਕੇ ਤੇ ਚੈੱਕ ਕੱਢ ਕੇ ਆਪਣੇ ਬੰਦੇ ਨੂੰ ਕਿਹਾ ਕਿ ਚੈੱਕ ਲੈ ਕੇ ਆ ਮੇਰੀ ਚੈੱਕ ਬੁੱਕ ਕੱਡੀ ਚੋਂ ਕਿ ਭਾਈ ਬਿੱਲ ਪਿਆ ਲੱਖਾਂ ਰੁਪਈਆ ਪੈਂਡਿੰਗ ਬਿਜਲੀ ਦਾ ਬਿੱਲ ਉਹ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਬਿੱਲ ਭਰ ਕੇ ਗਿਆ ਸੀ ਖੜਕੜਕਲਾ ਦੇ ਵਿੱਚ ਜੇ ਕਿਸੇ ਨੂੰ ਚੇਤਾ ਹੋਵੇ ਮੈਂ ਗੱਲ ਕਿਉਂ ਕਰ ਰਿਹਾ ਸੰਧਾਲੀਆ ਸਾਹਿਬ ਉਹ ਉਹ ਕੋਈ ਮੁਨਾਫੇ ਦੀ ਧਰਤੀ ਹੈ ਉਹ ਕੋਈ ਫੈਕਟਰੀ ਆ ਖੜਕੜਕਲਾ ਉਹ ਕੋਈ ਉਦਯੋਗ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦਾ ਕਰ ਕਿ ਜਿੱਥੇ ਲਾਗਤ ਤੋਂ ਵੱਧ ਮੁਨਾਫਾ ਹੋਊਗਾ ਚਾਰ ਪੈਸੇ ਆਉਣਗੇ ਤੇ ਉਹਦੇ ਵਿੱਚੋਂ ਬਿਜਲੀ ਦਾ ਬਿੱਲ ਦੇਣਾ ਨਹੀਂ ਇਹ ਤਾਂ ਪੱਕੀ ਪਾਲਿਸੀ ਹੋਣੀ ਚਾਹੀਦੀ ਹੈ ਕਿ ਭਾਈ ਆਜ਼ਾਦੀ ਕੋਹਾਟੀਆਂ ਦੇ ਘਰ ਜਿਹੜੇ ਆਪਾਂ ਸਾਂਭ ਕੇ ਰੱਖਿਆ ਲੋਕਾਂ ਦੇ ਲਈ ਉੱਥੇ ਬੱਤੀ ਤਾਂ ਜਗਾਉਣੀ ਆ ਨਾ ਉਹਦਾ ਬਿੱਲ ਲੇਟ ਕਿਵੇਂ ਹੋ ਜਾਏ ਉਹਨੂੰ ਲੋਕਾਂ ਨੇ ਤਾਂ ਨਹੀਂ ਦੇਣਾ ਉਹ ਦੇਣਾ ਤਾਂ ਸਰਕਾਰ ਨੇ ਹੀ ਹੈ ਸਾਰਾ ਪ੍ਰੋਪਰ ਪ੍ਰੋਸੀਜਰ ਅਡਾਪਟ ਕਿਉਂ ਨਹੀਂ ਹੁੰਦਾ ਕਾਂਗਰਸ ਪਾਰਟੀ ਵਾਲੇ ਕਹਿੰਦੇ ਜੀ ਸਾਨੂੰ ਅਲਾਕ ਕਰੋ ਅਸੀਂ ਬਿੱਲ ਦੇਣਾ ਉਦੋਂ ਨਵਜੋਤ ਸਿੰਘ ਸਿੱਧੂ ਹਰਾਂ ਨੇ ਬਿੱਲ ਦਿੱਤਾ ਘਾਟ ਕਿੱਥੇ ਆ ਕਹਾਣੀ ਕਿੱਥੇ ਆ ਇੱਕ ਬੰਦਾ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਬਿੱਲ ਦੇ ਦੂਏ ਕੋਈ ਗੱਲ ਥੋੜੀ ਐ ਚੰਗਾ ਧੰਵਾਦ ਜਿ ਇਹਨਾਂ ਨੇ ਦਿੱਤਾ ਪਰ ਢਾਂਚਾ ਕਿੱਥੇ ਆ ਪ੍ਰਕਿਰਿਆ ਕਿੱਥੇ ਆ ਸਾਰੇ ਦਾ ਸਾਰਾ ਸਿਸਟਮ ਵਿਅਕਤੀ ਵਿਸ਼ੇਸ਼ ਤੇ ਹੋ ਕੇ ਕਿਉਂ ਚੱਲਦਾ ਹੁਣ ਮਾਲਵਿੰਦਰ ਸਿੰਘ ਕੰਗੋਰੀ ਸਾਹਮਣੇ ਆ ਗਿਆ ਉਹ ਕਹਿੰਦੇ ਜੀ ਝੂਠ ਗਲਤ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ ਉਹ ਕਹਿੰਦੇ ਜੀ ਕੁਫਰ ਤੋਲਿਆ ਜਾ ਰਿਹਾ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹਰਾਂ ਦੇ ਘਰ ਦਾ ਕਹਿੰਦੇ ਜੀ ਕੋਈ ਕਨੈਕਸ਼ਨ ਨਹੀਂ ਕਟਿਆ ਗਿਆ ਸਗੋਂ 6000 ਰੁਪਿਆ ਕਹਿੰਦੇ ਜੀ ਉਹ ਬਿਜਲੀ ਦਾ ਬਿੱਲ ਤਰਨ ਲਈ ਖਾਤੇ 'ਚ ਪਲੱਸ ਪਿਆ ਜਮਾ ਪਿਆ ਕਨੈਕਸ਼ਨ ਕਿਵੇਂ ਕਟਿਆ ਜਾ ਸਕਦਾ ਕੋਈ ਕਨੈਕਸ਼ਨ ਨਹੀਂ ਕਟਿਆ ਦੂਸਰਾ ਉਹ ਕਹਿੰਦੇ ਜੀ ਜਿਹੜਾ ਮਿਊਜ਼ੀਅਮ ਬਣਿਆ ਮਿਊਜ਼ੀਅਮ ਦਾ ਕੋਈ ਕਨੈਕਸ਼ਨ ਨਹੀਂ ਕਟਿਆ ਗਿਆ 18 ਤਰੀਕ ਦਾ ਬਿੱਲ ਦਿੱਤਾ ਫਿਰ ਕਹਿੰਦੇ ਜੀ ਕੋਈ ਡਿਪਟੀ ਡਾਇਰੈਕਟਰ ਹੈਗੇ ਆ ਉਧਰਲੇ ਪਾਸੇ ਜ਼ਰੂਰ ਕਹਿੰਦੇ ਜੀ ਕੋਈ ਕਨੈਕਸ਼ਨ ਕੱਟਣ ਦੀ ਗੱਲ ਚੱਲਦੀ ਆ ਪਰ ਉਹ ਵੀ ਕਹਿੰਦੇ ਰਸੀਦ ਹੈ 18 ਤਰੀਕ ਦਾ ਬਿੱਲ ਤਾਰਿਆ ਸੰਧਾਲਿਆ ਸਭ ਸਾਨੂੰ ਨਹੀਂ ਪਤਾ ਮਾਲਵਿੰਦਰ ਸਿੰਘ ਕੰਗ ਸੱਚ ਬੋਲਦੇ ਨੇ ਸਾਨੂੰ ਨਹੀਂ ਪਤਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੱਚ ਬੋਲਦੇ ਆ ਸਾਨੂੰ ਤਾਂ ਇਹ ਪਤਾ ਕਿ ਭਾਈ ਜੇ ਕੋਈ ਕਨੈਕਸ਼ਨ ਕੱਟਿਆ ਤਾਂ ਸਪਸ਼ਟ ਕਰੋ ਕਨੈਕਸ਼ਨ ਕਾਹਦਾ ਕੱਟਿਆ ਕਿਹਨੇ ਉਹ ਬਿੱਲ ਭਰਨਾ ਸੀ ਕਿਹੜੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੀ ਲੇਟ ਕਿਉਂ ਹੋਇਆ ਤੇ ਦੂਸਰਾ ਜੇ ਕਨੈਕਸ਼ਨ ਨਹੀਂ ਕੱਟਿਆ ਗਿਆ ਤਾਂ ਫਿਰ ਰੌਲਾ ਕਿਉਂ ਪਿਆ ਦੋਵੇਂ ਤਰ੍ਹਾਂ ਖਟਕੜ ਕਲਾਚ ਇਕੱਠੇ ਹੋ ਕੇ ਬਹਿ ਸਕਦੇ ਹਾਂ ਦੋ ਲੀਟਰ ਉਧਰੋਂ ਆ ਜਾਓ ਦੋ ਲੀਟਰ ਉਧਰੋਂ ਆ ਜਾਓ ਇਕੱਠੇ ਹੋ ਜਾਓ ਆਪਣੇ ਡਾਕੂਮੈਂਟ ਪ੍ਰੈਸ ਦੇ ਸਾਹਮਣੇ ਲੋਕਾਂ ਨੂੰ ਦਿਖਾਓ ਫਿਰ ਪਤਾ ਲੱਗੇ ਲੋਕਾਂ ਨੂੰ ਕਿ ਸੱਚ ਕੌਣ ਬੋਲਦਾ ਤੇ ਝੂਠ ਕੌਣ ਬੋਲਦਾ ਪਰ ਸ਼ਹੀਦਾਂ ਦੇ ਪਿੰਡ ਦੇ ਵਿੱਚ ਜਾ ਕੇ ਆਹ ਕੰਮ ਜਿਹੜਾ ਉਹ ਨਾ ਹੁੰਦਾ ਤਾਂ ਚੰਗਾ ਸੀ ਆਮ ਲੋਕ ਬਹੁਤ ਫਸਿਆ ਹੋਇਆ ਬਹੁਤ ਜ਼ਿਆਦਾ ਸ਼ਰਮਿੰਦਾ ਮਹਿਸੂਸ ਕਰ ਰਹੇ ਆਪਣੇ ਆਪ ਨੂੰ ਅਨੇ ਦੇਖੋ ਜੇ ਇਹ ਤੇ ਦੇ ਵਿੱਚ ਸਿਆਸਤ ਹੈ ਕੋਈ ਫੇਰ ਤੇ ਗੱਲ ਮਾੜੀ ਹੈ ਤੇ ਜੇ ਇੱਚ ਸੱਚਾਈ ਹੈ ਤੇ ਫਿਰ ਉਹ ਤੂੰ ਹੀ ਮਾੜੀ ਆ ਵੈਸੇ ਮੈਂ ਇਹ ਗੱਲ ਸੋਚਦਾ ਸੀ ਬਾਦ ਸਾਹਿਬ ਕਿ ਵੀ ਜੇ ਕੋਈ ਵੱਡਾ ਬੰਦਾ ਹੋਵੇ ਵੱਡਾ ਲੀਡਰ ਹੋਵੇ ਆਪਾਂ ਪਿਛਲੇ ਸਮੇਂ ਚਲੋ ਨਾਂ ਨਹੀਂ ਲੈਂਦੇ ਬੜੀ ਵਾਰ ਤੁਸੀਂ ਖਬਰਾਂ ਸੁਣੀਆਂ ਹੋਣੇ ਜੀ ਫਲਾਣੇ ਫਲਾਣੇ ਸਾਹਿਬ ਦਾ ਘਰ ਦਾ ਐਨੇ ਲੱਖ ਬਿੱਲ ਪੈਂਡਿੰਗ ਫਲਾਣੇ ਫਲਾਣੀ ਥਾਂ ਦੇ ਉੱਪਰ ਜੀ ਫਲਾਣਾ ਫਲਾਣਾ ਮਹਿਕਮਾ ਉਹਦੇ ਫਲਾਣੇ ਫਲਾਣੇ ਦਫ਼ਤਰ ਦਾ ਐਨੇ ਐਨੇ ਲੱਖ ਬਿੱਲ ਪੈਂਡਿੰਗ ਐ ਵੀ ਉਹਨਾਂ ਦੇ ਬਿੱਲ ਪੈਂਡਿੰਗ ਹੁੰਦੇ ਆ ਸਾਲਾਂ ਬੱਧੀ ਪੈਂਡਿੰਗ ਉਹਦੇ ਕੋਈ ਕਨੈਕਸ਼ਨ ਕੱਟਣ ਜਾਂਦਾ ਹੀ ਨਹੀਂ ਤੇ ਇਥੇ ਜੇ ਮੰਨ ਲਓ ਇਸ ਤੋਂ ਪਹਿਲਾਂ ਉਹ ਕਹਿੰਦੇ ਜੀ ਕਟਣ ਦੀ ਗੱਲ ਹੋਈ ਜਾਂ ਕਿੱਦਾਂ ਵੀ ਆ ਉਦੋਂ ਜਿਹੜੇ ਬੰਦੇ ਕੱਟਣ ਜਾਂਦੇ ਆ ਕੋਈ ਤੇ ਲਿਖ ਕੇ ਦਿੰਦਾ ਉਹ ਵੀ ਹਾਂ ਵੀ ਆ ਕੰਮ ਕਰਿਆ ਉਹਨਾਂ ਦੇ ਦਿਮਾਗ 'ਚ ਨਹੀਂ ਆਉਂਦੀ ਹੋਊਗੀ ਗੱਲ ਵੀ ਯਾਰ ਉਧਰ ਤੇ ਆਪਣੀ ਜ਼ਰਤ ਨਹੀਂ ਪੈਂਦੀ ਤੇ ਆਪਾਂ ਇੱਧਰ ਕਾਹ ਲਈ ਤੁਰ ਪਏ ਨੇ ਉਹਨਾਂ 'ਚ ਸੋਚਣ ਵਾਲੀ ਗੱਲ ਹੈ ਇੱਕ ਬਾਕੀ ਗੱਲ ਤਾਂ ਠੀਕ ਹੈ ਵੀ ਜੇ ਸਾਰਾ ਕੁਝ ਆਟੋਮੈਟਿਕ ਹੋ ਜਵੇ ਜੇ ਮਾਪਿਆਂ ਨੂੰ ਲੱਗਦਾ ਵੀ ਹਾਂ ਜੀ ਆ ਇੱਕ ਸਥਾਨ ਹੈ ਇਸ ਸਥਾਨ ਦਾ ਇੰਨਾ ਕ ਖਰਚਾ ਇੰਨਾ ਕ ਬੇਲਾਉਂਦਾ ਤੇ ਇਹ ਇਹ ਦਾ ਇੰਨਾ ਕ ਸਾਲ ਦਾ ਖਰਚਾ ਤੂੰ ਮੰਨ ਲਓ ਵੀ ਇੱਕ ਜਿਹੜੀ ਜੋ ਵੀ ਉੱਥੇ ਪ੍ਰਬੰਧਕੀ ਕਮੇਟੀ ਹੈ ਜਾਂ ਪ੍ਰਬੰਧ ਕਰਨ ਵਾਲੇ ਲੋਕ ਨੇ ਉਹ ਆਲਰੇਡੀ ਬਜਟ ਦੇ ਵਿੱਚ ਉਹ ਰੱਖ ਲੈਣ ਭਾਈ ਸਾਹਿਬ ਸਾਲ ਦਾ ਇੰਨਾ ਦਾ ਇਹਦਾ ਬਿਜਲੀ ਦਾ ਖਰਚਾ ਜਾਣਾ ਉਹ ਆਪਾਂ ਪਾਸੇ ਰੱਖ ਦਿੰਦੇ ਨੇ ਪਹਿਲੇ ਬਾਕੀ ਦੇ ਕੰਮ ਹੁੰਦੇ ਰਹਿਣਗੇ ਤੇ ਫਿਰ ਤੇ ਲੋੜ ਹੀ ਨਾ ਪਵੇ ਨਾ ਵੀ ਆਪਾਂ ਹਰ ਵਾਰ ਜਾ ਕੇ ਬਿੱਲ ਵੇਖਣਾ ਜੀ ਕਿੰਨਾ ਆਇਆ ਜੀ ਉਤਰਿਆ ਕਿ ਨਹੀਂ ਤਰਿਆ ਜੀ ਹੁਣ ਜੇ ਇਹੋ ਜੀਆਂ ਚੀਜ਼ਾਂ ਵੀ ਆਪਾਂ ਆਟੋਮੈਟਿਕ ਨਹੀਂ ਕਰ ਸਕਦੇ ਜਾਂ ਨਹੀਂ ਕਰ ਸਕੇ ਹੁਣ ਤੱਕ ਜਦੋਂ ਪਿਛਲੀਆਂ ਦੀ ਗੱਲ ਵੀ ਕਰ ਲਈਏ ਤੇ ਫੇਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਆਪਾਂ ਮਹਾਰਾਜ ਉਹਨਾਂ ਨੂੰ ਬਹੁਤ ਯਾਦ ਰੱਖਦੇ ਆ ਮਨ ਦੇ ਵਿੱਚ ਤੇ ਉਹਨਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਸੰਧਾਲੀਆ ਸਾਬ ਤੁਸੀਂ ਗੁੱਸਾ ਕਰਨਾ ਮੈਂ ਗੱਲ ਕਹਿਣ ਲੱਗਿਆ ਨਹੀਂ ਮੈਂ ਮੈਂ ਤੇ ਕਰੂੰ ਭਾਈ ਕਿਉਂਕਿ ਦੇਖੋ ਮੈਂ ਤਾਂ ਤੁਹਾਨੂੰ ਕਹਿ ਸਕਦਾ ਨਾ ਮੇਰਾ ਜੋਰ ਹੀ ਤੁਹਾਡੇ ਤੇ ਚੱਲਦਾ ਉਦਾਂ ਤਾਂ ਆਪਾਂ ਗੱਲ ਨਹੀਂ ਕਹਿ ਸਕਦੇ ਭਾਈ ਅਗਲੇ ਡਾਂਗ ਫੇਰਨਗੇ ਕੱਲ ਨੂੰ ਤੁਸੀਂ ਇਹ ਦੇਖੋ ਜਿੰਨੇ ਕ ਅੱਪਾ ਵਾਰੀ ਵਾਰੀ ਗੱਲ ਸੁਣਦੇ ਜੇ ਕਿਸੇ ਪੰਜਾਬ ਦੇ ਲੀਡਰ ਨੂੰ ਪੁੱਛ ਲੋ ਕਿਸੇ ਨੂੰ ਪੁੱਛ ਲੋ ਕੋਈ ਬੰਦਾ ਸੱਤਾਧਾਰੀ ਆ ਕੋਈ ਵਿਰੋਧੀ ਆ ਕਿਉਂਕਿ ਸਰਕਾਰਾਂ ਬਦਲ ਬਦਲ ਕੇ ਸਾਰਿਆਂ ਦੀਆਂ ਆ ਹਰ ਲੀਡਰ ਇਹ ਕਹਿੰਦਾ ਜੀ ਮੈਂ ਦਫ਼ਤਰ ਬੈਈ ਨਹੀਂ ਹੂੰ ਮੈਂ ਦਫ਼ਤਰ ਬੈ ਕੇ ਲੋਕਾਂ ਦੇ ਕੰਮ ਕਰਦਾ ਠੀਕ ਆ ਬਹੁਤ ਚੰਗੀ ਗੱਲ ਐ ਕੋਈ ਵਿਰੋਧੀ ਤੇਰਚ ਉਹ ਵੀ ਕਹਿੰਦੇ ਜੀ ਅਸੀਂ ਲੋਕਾਂ ਦੀ ਗੱਲ ਸੁਣੀਦੀ ਆ ਲੋਕ ਸਾਡੇ ਕੋਲੇ ਕੰਮ ਕਰਾਉਣ ਆਉਂਦੇ ਆ ਫੇਰ ਪੁੱਛੀ ਤੇ ਕਿਹੜਾ ਕੰਮ ਆ ਜੀ ਜੀ ਕਿ ਸਿੱਧਾ ਥਾਣੇ ਕੰਮ ਹੁੰਦਾ ਕਿਸੇ ਦਾ ਤਹਿਸੀਲੇ ਕੰਮ ਹੁੰਦਾ ਕਿਸੇ ਨੇ ਕੋਈ ਕਾਰਡ ਬਣਾਉਣਾ ਹੁੰਦਾ ਕਿਸੇ ਨੇ ਕੋਈ ਨਾਂ ਦੇ ਵਿੱਚ ਕੋਈ ਦਰਸਤੀ ਕਰਾਉਣੀ ਹੁੰਦੀ ਹੈ ਕਿ ਆਪਾਂ ਉਸੇ ਵੇਲੇ ਸਾਰਿਆਂ ਦਾ ਕੰਮ ਕਰੀਦਾ ਆਪਾਂ ਲੋਕਾਂ ਨੂੰ ਖਾਲੀ ਨਿਉੜਿਆ ਬਹੁਤ ਚੰਗੀ ਗੱਲ ਹੈ ਜੇ ਲੀਡਰ ਇਦਾਂ ਕਰਦੇ ਆ ਨਾ ਤਾਂ ਇਹਦੇ ਤੋਂ ਚੰਗਾ ਕੀ ਹੋ ਸਕਦਾ ਪਰ ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਗੱਲ ਚੱਲਦੀ ਹੈ ਗੱਲ ਖਟਕੜ ਕਲਾਂ ਦੀ ਚੱਲਦੀ ਹੈ ਸੰਧਾੜੀਆਂ ਸਭ ਕੀ ਜਦੋਂ ਨੌਜਵਾਨ ਭਾਰਤ ਸਭਾ ਬਣੀ ਹੋਏਗੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰਸ਼ੇਖਰ ਆਜ਼ਾਦ ਸਾਹਿਬ ਉਹ ਲੋਕਾਂ ਨੇ ਅੰਗਰੇਜ਼ਾਂ ਨੂੰ ਭਜਾਉਣ ਦੇ ਲਈ ਜਾਨਾਂ ਇਸ ਕਰਕੇ ਕੁਰਬਾਨ ਕੀਤੀਆਂ ਹੋਣਗੀਆਂ ਕਿ ਭਾਈ ਆਪਾਂ ਐਸਾ ਦੇਸ਼ ਬਣਾਉਣਾ ਹੈ ਜਿੱਥੇ ਆਮ ਲੋਕਾਂ ਨੂੰ ਕੰਮ ਕਰਨ ਦੇ ਲਈ ਐਮਐਲਏ ਦੇ ਦਫ਼ਤਰ ਜਾਣਾ ਪਊਗਾ ਕਿ ਭਾਈ ਮੇਰੇ ਨਾਲ ੱਤਕਾ ਹੋਇਆ ਮਾੜਾ ਜਿਹਾ ਪਰਚਾ ਕਰਾਉਣਾ ਹੈ ਐਮਐਲਏ ਸਾਹਿਬ ਟੈਲੀਫੋਨ ਕਰਿਓ ਜਣੀ ਅੱਜ ਖੜਕੜ ਕਹਿੰਦੀ ਗੱਲ ਚੱਲੀ ਆ ਨਾ ਕਿ ਕੀ ਉਹਨਾਂ ਨੇ ਇਦਾਂ ਦਾ ਦੇਸ਼ ਸਤਿਕਾਰਯੋਗ ਲੀਡਰ ਸਾਹਿਬਾਨੋ ਉਹਨਾਂ ਨੇ ਇਦਾਂ ਦਾ ਢਾਂਚਾ ਬਿਲਕੁਲ ਨਹੀਂ ਚਿਤਵਿਆ ਹੋਣਾ ਕਿ ਜਿੱਥੇ ਤਹਿਸੀਲੇ ਕੋਈ ਕੰਮ ਆ ਕਿ ਅਧਿਕਾਰੀ ਐਮ ਐਲ ਏ ਦਾ ਟੈਲੀਫੋਨ ਉਡੀਕੇ ਸਰਕਾਰ ਭਾਵੇਂ ਅਕਾਲੀ ਭਾਜਪਾ ਦੀ ਸੀ ਭਾਵੇਂ ਕਾਂਗਰਸ ਦੀ ਸੀ ਭਾਵੇਂ ਆਮ ਆਦਮੀ ਪਾਰਟੀ ਦੀ ਹੈ ਉਹਨਾਂ ਨੇ ਇਹ ਬਿਲਕੁਲ ਹੀ ਕਿਉਂ ਆਮ ਬੰਦੇ ਨੂੰ ਥਾਣੇ ਚੋਂ ਕਚਹਿਰੀ ਚੋਂ ਮਾਲ ਮਹਿਕਮੇ ਚੋਂ ਨਹਿਰੀ ਵਿਭਾਗ ਚੋਂ ਸਿੱਖਿਆ ਵਿਭਾਗ ਚੋਂ ਕਿਸੇ ਵੀ ਵਿਭਾਗ ਦੇ ਵਿੱਚ ਉਹ ਕੰਮ ਕਰਾਉਣ ਦੇ ਲਈ ਜਿਹੜੇ ਅਧਿਕਾਰੀ ਨੂੰ ਆਪਾਂ ਤਨਖਾਹ ਦਿੰਨੇ ਆ ਜਿਹੜੇ ਕਰਮਚਾਰੀ ਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਜਾਨੀ ਕਿ ਖਜ਼ਾਨੇ ਚੋਂ ਤਨਖਾਹ ਮਿਲਦੀ ਹੈ ਉਹ ਲੋਕਾਂ ਦਾ ਕੰਮ ਕਰਨ ਲਈ ਮਿਲਦੀ ਹੈ ਲੋਕ ਉਹਨਾਂ ਦੇ ਕੋਲ ਸਿੱਧਾ ਜਾ ਕੇ ਆਪਣਾ ਕੰਮ ਕਿਉਂ ਨਹੀਂ ਕਰਾ ਸਕਦੇ ਉਹਨਾਂ ਨੂੰ ਕਿਸੇ ਸਿਆਸੀ ਲੀਡਰ ਦੀ ਸਿਫਾਰਿਸ਼ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਮਸਲਾ ਕੱਲਾ ਇਹ ਨਹੀਂ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹਰਾਂ ਦੇ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਆਪਣੇ ਆਪ ਆਟੋਮੈਟਿਕਲੀ ਕਿਉਂ ਨਹੀਂ ਜਾਂਦਾ ਆਮ ਲੋਕਾਂ ਦੇ ਕੰਮ ਆਟੋਮੈਟਿਕਲੀ ਕਿਉਂ ਨਹੀਂ ਹੁੰਦੇ ਇਹ ਦੇਸ਼ ਇਦਾਂ ਦਾ ਨਹੀਂ ਸੀ ਚਿਤਵਿਆ ਸਾਡੇ ਐਮਐਲਏ ਸਹਿਬਾਨ ਦਾ ਸਾਡੇ ਮੰਤਰੀ ਸਹਿਬਾਨ ਦਾ ਇਹ ਕੰਮ ਨਹੀਂ ਕਿ ਲੋਕ ਉਹਨਾਂ ਦੇ ਕੋਲੇ ਆਉਣ ਤੇ ਉਹ ਟੈਲੀਫੋਨ ਕਰਾਉਣ ਤੇ ਉਹਨਾਂ ਦਾ ਕੰਮ ਹੋਵੇ ਉਹਨਾਂ ਦਾ ਕੰਮ ਹੈ ਵਿਧਾਨ ਸਭਾ 'ਚ ਉਹਨਾਂ ਦਾ ਕੰਮ ਹੈ ਲੋਕਾਂ ਦੇ ਮੁੱਦੇ ਚੁੱਕਣਾ ਉਹਨਾਂ ਦਾ ਕੰਮ ਹੈ ਕਾਨੂੰਨ ਬਣਾਉਣਾ ਬੇਲੋੜੇ ਕਾਨੂੰਨ ਰੱਦ ਕਰਨੇ ਜੇ ਕਿਤੇ ਲੋੜਾ ਤੇ ਕਾਨੂੰਨਾਂ 'ਚ ਸੋਧ ਕਰਨੀ ਜਦ ਕਿ ਮੁੱਖ ਕੰਮ ਆਹ ਰਹਿ ਗਿਆ ਤੇ ਉਹਦੇ ਵਿੱਚ ਸੁਧਾਰ ਕਰਨ ਦੀ ਕੋਈ ਵੀ ਹੁਣ ਮੈਂ ਕਹਿੰਦਾ ਸਿਆਸੀ ਪਾਰਟੀਆਂ ਦੇ ਲੀਡਰ ਕਹਿੰਦੇ ਜੀ ਬਿੱਲ ਅਸੀਂ ਦੇ ਦਨੇ ਆ ਚਾਹੇ ਆਪ ਵਾਲੇ ਦੇਣ ਚਾਹੇ ਕਾਂਗਰਸ ਵਾਲ ਜਾਂ ਤਾਂ ਉਹਦੀ ਸਾਰੀ ਉਮਰ ਦਾ ਲਾਉ ਨਾ ਕਿਆ ਲੋਜੀ ਚੈੱਕ ਕੱਟ ਕੇ ਦਿੱਤੇ ਆ ਜਿੰਨਾ ਵੀ ਲਾ ਲਿਆ ਕਰੂਗਾ ਭਰ ਲਿਆ ਕਰੋ ਟੰਟਾ ਮਕਾਈਏ ਆਪਾਂ ਇਦਾਂ ਨਹੀਂ ਤੁਸੀਂ ਲੀਡਰ ਹੋ ਤੁਸੀਂ ਸਿਸਟਮ ਦਰੁਸਤ ਕਰਨਾ ਹੈ ਤੇ ਜੇ ਤੁਸੀਂ ਸਿਸਟਮ ਦਰੁਸਤ ਨਹੀਂ ਕਰਦੇ ਫਿਰ ਲੋਕ ਤਾਂ ਤੁਹਾਡੇ ਦਫ਼ਤਰਾਂ ਚ ੱਤੇ ਖਾਣਗੇ ਭਾਵੇਂ ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤਾਂ ਭਾਵੇਂ ਸੱਤਾਧਾਰੀ ਧਿਰ ਦੇ ਵਿੱਚ ਲੋਕਾਂ ਦੀਆਂ ਫਿਰ ਸਮੱਸਿਆਵਾਂ ਲੋਕਾਂ ਦੇ ਕਸ਼ਟ ਨਹੀਂ ਦੂਰ ਹੁੰਦੇ ਲੀਡਰਸ਼ਿਪ ਤੁਹਾਡੀ ਚਮਕਦੀ ਹੋ ਸਕਦੀ ਹੈ ਨਹੀਂ ਵੀ ਨਾ ਬਾਤ ਸਭ ਝੂਲੀਆਂ ਗੱਲਾਂ ਕਰਨ ਲੱਗ ਪੈਂਦੇ ਆ ਵੀ ਜੇ ਮੰਨ ਲਓ ਸਾਰਾ ਕੁਝ ਆਟੋਮੈਟਿਕ ਹੋ ਹੀ ਗਿਆ ਮੰਨ ਲਓ ਆਪਾਂ ਬਾਹਰਲੇ ਮੁਲਕਾਂ ਦੀ ਉਦਾਹਰਨ ਲੈ ਲੀਨੇ ਆ ਵੀ ਉੱਥੇ ਵੀ ਲੀਡਰ ਦਾ ਪਤਾ ਹੀ ਨਹੀਂ ਕੋਈ ਕੌਣ ਐ ਐਮਐਲਏ ਆ ਕੌਣ ਲੀਡਰ ਆ ਕਿਹਦੇ ਤੱਕ ਕੋਈ ਜਾਣਾਂ ਕਿਹਦੇ ਤੱਕ ਨਹੀਂ ਜਾਣਾਂ ਸਾਰਾ ਕੁਝ ਸਿਸਟਮ ਦੇ ਵਿੱਚ ਹੈਗਾ ਤੁਸੀਂ ਆਪਣੇ ਕੰਮ ਦੇ ਹਿਸਾਬ ਨਾਲ ਸਿਸਟਮ ਦੇ ਹਿਸਾਬ ਨਾਲ ਚੱਲੀ ਜਾਂਦੇ ਹੋ ਤੇ ਇੱਥੇ ਆਪਾਂ ਨੂੰ ਇਹ ਵੀ ਤੇ ਪਤਾ ਨਹੀਂ ਨਾ ਲੱਗਦਾ ਚਲੋ ਆਪਾਂ ਦਾ মিডিਆ ਦਾ ਕਰਕੇ ਆਪ ਨੂੰ ਸਮਝ ਆ ਜਾ ਬਹੁਤਾ ਕਰਕੇ ਲੋਕਾਂ ਨੂੰ ਵੀ ਇਹ ਵੀ ਨਹੀਂ ਪਤਾ ਲੱਗਦਾ ਵੀ ਕਦੋਂ ਕਿਹੜੀ ਇਲੈਕਸ਼ਨ ਹੋ ਗਈ ਕਦੋਂ ਕਿੱਥੇ ਵੋਟਾਂ ਪਾਈਆਂ ਕਤੋਂ ਕੌਣ ਵੋਟ ਪਾਉਣ ਗਿਆ ਕੌਣ ਨਹੀਂ ਗਿਆ ਚਲੋ ਆਪਣੇ ਵਾਲਾ ਭਾਈ ਜਰਾ ਤਾਂ ਜੇ ਫਿਰ ਵੀ ਕਿਉਂਕਿ ਇਧਰ ਅਵੇਰਨੈਸ ਕਰਕੇ ਚਲੇ ਚੁਲੇ ਜਾਂਦਾ ਕਈ ਆਪਾਂ ਨੂੰ ਬੰਦੇ ਇਧਰ ਦੇ ਨਿਵਾਸੀ ਮਿਲਦੇ ਆ ਜਿਹੜੇ ਨਹੀਂ ਵੋਟ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਅੱਛਾ ਇਹ ਮੈਨੂੰ ਕੀ ਲੋੜ ਪਈ ਹੈ ਲੀਡਰ ਦੀ ਵੋਟ ਪਾਉਣ ਦੀ ਤੇ ਹੁਣ ਜੇ ਕਾਰਨ ਇਹ ਆ ਵੀ ਇਧਰ ਬੰਦੇ ਇਧਰੋਂ ਹੀ ਘੇੜੇ-ਘੂੜੇ ਮਾਰ ਕੇ ਜਾਂਦੇ ਨੇ ਉਹ ਸਮਝ ਜਾਂਦੇ ਉਹ ਕਹਿੰਦੇ ਗੁਰੂ ਉਹ ਇਦਾਂ ਬਿਲਕੁਲ ਨਾ ਕਰਿਓ ਕਿਤੇ ਵੀ ਲੋਕ ਆਪਣੇ ਤੌਰ ਤੇ ਹੀ ਉਹਦਾ ਦਫਤਰੇ ਕੰਮ ਹੋਈ ਗਿਆ ਲੋੜ ਹੀ ਨਹੀਂ ਪਈ ਸਾਡੀ ਕੱਲ ਨੂੰ ਫੇਰ ਅਹੀਂ ਜਾ ਕੇ ਆਹਾਨ ਕਿੱਦਾਂ ਕਰਨਾ ਉਹਨਾਂ ਦੇ ਸਿਰ ਤੇ ਹਾਂ ਮਾਤਾ ਤਕੜੀਆਂ ਪੈਨਸ਼ਨ ਫੇ ਲਵਾ ਕੇ ਦਿੱਤੀ ਨਾ ਤੇਰੀ ਹਾਂ ਮੈਂ ਤੈਨੂੰ ਕਿਹਾ ਸੀ ਵੀ ਮੈਂ ਤੇਰੀ ਪੈਨਸ਼ਨ ਲਵਾ ਕੇ ਬੰਦਾ ਪੁੱਛੇ ਵੀ ਪੈਨਸ਼ਨ ਖਜਾਨੇ ਚ ਆਉਣੀ ਕਾਨੂੰਨ ਕੋ ਹੋਰ ਬਣਿਆ ਉਦੋਂ ਪਹਿਲਾਂ ਕੋ ਲੀਡਰ ਸਾਹਿਬ ਹੋਰ ਸੀ ਮਾਤਾ ਨੂੰ ਪੈਨਸ਼ਨ ਉਦੋਂ ਹੀ ਮਾੜੀ ਮੋਟੀ ਮਿਲ ਜਾਂਦੀ ਸੀ ਕੋੜਾ ਥੋੜਾ ਜਿਹਾ ਰੋਗੀ ਕਿਹੜੀ ਨੂੰ ਰੋਗੀ ਚਲੋ ਉਹ ਤਾਂ ਬਾਅਦ ਦੇ ਸਿਸਟਮ ਨੇ ਦੁਬਾਰਾ ਲੀਡਰ ਸਾਹਿਬ ਆਏ ਤੇ ਲੀਡਰ ਸਾਹਿਬ ਨੇ ਕਿਹਾ ਵੀ ਹਾਂ ਮੈਂ ਹੁਣ ਮਾਤਾ ਤੇ ਆਹਾਨ ਕੀਤਾ ਵੀ ਮੈਂ ਇਹਨੂੰ ਪੈਨਸ਼ਨ ਦਵਾਈ ਕਿਹੜਾ ਜੇਬ ਚੋਂ ਦਿੱਤੀ ਪਰ ਗੱਲ ਇਹ ਜਿਹੜਾ ਪ੍ਰਭਾਵ ਪੈਣਾ ਹੁੰਦਾ ਵੀ ਹਾਂ ਅੱਛਾ ਅੱਛਾ ਮਹਾਰਾਜ ਜੀ ਤੁਸੀਂ ਵਾਹੀ ਤੁਸੀਂ ਨਾ ਦੇਦੇ ਫੇਦੇ ਓਦਾਂ ਹੀ ਰੁੱਟ ਜਾਣਾ ਹੈ ਉਹ ਵਾਲੀ ਫੀਲਿੰਗ ਹੀ ਨਾ ਆਉਂਦੀ ਉਹਨੂੰ ਤੁਸੀਂ ਤੇ ਚਾਹਨਾ ਵੀ ਲੋਕਾਂ ਨੂੰ ਇਦਾਂ ਖੜਾ ਛੱਡਦੇ ਇਦਾਂ ਕਿਦਾਂ ਛੱਡਦੀ ਨਹੀਂ ਗੱਲ ਸੰਧਾਲੀ ਸਾਬ ਥੋੜੀ ਠੀਕ ਹੈ ਚਲੋ ਬਾਕੀ ਮਰਜੀ ਭਾਈ ਤੁਹਾਡੀ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਮਾਈ ਬਾਪ ਕਹਿ ਕੇ ਥੋੜਾ ਜਿਹਾ ਐ ਸਿੰਪਲ ਇੱਕ ਉਦਾਹਰਨ ਵੇਖੋ ਨਾ ਇੱਧਰ ਮੰਨ ਲਓ ਵੀ ਤੁਸੀਂ ਕੋ ਆਪਣਾ ਕੰਮ ਕਰਾਉਣ ਗਏ ਫਲਾਨਾ ਕਾਰਡ ਬਣਾਉਣਾ ਤੁਸੀਂ ਗਏ ਉੱਥੇ ਜਾ ਕੇ ਆਪਣਾ ਸਾਰਾ ਡਿਟੇਲ ਦਿੱਤੀ ਅਗਲਾ ਨੇ ਕਹਿਤਾ ਵੀ ਹਫਤੇ ਜਾਂ 10 ਦਿਨ ਬਾਅਦ ਕਾਰਡ ਘਰੇ ਆ ਜੂ ਚਿੱਠੀ ਆਈ ਕਾਰਡ ਤੁਹਾਡੇ ਕੋਲ ਆ ਗਿਆ ਵੱਲੋਂ ਲਾਇਸੈਂਸ ਹੀ ਆ ਗਿਆ ਤੇ ਜੇ ਉੱਧਰ ਹੀ ਤੁਸੀਂ ਇੱਧਰ ਦੇ ਸਹਾਨਾ ਆਧਾਰਨ ਦਿਓ ਤੇ ਅਗਲਾ ਕਹਿੰਦਾ ਯਾਰ ਓਹੋ ਫਲਾਨਾ ਕਾਗਜ਼ ਬਣਾਉਣਾ ਉਹ ਕਹਿੰਦੇ ਕਿਹੜਾ ਦਫ਼ਤਰ ਕਹਿੰਦੇ ਆ ਦਫ਼ਤਰ ਇੱਧਰ ਨਹੀਂ ਜਾਣਾ ਬਈ ਨਾ ਪਹਿਲਾਂ ਫੋਨ ਕਰਾਉਣਾ ਪੈਣਾ ਫੇਕ ਅਦਾ ਬੰਦਾ ਨਾਲ ਗਾਣਾ ਪੈਣਾ ਉਹ ਵੀ ਗੱਲ ਨਹੀਂ ਬਣਦੀ ਤੇ ਉੱਥੇ ਕਹਿੰਦਾ ਕਿਸੇ ਦੀ ਮੁੱਠ ਕਰਮ ਕਰਨੀ ਪੈਣੀ ਆ ਉਦੋਂ ਬਾਅਦ ਕੋਈ ਚਿੱਠੀ ਰਾਹੀਂ ਕਰੇ ਥੋੜਾ ਹੋਣੀ ਚਾਹੀਏ ਫਿਰ ਉਥੇ ਦੇ ਗੇੜੇ ਤੇ ਜਿਹੜਾ ਮਾਰਾ ਇੱਕ ਕੋ ਕੋ ਪਤਾ ਤੇ ਇੱਕ ਅਦਾ ਬੰਦਾ ਤੇ ਮੇਰੇ ਕਾ ਬਾਹਰ ਹੀ ਬੈਠਾ ਉਹ ਕਹਿੰਦਾ ਭਾਈ ਜੀ ਕੀ ਗੱਲ ਤਿੰਨ ਦਿਨ ਹੋ ਗਏ ਗੇੜੇ ਮਾਰਦੇ ਉਹ ਜੀ ਫਲਾਨਾ ਮਾਰਾ ਸਾਡਾ ਕਾਗਜ਼ ਇੱਕ ਠਕੋ ਫਿਰ ਤੁਸੀਂ ਕਰਦਾ ਮੈਂ ਕੁਛ ਰੱਖਿਓ ਥੋੜਾ ਜਿਹਾ ਤੁਸੀਂ ਮੇਰਾ ਵੀ ਖਾ ਹੁਣ ਜਦੋਂ ਉਸ ਲੈਵਲ ਤੱਕ ਬੰਦਾ ਅਗਲਾ ਆਉਂਦਾ ਵੀ ਭਾਈ ਸਾਹਿਬ ਮੈਂ ਵੀ ਕੁਛ ਹੈਗਾ ਤੇ ਤੁਸੀਂ ਕਹਿੰਦੇ ਵੀ ਜਿਹੜੇ ਚੁਣੇ ਹੋਏ ਲੀਡਰ ਸਾਹਿਬਾਨ ਨੇ ਸਤਕਾਰਿਓ ਉਹ ਵੀ ਨਾ ਚਾਹਣ ਵੀ ਹਾਂ ਭਾਈ ਸਾਹਿਬ ਸਾਨੂੰ ਕੋਈ ਮਤਲਬ ਸਲੂਟ ਨਾ ਮਾਰੇ ਤੇ ਸਾਡੇ ਤੋਂ ਬਾਰੇ ਬਾਰੀ ਉਹ ਨਹੀਂ ਗਲਤ ਸੰਦਾਲੀ ਆ ਸਭ ਤੁਹਾਡੀ ਠੀਕ ਹੈ ਬਾਕੀ ਚਲੋ ਕੋਈ ਗੱਲ ਨਹੀਂ ਹੁਣ ਦੇਖਦੇ ਹਾਂ ਕਿੱਧਰ ਚੱਲਦੇ ਆ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਦਾਵਾ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਦੇ ਵਿੱਚ ਬਹਾਲ ਕਰ ਦੇਣੀ ਹੈ ਕਰਮਚਾਰੀਆਂ ਨੇ ਖੁਸ਼ੀ ਮਨਾਈ ਕਿ ਭਾਈ ਆ ਤਾਂ ਗੱਲ ਹੋਈ ਨਾ ਡਾਕਟਰ ਦਲਜੀਤ ਸਿੰਘ ਚੀਮਾ ਸ਼ਰਮਣੀ ਅਕਾਲੀ ਦਲ ਦੇ ਲੀਡਰ ਨੇ ਪੁਰਾਣੇ ਲੀਡਰ ਆ ਕੈਬਨਿਟ ਮਿਨਿਸਟਰ ਰਹੇ ਆ ਅਕਾਲੀ ਦਲ ਦਾ ਕੰਮਕਾਰ ਇਤਿਹਾਸ ਸਾਰਾ ਕੋ ਸਾਂਭਦੇ ਆ ਜਾਣਦੇ ਆ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਜੇ ਲਾਗੂ ਕਰਨੀ ਹੈ ਉਹਦੇ ਲਈ ਰੁਪਈਏ ਚਾਹੀਦੇ ਆ ਉਹ ਕਹਿੰਦੇ ਐਲਾਨ ਇਹ ਨਹੀਂ ਹੁੰਦਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹ ਕਹਿੰਦੇ ਜੀ ਐਲਾਨ ਇਹ ਹੁੰਦਾ ਹੈ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਹੈ ਉਹਦੇ ਲਈ ਇੰਨਾ ਖਰਚ ਆਉਣਾ ਹੈ ਉਹਦੇ ਲਈ ਇੰਨੇ ਅਸੀਂ ਪੈਸੇ ਐਸ-ਪਾਸੇੋਂ ਕੱਢ ਕੇ ਵੱਖਰੇ ਰੱਖੇ ਆ ਉਹ ਕਹਿੰਦੇ ਇਹ ਤਾਂ ਦੱਸਿਆ ਨਹੀਂ ਕਿ ਪੈਸੇ ਕਿੱਥੋਂ ਆਉਣੇ ਆ ਲੱਖਾਂ ਕਰਮਚਾਰੀ ਨੇ ਜਿਨ੍ਹਾਂ ਨੂੰ ਪੈਨਸ਼ਨ ਦੇਣੀ ਪੈਣੀ ਹੈ ਤੇ ਜੇ ਉਹਦੇ ਲਈ ਪੈਸੇ ਹੀ ਨਾ ੜੜ ਰੱਖੇ ਕਹਿੰਦੇ ਜੇ ਇਲੈਕਸ਼ਨ ਸਟੰਟ ਹੈ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚ ਵੋਟ ਹੈ ਸਿਰਫ ਇਹ ਸ ਕਰਕੇ ਐਲਾਨ ਕੀਤਾ ਗਿਆ ਕਿ ਉੱਥੇ ਜਦੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪ੍ਰਚਾਰ ਕਰਨ ਜਾਂਦੀ ਹੈ ਤਾਂ ਗੁਜਰਾਤ ਦੇ ਵਿੱਚ ਲੋਕਾਂ ਨੂੰ ਇਹ ਆਖ ਸਕੇ ਕਿ ਆਹ ਦੇਖੋ ਜੀ ਸਾਡੀ ਪੰਜਾਬ ਚ ਸਰਕਾਰ ਬਣੀ ਸੀ ਅਸੀਂ ਵਾਦਾ ਕੀਤਾ ਸੀ ਤੁਹਾਡੇ ਸੂਬਿਆਂ ਦੇ ਵਿੱਚ ਤਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੈਗੀ ਲੋਕਾਂ ਨੂੰ 2004 ਤੋਂ ਬਾਅਦ ਪੈਨਸ਼ਨ ਮਿਲਣੀ ਨਹੀਂ ਨੀ ਕਰਮਚਾਰੀਆਂ ਨੂੰ ਆਹ ਦੇਖੋ ਅਸੀਂ ਪੰਜਾਬ ਚ ਬਹਾਲ ਕਰਤੀ ਹੈ ਉਹ ਕਹਿੰਦੇ ਹੋਣੀ ਹੈ ਨਹੀਂ ਹੋਣੀ ਕੋਈ ਹਸਾਬ ਹੀ ਨਹੀਂ ਉਹ ਕਹਿੰਦੇ ਜੇ ਪੈਨਸ਼ਨ ਜੋਗੇ ਪੈਸੇ ਤੁਹਾਡੇ ਕੋਲੇ ਹੁੰਦੇ ਕਰਮਚਾਰੀਆਂ ਦੀਆਂ ਤਨਖਾਹਾਂ ਚਾਰ-ਚਾਰ ਮਹੀਨੇ ਲੇਟ ਕਿਉਂ ਹੁੰਦੀਆਂ ਸਵਾਲ ਪਾਈ ਉਹਨਾਂ ਨੇ ਕੀਤਾ ਤੇ ਸਵਾਲ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਜਵਾਬ ਦੇ ਦੇਵੇ ਨਹੀਂ ਨਹੀਂ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਕਿਉਂਕਿ ਜਿਹੜਾ ਪੌਖਲਾ ਉਹਨਾਂ ਨੇ ਪ੍ਰਗਟ ਕੀਤਾ ਨਾ ਉਹ ਹੈ ਤੇ ਸਹੀ ਹੈ ਕਿਉਂਕਿ ਇਹਦੋਂ ਪਹਿਲਾਂ ਜੇ ਚੀਜ਼ਾਂ ਬੰਦ ਹੁੰਦੀਆਂ ਰਹੀਆਂ ਜੇ ਕਰਮਚਾਰੀਆਂ ਦੀ ਪੈਨਸ਼ਨ ਤੇ ਚਲੋ ਫਿਰ ਵੀ ਜ਼ਿਆਦਾ ਆ ਜਿਹੜੀ ਆਮ ਬੁਢਾਪਾ ਪੈਨਸ਼ਨ ਜਾਂ ਹੋਰ ਪੈਨਸ਼ਨ ਆਪਾਂ ਦੇਖਦੇ ਆਂ ਉਹਨਾਂ ਪੈਨਸ਼ਨਾਂ ਦੇ ਪੈਸੇ ਨਹੀਂ ਆਉਂਦੇ ਉਹ ਪੁੱਛਦਾ ਜੇ ਕੋਈ ਕਾਰਨ ਕੀ ਬਣਾ ਉਹਦੀ ਪੈਸਾ ਹੀ ਹੈ ਨਹੀਂ ਖਜ਼ਾਨੇ ਚ ਮਾਰੇ ਕੀ ਕਰੀਏ ਹੁਣ ਤੇ ਪਤਾ ਨਹੀਂ ਉਹ ਸਾਬਕਾ ਮੰਤਰੀ ਸਾਹਿਬ ਬਹੁਤ ਵਾਰੀ ਹੋ ਗਈ ਮੀਡੀਆ ਚ ਆਏ ਨਹੀਂ ਕਦੀ ਨੇ ਤੇ ਆਮ ਤੌਰ ਤੇ ਖਜ਼ਾਨਾ ਖਾਲੀ ਦੀ ਗੱਲ ਚਰਚਾ ਚੱਲਦੀ ਹੁੰਦੀ ਹੈ ਹੁਣ ਗੱਲ ਇਹ ਆ ਵੀ ਜੇ ਤੇ ਇਹ ਗੱਲ ਇਦਾਂ ਹੀ ਆ ਜਿੱਦਾਂ ਕਹੀ ਹੈ ਇਸ ਵਕਤ ਜੀਵਾ ਸਾਹਿਬ ਨੇ ਵੀ ਮਾਰੇ ਸਿਰਫ ਐਲਾਨ ਹੀ ਆ ਤੇ ਫਿਰ ਤੇ ਮੇਰੇ ਖਿਆਲ ਨਾਲ ਇਹਦੇ ਵੱਡਾ ਧੋਖਾ ਕੋਈ ਨਹੀਂ ਤੇ ਜੇ ਇਹ ਸੱਚੀ ਕਰ ਗਏ ਤੇ ਫਿਰ ਮੁਸ਼ਕਲ ਇਹ ਵੀ ਆ ਜਾਣੀ ਆ ਵੀ ਇਹ ਨਾ ਹੋਵੇ ਵੀ 2-3 ਸਾਲਾਂ ਤੱਕ ਵਿਰੋਧੀਆਂ ਕੋਲੇ ਕੁਝ ਕਹਿਣ ਨੂੰ ਹੀ ਨਾ ਹੋਵੇ ਵੀ ਮਾਰਾ ਯਾਰ ਕਮਾਲ ਹੋ ਗਈ ਵੀ ਇਹ ਪਤਾ ਨਹੀਂ ਕਿੱਥੋਂ ਦੇਈ ਦਈ ਜਾਂਦੇ ਹੀ ਕਿਉਂਕਿ ਕਾਰਨ ਹੈ ਵੀ ਅੱਜ ਤੱਕ ਉਹਨਾਂ ਨੇ ਦੁਬਾਰਾ ਇਲੈਕਸ਼ਨ ਨਾ ਚਾਉਣਾ ਉਦੋਂ ਤੱਕ ਉਹਨਾਂ ਨੇ ਫੇਰ ਇਹੋ ਗੱਲ ਫੜ ਲੈਣੀ ਆ ਉਹਨਾਂ ਕਹਿੰਦਾ ਵੀ ਆਹ ਦੇਖ ਲਓ ਮਹਾਰਾਜ ਅਸੀਂ ਤੁਹਾਨੂੰ 5 ਸਾਲਾਂ ਹੀ ਕਰਕੇ ਦੇਖਦਾ ਇਹਨਾਂ ਕੋਲੋਂ ਇੰਨੇ ਸਾਲਾਂ ਚ ਨਹੀਂ ਇਹ ਕੰਮ ਹੋਇਆ ਤਾਂ ਮਤਲਬ ਨੀਤ ਹੈ ਨਹੀਂ ਸੀ ਕਿਉਂਕਿ ਜੇ ਉਹ ਕਰ ਗਏ ਤੇ ਫਿਰ ਮੈਨੂੰ ਲੱਗਦਾ ਇਹਦਾ ਤੋੜ ਕੋਈ ਨਹੀਂ ਤੇ ਜੇ ਉਹਨਾਂ ਕੋਲੋਂ ਹੋ ਨਾ ਸਕਿਆ ਫਿਰ ਤੇ ਗੱਲ ਕਲੀਅਰ ਹੀ ਹੈ ਵੀ ਮਤਲਬ ਉਹਨਾਂ ਦੀ ਇਹੋ ਟਰਮੀ ਹੈ ਇਦੋਂ ਬਾਅਦ ਲੋਕਾਂ ਨੇ ਮੂੰਹ ਨਹੀਂ ਲਾਉਣਾ ਦੇਖੋ ਸੰਧਾਲੀਆ ਸਭ ਅਕਾਲੀ ਦਲ ਤੱਤਾ ਬਹੁਤ ਹੈ ਅੱਜਕੱਲ ਅਕਾਲੀ ਦਲ ਦੀ ਲੀਡਰਸ਼ਿਪ ਸਰਕਾਰ ਨੂੰ ਜਿਹੜਾ ਉਹ ਬੁਰੀ ਤਰ੍ਹਾਂ ਘੇਰ ਰਹੀ ਹੈ ਘਿਰਦੇ ਅਗਲੇ ਕਿ ਨਹੀਂ ਕਰਦੇ ਵੱਖਰੀ ਗੱਲ ਹੈ ਜ਼ੋਰ ਅਕਾਲੀ ਦਲ ਨੇ ਲਾਤਾ ਹੁਣ ਦੇਖੋ ਇੱਕ ਪੰਗਾ ਪਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਦੀ ਨਿਯੁਕਤੀ ਦਾ ਰਾਜਪਾਲ ਸਾਹਿਬ ਕਹਿੰਦੇ ਲਾ ਦਿਓ ਠੀਕ ਨਹੀਂ ਹੋਈ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖ ਦਿੱਤੀ ਕਹਿੰਦੇ ਠੀਕ ਕਿੱਦਾਂ ਨਹੀਂ ਹੋ ਠੀਕ ਹੋਈ ਐ ਆ ਦੇਖੋ ਜੀ ਆ ਕਾਨੂੰਨ ਐ ਆ ਐਕਟ ਐ ਅਸੀਂ ਉਹਦੇ ਤਹਿਤ ਕੀਤੀ ਐ ਤੁਹਾਡੇ ਤਾਂ ਦਖਲ ਦੀ ਲੋੜ ਹੀ ਨਹੀਂ ਮਾਨਯੋਗ ਰਾਜਪਾਲ ਸਾਹਿਬ ਰਾਜਪਾਲ ਸਾਹਿਬ ਨੇ ਮୋਰੇ ਉਹ ਪ੍ਰੈਸ ਕਾਨਫਰੰਸ ਕਰ ਦਿੱਤੀ ਅਗਲੇ ਕਹਿੰਦੇ ਮੈਂ 27 BC ਲਾਇਆ ਤਾਮਿਲਨਾਡੂ ਦਾ ਰਾਜਪਾਲ ਸੀ 50 50 40 40 ਕਰੋੜ ਰੁਪਏ ਦੇ ਸੌਦੇ ਵੱਜਦੇ ਸੀ ਮੈਂ ਸਿੱਖਿਆ ਦੇ ਵਿੱਚ ਸੁਧਾਰ ਲਿਆਉਣਾ ਤੁਸੀਂ ਕਾਰਜਕਾਲ ਵਧਾਉਣ ਲਈ ਚਿੱਠੀਆਂ ਤਿੰਨ ਤਿੰਨ ਮੈਨੂੰ ਲਿਖੋ ਸਰਕਾਰ ਵਾਲੇ ਤੇ ਮੁੜ ਕੇ ਕਹਿੰਦੇ ਹੋ ਕਿ ਮੇਰਾ ਉੱਥੇ ਪ੍ਰਭਾਵ ਕੋਈ ਨਹੀਂ ਇਹ ਗੱਲ ਗਲਤ ਐ ਪ੍ਰਭਾਵ ਤਾਂ ਹੈਗਾ ਥੋੜਾ ਹੈ ਨਹੀਂ ਚਲੋ ਉਹਨਾਂ ਨੇ ਦੋ ਚਿੱਠੀਆਂ ਦੀ ਗੱਲ ਵੀ ਕੀਤੀ ਸੀ ਕਿ ਮੈਨੂੰ ਅੰਗਰੇਜ਼ੀ ਚਾਹੀਏ ਲੋਕਾਂ ਨੂੰ ਪੰਜਾਬੀ ਵਾਲੀ ਦਿਖਾਈ ਆ ਵਖਰੀਆਂ ਨੇ ਤੇ ਅਕਾਲੀ ਦਲ ਵੱਲੋਂ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਇੱਧਰ ਵੀ ਆ ਗਏ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਵੀ ਆਈ ਉਹ ਕਹਿੰਦੇ ਜੀ ਅਸੀਂ ਤਾਂ ਰਾਜਪਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਚੰਡੀਗੜ੍ਹ ਪੁਲਿਸ ਨੂੰ ਹੁਕਮ ਦਿਓ ਕਿ ਪਰਚਾ ਦਰਜ ਕੀਤਾ ਜਾਵੇ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਹੋਰਾਂ ਦੇ ਖਿਲਾਫ ਕਿ ਉਹਨਾਂ ਨੇ ਗੁੰਮਰਾਹ ਕੀਤਾ ਉਹਨਾਂ ਨੇ ਦੋ ਵਖਰੀਆਂ ਵਖਰੀਆਂ ਚਿੱਠੀਆਂ ਦਿੱਤੀਆਂ ਇੱਕ ਚਿੱਠੀ ਉਹਦੇ ਵਿੱਚੋਂ ਫਰਜ਼ੀ ਹੈ ਹੂੰ ਤੇ ਕਹਿੰਦੇ ਬੜੀ ਛੇਤੀ ਜਿੰਨੀ ਛੇਤੀ ਹੋ ਸਕਦਾ ਰਾਜਪਾਲ ਸਾਹਿਬ ਨੂੰ ਚੁੱਪ ਨਹੀਂ ਬੈਣਾ ਚਾਹੀਦਾ ਰਾਜਪਾਲ ਸਾਹਿਬ ਨੂੰ ਦੋਰੀ ਚਿੱਠੀ ਦੇ ਮੁੱਦੇ ਦੇ ਉੱਤੇ ਉਹ ਕਹਿੰਦੇ ਜੀ ਪਰਚਾ ਦਰਜ ਕਰਾਉਣਾ ਚਾਹੀਦਾ ਚੰਡੀਗੜ੍ਹ ਦੇ ਵਿੱਚ ਕਿਉਂਕਿ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਹੁਣ ਇੱਕ ਪਾਸੇ ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਦੂਜੇ ਪਾਸੇ ਰਾਜਪਾਲ ਸਾਹਿਬ ਦੇ ਰਾਹੀਂ ਪਰਚਾ ਦਰਜ ਕਰਾਉਣ ਨੂੰ ਫਿਰਦਾ ਹੈ ਅਕਾਲੀ ਦਲ ਇਹਦਾ ਮਤਲਬ ਹੈ ਕਿ ਕੋਈ ਵੋਟਾਂ ਨਹੀਂ ਨੇੜੇ ਕੋਈ ਕਿਸੇ ਕਸਮ ਦੀ ਹਲਚਲ ਨਹੀਂ ਪਰ ਰਾਜਨੀਤੀ ਪੰਜਾਬ 'ਚ ਬਿਲਕੁਲ ਤਤੀ ਹੋਈ ਫਿਰਦੀ ਹੈ ਇਹ ਦੇਖੋ ਰਾਜਨੀਤੀ ਵੀ ਨਾਉਣ ਤੁਸੀਂ ਕਰਨ ਦਿਓ ਸਾਨੂੰ ਪਹਿਲਾਂ ਤੁਸੀਂ ਕੁਰਸੀ ਤੇ ਸਾਡੀ ਲੈ ਲਈ ਆ ਹੁਣ ਤੁਸੀਂ ਇਹ ਨਹੀਂ ਰਾਜਨੀਤੀ ਵੀ ਛੱਡ ਜੀਏ ਕੱਲ ਨੂੰ ਤੁਸੀਂ ਕਹਿੰਦੇ ਵੀ ਲੋਕ ਸਾਡੇ ਤੱਕ ਕੌਣ ਬਣਾਏ ਚਾਹੁੰਦੇ ਕੀ ਤੁਸੀਂ WhatsApp ਤੁਸੀਂ ਲੀਡਰਲੈਸ ਕਰਨਾ ਚਾਹੁੰਦੇ ਮਤਲਬ ਪੰਜਾਬ ਨਹੀਂ ਮਹਾਰਾਜ ਅਸੀਂ ਲੀਡਰਲੈਸ ਨਹੀਂ ਕਰਨਾ ਚਾਹੁੰਦੇ ਐਂਡਾ ਚੋਣੇ ਕੀ ਕਰ ਕਰ ਲੈ ਨਾ ਨਹੀਂ ਨਹੀਂ ਗੱਲ ਤੇ ਠੀਕ ਹੈ ਇਹ ਗੱਲਾਂ ਸਾਰੀਆਂ ਠੀਕ ਹੈ ਦਰਸਤ ਆ ਵੀ ਇਹ ਦੇਖੋ ਜਿੱਥੇ ਕਿਸੇ ਨੇ ਵੀ ਕੋਈ ਮਾੜੀ ਮੋਟੇ ਹਿਲਜੁਲ ਕੀਤੀ ਆ ਨਾ ਉਹਦੇ ਤੇ ਜਰੂਰ ਕੰਮ ਟੈਟ ਰੱਖਣਾ ਚਾਹੀਦਾ ਪਰ ਇਹ ਸਾਰੇ ਕੁਝ ਦੇ ਵਿੱਚ ਆਪਾਂ ਤੇ ਇਹ ਵਾਰ-ਵਾਰ ਬੇਨਤੀ ਕਰਦੇ ਹੁੰਨੇ ਵੀ ਜੇ ਆਪਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਲੱਗ ਪਈਏ ਮਤਲਬ ਸਿਆਸਤ ਠੀਕ ਹੈ ਆਪਣੀ ਥਾਂ ਤੇ ਹਰੇਕ ਨੇ ਕਰਨੀ ਆ ਪਰ ਇੱਕ ਹੁੰਦੀ ਆ ਵੀ ਜਾਣ ਬੁੱਝ ਕੇ ਮਤਲਬ ਵਲਾਵਾ ਪਾਉਣ ਵਾਲੀ ਸਿਆਸਤ ਇੱਕ ਹੁੰਦੀ ਆ ਵੀ ਵਾਕੇ ਆ ਚੀਜ਼ ਏਦਾਂ ਹੋ ਗਈ ਇਹ ਦਿਹਾਜ ਦਾ ਹੋ ਗਿਆ ਜੀ ਲੋਕਾਂ ਦੇ ਸਾਹਮਣੇ ਰੱਖਦੇ ਹੋ ਹੁਣ ਜੇ ਤੇ ਉਹੋ ਜੀ ਸਿਆਸਤ ਕਰ ਲਈ ਜਾਵੇ ਤੇ ਫਿਰ ਹੋ ਸਕਦਾ ਵੀ ਪੰਜਾਬ ਦਾ ਕੋਈ ਨਾ ਕੋਈ ਮੋੜਾ ਕਟਿਆ ਜਾਵੇ ਤੇ ਜੇ ਆਪਾਂ ਸਿਰਫ ਇਹੋ ਕੁਛ ਹੀ ਕਰਨਾ ਵੀ ਫਲਾਣੇ ਦਾ ਇੱਥੇ ਇੱਕ ਜੇ ਪੇਚ ਫਸਿਆ ਤੇ ਥੋੜਾ ਜਿਹਾ ਹੋਰ ਪੇਚ ਫਸਾ ਦਿਓ ਪੇਚ ਫਸਾ ਕੇ ਉਦੋਂ ਬਾਅਦ ਥੋੜੀ ਨਾ ਝਾਂਡੀ ਕਰ ਦਿਓ ਵੀ ਬਾਅਦ ਵਿੱਚ ਖੁੱਲੀ ਨਾ ਉਹ ਜਿਹੜਾ ਕੰਮ ਹੈ ਉਹ ਨਹੀਂ ਹੋਣਾ ਚਾਹੀਦਾ ਬਾਕੀ ਇਹ ਜਿਹੜਾ ਪੇਚ ਹੁਣ ਇੱਥੇ ਫਸਿਆ ਇਹਦੇ ਵਿੱਚ ਤੇ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਵੀ ਆ ਗਏ ਨੇ ਹੁਣ ਇੱਕ ਦੇਵਮਾਨ ਸਾਹਿਬ ਦਾ ਕਹਿੰਦੇ ਬਿਆਨ ਬੜਾ ਵਾਇਰਲ ਹੋਇਆ ਫਿਰਦਾ ਤੇ ਉਹ ਕਹਿੰਦੇ ਇਹ ਉਹਨਾਂ ਨੇ ਜਿੱਦਾਂ ਦੀਆਂ ਗੱਲਾਂ ਬਾਤ ਉਹ ਸ਼ੋਭਾ ਨਹੀਂ ਦਿੰਦੀਆਂ ਕਹਿੰਦੇ ਗਵਰਨਰ ਸਾਹਿਬ ਦੀ ਕੁਰਸੀ ਦੇ ਹਿਸਾਬ ਨਾਲ ਦੇਖੋ ਸੰਧਾਲੀਆ ਸਾਹਿਬ ਦੇਵਮਾਨ ਹੁਰੀ ਨਾਬੇ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਸਾਧੂ ਸਿੰਘ ਧਰਮਸੋਤ ਹਰਾਂ ਵਾਲਾ ਹਲਕਾ ਚਰਚਾ ਜ ਬਹੁਤ ਰਹਿੰਦੇ ਆ ਪਹਿਲੇ ਦਿਨ ਵਿਧਾਨ ਸਭਾ ਦੇ ਵਿੱਚ ਸਾਈਕਲ ਤੇ ਆਏ ਸੀ ਬੜੀ ਚਰਚਾ ਉਦਾਂ ਵੀ ਸਾਈਕਲ ਤੇ ਰਹਿੰਦੇ ਆਪਣੇ ਹਲਕੇ ਚ ਕਈ ਵਾਰ ਬੜੀ ਚਰਚਾ ਸੋਸ਼ਲ ਮੀਡੀਆ ਤੇ ਐਕਟਿਵ ਬਹੁਤ ਹੁੰਦੇ ਆ ਬੜੀ ਚਰਚਾ ਦੂਜੇ ਦਿਨ ਪੱਤਰਕਾਰ ਪੁੱਛਦੇ ਸੀ ਐਮਐਲਏ ਸਾਹਿਬ ਅੱਜ ਨਹੀਂ ਸਾਈਕਲ ਤੇ ਆਏ ਬੜੀ ਚਰਚਾ ਹੁਣ ਉਹਨਾਂ ਨੇ ਕਿਹਾ ਕਹਿੰਦੇ ਮੈਂ ਸਤਿਕਾਰ ਬਹੁਤ ਕਰਦਾ ਹਾਂ ਰਾਜਪਾਲ ਸਾਹਿਬ ਦਾ ਪੂਰਾ ਸਤਿਕਾਰ ਫਿਰ ਕਹਿੰਦੇ ਜੀ ਜਿੱਥੇ ਜਿਹਨੂੰ ਕੋਈ ਨਹੀਂ ਪੁੱਛਦਾ ਚੱਕ ਕੇ ਰਾਜਪਾਲ ਆਂਦੇ ਆ ਇੱਥੋਂ ਤੱਕ ਉਹ ਕਹਿੰਦੇ ਜੀ ਦੇਖੋ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਾਉਣ ਦੇ ਵਿੱਚ ਰਾਜਪਾਲ ਸਾਹਿਬ ਦੀ ਭੂਮਿਕਾ ਕੋਈ ਨਹੀਂ ਉਹ ਗਲਤ ਦਖਲਅੰਦਾਜ਼ੀ ਕਰ ਰਹੇ ਆ ਉਹ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਰ ਰਹੇ ਆ ਉਹ ਕਹਿੰਦੇ ਜੀ ਉਹਨਾਂ ਨੂੰ ਰਾਜਪਾਲ ਦੀ ਕੁਰਸੀ ਤੇ ਬੈਠ ਕੇ ਸਿਆਸਤ ਹੀ ਕਰਨੀ ਆ ਤਾਂ ਮੈਂ ਚੁਣੌਤੀ ਦਿੰਦਾ ਕਿ ਨਾਬਿਓ ਇਲੈਕਸ਼ਨ ਲੜ ਕੇ ਦੇਖ ਲੈਣ ਹੂੰ ਰਾਜਪਾਲ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਨਾਬਾ ਜਿਹੜਾ ਕਿ ਉਹਨਾਂ ਦਾ ਹਲਕਾ ਜਿੱਥੋਂ ਐਮ ਐਲ ਏ ਨੇ ਕਿ ਉੱਥੋਂ ਇਲੈਕਸ਼ਨ ਲੜ ਕੇ ਦੇਖ ਲੈਣ ਪੰਜਾਬ ਦੇ ਲੋਕ ਦੱਸ ਦੇਣਗੇ ਕਿ ਭਾਈ ਫੈਸਲਾ ਕਿਹਦਾ ਸਹੀ ਹੈ ਹੁਣ ਦੇਵਮਨ ਸਾਹਿਬ ਇਲੈਕਸ਼ਨ ਤਾਂ ਠੀਕ ਹੈ ਤੁਹਾਡੀ ਗੱਲ ਉਹ ਸੀਟ ਇਲੈਕਸ਼ਨ ਫੇਰ ਹੁੰਦੀ ਹੈ ਸੀਟ ਖਾਲੀ ਕਰਨੀ ਪੈਂਦੀ ਪਹਿਲਾਂ ਤੇ ਜੋ ਕੋ ਸੰਗਰੂਰ ਦੇ ਵਿੱਚ ਹੋਇਆ ਲੋਕ ਸਭਾ ਦੀ ਚੋਣ ਦੇ ਵਿੱਚ ਐਵੇਂ ਪੰਗਾ ਨਾ ਲੈ ਲਿਓ ਕੋਈ ਗੱਲ ਨਹੀਂ ਤੁਸੀਂ ਡਿਵੈਲਪਮੈਂਟ ਦੇ ਕੰਮ-ਕੰਮ ਕਰਾਓ ਭਾਈ ਸਰਕਾਰ ਹੈ ਤੁਹਾਡੀ ਲੋਕਾਂ ਨੇ ਕੰਮਾਂ ਦੀ ਵੋਟਾਂ ਪਾਈਆਂ ਆਲ ਨੀ ਵੈਸੀ ਗੱਲ ਇਹ ਆ ਵੀ ਰਾਜਪਾਲ ਸਾਹਿਬ ਕੋਈ ਇਹ ਤਾਂ ਹੈ ਨਹੀਂ ਕਿ ਬੰਨਾਂ ਕੋਲੇ ਤਜਰਬਾ ਨਹੀਂ ਕਿਉਂਕਿ ਉਹ ਆਲਰੇਡੀ ਲੀਡਰ ਵੀ ਰਹੇ ਨੇ ਉਹਨਾਂ ਦੇ ਕੋਲ ਬਥੇਰੇ ਤਰ੍ਹਾਂ ਦੇ ਸਬੰਧਾਨ ਕਾਉਦੇ ਰਹੇ ਆ ਇਸ ਤੋਂ ਇਲਾਵਾ ਐਡੀਟਰ ਵੀ ਰਹੇ ਨੇ ਸ਼ੁਰੂ-ਸ਼ੁਰੂ ਦੇ ਵਿੱਚ ਉਹ ਅਖਬਾਰ ਦੇ ਇਸ ਕਰਕੇ ਖਬਰ ਨੂੰ ਕਿਵੇਂ ਰੱਖਣਾ ਹੈ ਕਿਸੇ ਗੱਲ ਦੇ ਉੱਪਰ ਕਿਵੇਂ ਆਪਣੀ ਗੱਲ ਰੱਖਣੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਜਦੋਂ ਸਿਆਸੀ ਜੋਰ ਤੋੜ ਹੋ ਜਾਂਦਾ ਉਹਦੀ ਗੱਲ ਪਲੱਸ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਉਹਨਾਂ ਨੇ ਗੱਲਬਾਤ ਕਲੀਅਰ ਕਰ ਹੀ ਦਿੱਤੀ ਜਿਹਦੇ ਚ ਉਹ ਲੱਗਦਾ ਵੀ ਉਹ ਵਾਲਾ ਸ਼ਬਦ ਸ਼ਾਇਦ ਉਹਨਾਂ ਨੇ ਐਸੇ ਕਰਕੇ ਐਡ ਕੀਤੇ ਹੋਣਿਆ ਵੀ ਆਪਨੇ ਦੇਖਾ ਹੋਗਾ ਮੈਂਨੇ ਕੁਛ ਨਹੀਂ ਬੋਲਾ ਇਤਨਾ ਟਾਈਮ ਹੋ ਗਿਆ ਮੈਨੂੰ ਮੈਂ ਕੁਛ ਬੋਲਤਾ ਹੂੰ ਕਿਸੇ ਨੂੰ ਕੁਛ ਨਹੀਂ ਕਹਤਾ ਮੈਂ ਤਾਂ ਆਪਣਾ ਕੰਮ ਕਰ ਰਹਾ ਹਾਂ ਹੈਨਾ ਹੁਣ ਆਹ ਵਾਲਾ ਜਿਹੜਾ ਡਾਇਲੋਗ ਹੈ ਮੈਨੂੰ ਲੱਗਦਾ ਵੀ ਇਹਨੂੰ ਜ਼ਰੂਰ ਧਿਆਨ ਨਾਲ ਸੁਣਨਾ ਚਾਹੀਦਾ ਕਿਉਂਕਿ ਜੀ ਰਾਜਪਾਲ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਵੀਰ ਮੇਰਿਓ ਮੈਂ ਤੈਨੂੰ ਕਹਿੰਦਾ ਕੁਛ ਨਹੀਂ ਵੀ ਮੂੰਹ ਮੈਂ ਕੁਛ ਬੋਲਦਾ ਨਹੀਂ ਇਸ ਕਰਕੇ ਤੁਸੀਂ ਵੀ ਬਿਆਨਬਾਜ਼ੀ ਨਾ ਕਰੋ ਹਾਂ ਕਲਮ ਦੀ ਜਿਹੜੀ ਤਾਕਤ ਹੈ ਉਹਦੇ ਹਿਸਾਬ ਨਾਲ ਕੰਮ ਚੱਲਣਾ ਹੁਣ ਤੁਸੀਂ ਇਹ ਦੇਖੋ ਕਿ ਜੇ ਹੌਲੀ ਹੌਲੀ ਗਵਰਨਰ ਸਾਹਿਬ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਜਾਂ ਉਹਨਾਂ ਦੇ ਜਿਹੜੇ ਲੀਗਲ ਸਲਾਹਕਾਰ ਨੇ ਜਾਂ ਜਿਹ ਆਮ ਆਦਮੀ ਪਾਰਟੀ ਦੇ ਹਿਸਾਬ ਨਾਲ ਚੱਲੀ ਤੇ ਪੋਲਿਟੀਕਲ ਸਲਾਹਕਾਰ ਨੇ ਉਹ ਹਰੇਕ ਚੀਜ਼ ਨੂੰ ਘੋਖਦੇ ਨੇ ਬਾਚਦੇ ਨੇ ਕਿ ਇਹਦੇ ਚ ਕਿਹੜੀ ਖੁੰਡੀ ਆ ਕਿੱਥੇ ਸਰਕਾਰ ਕੀ ਕਰ ਰਹੀ ਆ ਤੇ ਕਿੱਥੋਂ ਆਪਾਂ ਕਿਹੜੀ ਚੀਜ਼ ਦਾ ਵਲਾਵਾ ਪਾ ਸਕਦੇ ਆ ਜੇ ਇਦਾਂ ਹੈ ਮਤਲਬ ਅਕੋਰਡਿੰਗ ਟੂ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਮੇਰੇ ਖਿਆਲ ਹੁਣ ਹੋਰ ਜ਼ਿਆਦਾ ਆਪਣੇ ਆਪ ਨੂੰ ਕਲੀਅਰ ਕਰਨਾ ਚਾਹੀਦਾ ਹਰੇਕ ਚੀਜ਼ ਦੇ ਵਿੱਚ ਵੀ ਕਿਤੇ ਵੀ ਕਿਉਂਕਿ ਵਿਰੋਧੀ ਤੇ ਆਲਰੇਡੀ ਜੇ ਰਾਜਨੀਤਿਕ ਫੈਸਲਾ ਲੈਣਗੇ ਤੇ ਵਿਰੋਧੀ ਪਾਰਟੀਆਂ ਤੇ ਹੈਗੀਆਂ ਆ ਜੇ ਉਹ ਕੁਝ ਕਰਦੇ ਵੀ ਨਹੀਂ ਤਾਂ ਉਹਦੇ ਵਿੱਚ ਵੀ ਹੁਣ ਇੱਕ ਬ੍ਰੇਕ ਉਹਨਾਂ ਹੈ ਤੇ ਆਮ ਬੀਜਪੀ ਉਹਨਾਂ ਦੀ ਵਿਰੋਧੀ ਪਾਰਟੀ ਉਹਨਾਂ ਦੇ ਕੋਲ ਇੱਕ ਬ੍ਰੇਕ ਹੈ ਜਿਹੜੀ ਉਹ ਲਾ ਸਕਦੇ ਕੋਈ ਨਾ ਵੀ ਹੈਂਡ ਬ੍ਰੇਕ ਹੀ ਖੇਚ ਦੇਣੀ ਉਹ ਹੈਂਡ ਬ੍ਰੇਕ ਖਿੱਚਣ ਵਾਲਾ ਕੰਮ ਉਹਨਾਂ ਕੋਲੇ ਹੈਗਾ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਜਿਹੜੀ ਚੀਜ਼ ਵੀ ਗਾਉਣ ਵਾਲੇ ਟਾਈਮ 'ਚ ਕਰਨੀ ਆ ਉਹਦੇ 'ਚ ਡਬਲ ਟ੍ਰिपल ਸ਼ੂਰ ਹੋਗੇ ਕੋਈ ਕੰਮ ਕਰਿਆ ਕਰਨ ਇੱਕ ਤੇ ਉਹਦੇ ਨਾਲ ਇਹ ਹੋਊਗਾ ਵੀ ਬ੍ਰੇਕ ਨਹੀਂ ਲੱਗੂਗੀ ਤੇ ਦੂਸਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਵੀ ਲੱਗੂਗਾ ਵੀ ਹਾਂ ਯਾਰ ਕੰਮ ਤੇ ਬੰਦੇ ਦਰੁਸਤ ਕਰਦੇ ਹੋਣ ਨਹੀਂ ਜੇ ਹੈਂਡ ਬ੍ਰੇਕ ਲੱਗੀ ਕਿਤੇ ਉਹ ਦੇਖੋ ਸੰਧਾਲ ਉਦਾਂ ਕੰਮ ਨਹੀਂ ਚੱਲ ਸਕਦਾ ਉਦਾਂ ਸੂਤ ਨਹੀਂ ਆਉਣਾ ਘਰ ਦੇ ਵਿੱਚ ਨਾ ਜੇ ਦੋ ਜੀ ਹੋਣ ਨੌ ਹੁੰਦੀ ਹੈ ਸੱਸ ਹੁੰਦੀ ਹੈ ਬਾਹਰੋਂ ਪਰੌਣਿਆਂ ਨੇ ਆਉਣਾ ਹੋਵੇ ਬਾਹਰੋਂ ਦਾ ਮਤਲਬ ਕਿ ਕਿਸੇ ਹੋਰ ਪਿੰਡੋਂ ਤੇ ਉਹਨਾਂ ਦੇ ਸਾਹਮਣੇ ਜੇ ਇੱਕ ਦੂਸਰੇ ਨਾਲ ਦੋਨੇ ਬੋਲਣ ਹੀ ਨਾ ਨੌ ਵੀ ਚੱਕ ਕੇ ਬਾਕੀ ਸਾਰਿਆਂ ਨੂੰ ਕੱਪ ਫੜਾਵੇ ਚਾਹ ਦੇ ਲੋ ਜੀ ਚਾਹ ਪੀਓ ਤੇ ਬੀਬੀ ਵਾਲ ਨੂੰ ਕੱਪ ਕਰਈ ਨਾ ਜਾਂ ਬੀਬੀ ਸਾਰਿਆਂ ਨੂੰ ਕਹੀ ਆਵੇ ਸਾਰੇ ਹੀ ਚੰਗੇ ਨੇ ਨਿਆਣੇ ਵੀ ਚੰਗੇ ਆ ਮੁੰਡੇ ਵੀ ਚੰਗੇ ਆ ਇਹਨਾਂ ਦੀ ਨਿਆਣੇ ਵੀ ਚੰਗੇ ਆ ਤੇ ਨੌ ਵਾਲ ਨੂੰ ਕਹੀ ਨਾ ਕਿ ਪਾਈ ਇਹ ਵੀ ਸਾਰੀ ਦਿਹਾੜੀ ਕੰਮ ਕਰਦੀ ਐ ਅਗਲੇ ਨੂੰ ਪਤਾ ਲਾ ਜਾਂਦਾ ਕੰਮ ਫਿਰ درست ਨਹੀਂ ਚੱਲਦਾ ਭਾਂਡੇ ਭੱਜਦੇ ਉਸ ਘਰ ਦੇ ਵਿੱਚ ਕਈ ਵਾਰੀ ਭਾਂਡੇ ਇੰਨੇ ਭੱਜ ਜਾਂਦੇ ਭਾਂਗ ਉਗਦੀ ਫਿਰ ਹੁਣ ਇਸ ਤਰੀਕੇ ਦੇ ਨਾਲ ਸੂਬਾ ਤੇ ਕੇਂਦਰ ਸਰਕਾਰ ਦਾ ਦਰਸਤ ਰਹਿਣਾ ਬੜਾ ਜ਼ਰੂਰੀ ਐ ਸੰਧਾਰਿਆ ਸਭ ਇੱਕ ਟਰੈਕ ਤੇ ਰਹਿਣਾ ਬਹੁਤ ਜ਼ਰੂਰੀ ਐ ਆ ਹੁਣ ਤੁਸੀਂ ਦੇਖੋ ਕਿੰਨੇ ਟੈਕਸ ਨੇ ਜਿਹੜੇ ਸਾਂਝੇ ਨੇ ਕਿੰਨੇ ਪ੍ਰੋਜੈਕਟ ਨੇ ਜਿਹਦੇ ਵਿੱਚ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੇ ਆਪੂ ਆਪਣਾ ਸ਼ੇਅਰ ਪਾਉਣਾ ਹੁੰਦਾ ਤੇ ਜੇ ਆਪਸ ਦੇ ਵਿੱਚ ਸਬੰਧ ਤਰਸਤ ਨਹੀਂ ਹੋਣਗੇ ਇੱਕ ਦੂਜੇ ਚ ਮੀਨ ਮੇਹ ਕੱਢਣਗੇ ਪ੍ਰੋਜੈਕਟ ਰੁਕ ਜਾਣੇ ਆ ਨੁਕਸਾਨ ਕਿਹਦਾ ਹੋਣਾ ਆਮ ਲੋਕਾਂ ਦਾ ਹੁਣ ਪਿੰਡੂ ਵਿਕਾਸ ਫੰਡ ਹੈ ਆਰ ਡੀ ਐਫ ਰੂਰਲ ਡਿਵੈਲਪਮੈਂਟ ਫੰਡ ਉਹ ਪੰਜਾਬ ਚੋਂ ਜਾਂਦਾ ਹੈ ਕੇਂਦਰ ਨੂੰ ਜਾਂਦਾ ਹੈ ਕੇਂਦਰ ਨੇ ਮੁੜ ਕੇ ਪੰਜਾਬ ਨੂੰ ਜਾਨੀ ਕਿ ਸੂਬਿਆਂ ਨੂੰ ਦੇਣਾ ਹੁੰਦਾ ਪਹਿਲਾਂ ਵੀ ਇੱਕ ਵਾਰੀ ਬੜਾ ਰੌਲਾ ਪਿਆ ਸੀ ਕੇਂਦਰ ਸਰਕਾਰ ਨੇ ਰੋਕ ਲਿਆ ਸੀ ਪਿੰਡੂ ਵਿਕਾਸ ਫੰਡ ਉਹਨਾਂ ਨੂੰ ਜਾ ਕੇ ਸੂਬਾ ਸਰਕਾਰ ਨੇ ਪੁੱਛਿਆ ਜੀ ਕਾ ਨੂੰ ਰੋਕਣਾ ਸੀ ਪੈਸੇ ਦੇ ਦੇ ਉਹ ਕਹਿੰਦੇ ਪਿਛਲੀ ਵਾਰੀ ਵੀ ਤਾਂ ਦਿੱਤਾ ਹੀ ਹੈ ਅਸੀਂ ਮੁੱਕਰਦੇ ਆ ਪਰ ਤੁਹਾਨੂੰ ਜਿਹੜੇ ਕੰਮ ਲਈ ਦਿੰਨੇ ਆ ਤੁਸੀਂ ਉਹਤੇ ਲਾਉਂਦੇ ਕਿੱਥੇ ਹੋ ਆ ਪਹਿਲਾਂ ਕਾਨੂੰਨ ਤਬਦੀਲ ਕਰਕੇ ਲਿਆਓ ਫਿਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਉਹ ਤਬਦੀਲੀ ਕਰਕੇ ਲੈ ਕੇ ਗਈ ਹਾਲੇ ਕਹਿੰਦੇ ਹੁਣ ਢੀਗਾ ਪੈਸੇ ਦੇ ਦੇਣੇ ਆ ਹੁਣ ਤਕਰੀਬਨ 1700 ਕਰੋੜ ਰੁਪਇਆ ਪੰਜਾਬ ਦਾ ਪਿੰਡੂ ਵਿਕਾਸ ਫੰਡ ਦਾ ਕੇਂਦਰ ਸਰਕਾਰ ਕੋ ਪਿਆ ਮੈਂ ਨਹੀਂ ਕਹਿੰਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਾਹਿਬ ਨੇ ਆਂਦੇ ਚਿੱਠੀ ਲਿਖੀ ਹੈ ਪਿਊਸ਼ ਗੋਇਲ ਸਾਹਿਬ ਨੂੰ ਸਬੰਧਤ ਵਿਭਾਗ ਦੇ ਮਨਿਸਟਰ ਨੇ ਕਿ ਜੀ ਸਾਡਾ 1900 ਕਰੋੜ ਰੁਪਇਆ ਪਿੰਡੂ ਵਿਕਾਸ ਫੰਡ ਦਾ ਰਹਿੰਦਾ ਹੈ ਕਿਰਪਾ ਕਰਕੇ ਉਹ ਰੁਪਈਏ ਮੈਨੂੰ ਦੇ ਦਿਓ ਮੈਂ ਪਿਛਲੇ ਮਹੀਨਿਆਂ ਚ ਆ ਕੇ ਤੁਹਾਨੂੰ ਮਿਲ ਕੇ ਵੀ ਬੇਨਤੀ ਕਰਕੇ ਗਿਆ ਤੁਸੀਂ ਕੁਝ ਇਤਰਾਜ਼ ਲਾਏ ਸੀ ਅਸੀਂ ਇਤਰਾਜ਼ ਵੀ ਦੂਰ ਕੀਤੇ ਆ ਤੁਸੀਂ ਸੋਧ ਕਰਨ ਨੂੰ ਕਿਹਾ ਸੀ ਕਾਨੂੰਨ ਦੇ ਵਿੱਚ ਐਕਟ ਦੇ ਵਿੱਚ ਅਸੀਂ ਸੋਧ ਵੀ ਕੀਤੀ ਹੈ ਤੁਸੀਂ ਪੁਰਾਣਾ ਹਿਸਾਬ ਮੰਗਿਆ ਸੀ ਪਿਛਲੇ ਫੰਡ ਦਾ ਅਸੀਂ ਹਿਸਾਬ ਵੀ ਦਿੱਤਾ ਹੈ ਤੁਸੀਂ ਕੁਝ ਸ਼ਰਤਾਂ ਲਾਈਆਂ ਸੀ ਕਿ ਭਾਈ ਪਿੰਡੂ ਵਿਕਾਸ ਫੰਡ ਤਾਂ ਦੇਣਾ ਪਹਿਲਾਂ ਸ਼ਰਤਾਂ ਪੂਰੀਆਂ ਕਰੋ ਅਸੀਂ ਸਮੇਂ-ਸਮੇਂ ਤੇ ਸ਼ਰਤਾਂ ਵੀ ਪੂਰੀਆਂ ਕਰਤੀਆਂ ਇਸ ਕਰਕੇ ਉਸ 1700 ਕਰੋੜ ਰੁਪਈਆ ਜਿਹੜਾ ਪਿੰਡੂ ਵਿਕਾਸ ਫੰਡ ਦਾ ਸਾਡਾ ਬਣਦਾ ਉਹ ਦੇ ਦਿਓ ਹੁਣ ਸੰਧਾਲੀਆ ਸਾਹਿਬ ਜੇ ਤਾਂ ਹਮ ਸਾਰੀਆਂ ਸ਼ਰਤਾਂ ਪੂਰੀਆਂ ਨੇ ਜੇ ਕੇਂਦਰ ਸਰਕਾਰ ਦਾ ਜਿਹੜਾ ਟੰਚ ਹੈ ਕਿ ਪਿੰਡੂ ਵਿਕਾਸ ਫੰਡ ਤਾਂ ਕਿਸੇ ਸੂਬੇ ਨੂੰ ਜਾਰੀ ਕਰਨਾ ਜੇ ਉਹਦੇ ਵਿੱਚ ਪੰਜਾਬ ਫਿੱਟ ਆਉਂਦਾ ਤਾਂ ਪੈਸੇ ਰਿਲੀਜ਼ ਕਰ ਦੇਣੇ ਚਾਹੀਦੇ ਆ ਕਿਉਂਕਿ ਜਿੰਨੀ ਦੇਰੀ ਹੋਊਗੀ ਡਿਵੈਲਪਮੈਂਟ ਦੇ ਕੰਮ ਰੁਕਦੇ ਆ ਤੇ ਜਦੋਂ ਵਿਕਾਸ ਦੇ ਕੰਮ ਰੁਕਦੇ ਆ ਤਾਂ ਤੰਗੀ ਪਰੇਸ਼ਾਨੀ ਜਿਹੜੀ ਹੈ ਉਹ ਸੂਬੇ ਦੇ ਲੋਕਾਂ ਨੂੰ ਹੁੰਦੀ ਹੈ ਹੁਣ ਦੇਖਦੇ ਹਾਂ ਕਿ ਜਵਾਬ ਮੁਰਲੇ ਪਾਸਿਓਂ ਕੀ ਆਉਂਦਾ ਤੇ ਨਾਲ ਦੀ ਨਾਲ ਜੇ ਸਬੰਧ ਚੰਗੇ ਹੋਣਗੇ ਬੰਦਾ ਛੇਤੀ ਮਿਲਿਆਉਂਦਾ ਜਾ ਕੇ ਹੱਥੋਂ ਹੱਥੀ ਪੈਸੇ ਫੜ ਲਿਆਉਂਦਾ ਤਾਂ ਜੇ ਸਬੰਧ ਠੀਕ ਨਾ ਹੋਣਗੇ ਅਗਲੇ 10 15 20 ਦਿਨ ਬਾਅਦ ਉਹ ਲਾ ਦੇਣਗੇ ਤਾਈ ਦੇ ਪਾਸੇ ਕੰਮ ਖਰਾਬ ਹੋਊਗਾ ਫਿਰ ਨਹੀਂ ਦੇਖੋ ਇਹਦੇ ਤੇ ਕੁਲਦੀਪ ਸਿੰਘ ਢਾਲੀਆਲ ਉਹ ਰਣੇ ਦੀ ਗੱਲ ਕਹੀ ਏ ਜਿੱਦਾਂ ਹੁਣ ਤੁਸੀਂ ਦੱਸਿਆ ਨਾ ਕਿ ਉਹ ਕਹਿੰਦੇ ਆਹ ਵੀ ਸ਼ਰਤ ਪੂਰੀ ਆਹ ਵੀ ਸ਼ਰਤ ਪੂਰੀ ਤੁਸੀਂ ਕਹੇ ਸੀ ਇਦਾਂ ਕਰ ਲੋ ਅਸੀਂ ਇਦਾਂ ਕਰਾਂ ਤੁਸੀਂ ਕਹੇ ਜੀ ਬਹਿ ਜਾਓ ਅਸੀਂ ਬਹਿ ਗਏ ਤੁਸੀਂ ਕਹੇ ਖਲੋ ਜਾਓ ਅਸੀਂ ਖਲੋ ਗਏ ਪਰ ਜਿਹੜੀ ਚੀਜ਼ ਉਹ ਗੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਹੁਣ ਕਹੀ ਹੈ ਮੈਨੂੰ ਲੱਗਦਾ ਵੀ ਉਹ ਵੀ ਗੱਲ ਹੋ ਸਕਦੀ ਉਹ ਕਹਿੰਦੇ ਵੀ ਅਸੀਂ ਕਿਉਂਕਿ ਗੁਜਰਾਤ ਤੇ ਮਹਾਸਲ ਚ ਇਲੈਕਸ਼ਨ ਲੜਨ ਲੱਗ ਪਏ ਆ ਉੱਥੇ ਕਿਉਂਕਿ ਬੀਜੇਪੀ ਜਾਂ ਸਰਕਾਰਾਂ ਨੇ ਤੇ ਅਸੀਂ ਉੱਥੇ ਟੱਕਰ ਦੇ ਰਹੇ ਆ ਤੇ ਉਹ ਕਹਿੰਦੇ ਵੀ ਸਾਨੂੰ ਉਧਰਲੇ ਪਾਸਿਓਂ ਮਤਲਬ ਰੋਕਣ ਦੇ ਲਈ ਜਾਂ ਕਹਿ ਲਓ ਕਿ ਵੀ ਤੰਗ ਕਰਨ ਦੇ ਲਈ ਸਾਡਾ ਇਧਰਲੇ ਪਾਸੇ ਹੱਥ ਘੁੱਟਿਆ ਜਾ ਰਿਹਾ ਵੀ ਜਿਹੜਾ ਸਾਡਾ ਬਣਦਾ ਹੱਕ ਆ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੁਣ ਦੇਖੋ ਜੇ ਤੇ ਆਪਾਂ ਢਾਲੀਵਾਲ ਸਾਹਿਬ ਦੀ ਗੱਲ ਮੰਨੀਏ ਲੋ ਜੀ ਆ ਪਰ ਰਾਜਨੀਤੀ ਦੀ ਗੱਲ ਕਰੀ ਆ ਆਮ ਤੌਰ ਤੇ ਜਿਸ ਤਰ੍ਹਾਂ ਚੱਲਦੀ ਏ ਉਹਦੇ ਹਿਸਾਬ ਨਾਲ ਤੇ ਗੱਲ ਠੀਕ ਹੀ ਲੱਗਦੀ ਹੁਣ ਜਦੋਂ ਤੁਸੀਂ ਕਿਹਾ ਵੀ ਆ ਵੀ ਸ਼ਰਤ ਪੂਰੀ ਕੀਤੀ ਆ ਵੀ ਸ਼ਰਤ ਪੂਰੀ ਕੀਤੀ ਆ ਵੀ ਸ਼ਰਤ ਪੂਰੀ ਕੀਤੀ ਤੇ ਫਿਰ ਬੰਦਾ ਕਹਿੰਦਾ ਵੀ ਚਲੋ ਬਾਕੀ ਦੀ ਗੱਲ ਮੰਨੀ ਪਰ ਛੱਲੀ ਕਿਉਂ ਪੰਨੀ ਹੁਣ ਇਹ ਜਿਹੜੀ ਛੱਲੀ ਹੈ ਭੰਨਦਾ ਹੈ ਗੁਜਰਾਤ ਜਾ ਕੇ ਤੇ ਮਹਾਸੂ ਜਾ ਕੇ ਇਹਦਾ ਕਰਕੇ ਹੋ ਸਕਦਾ ਅਗਲੇ ਵੀ ਤੰਗ ਕਰਦੇ ਹੁਣ ਪਰ ਜੇ ਇਹੋ ਜੀ ਗੱਲ ਨਹੀਂ ਆ ਰਾਜਨੀਤੀ ਆਪਣੀ ਥਾਂ ਤੇ ਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਰਿਸ਼ਤਾ ਆਪਣੀ ਥਾਂ ਤੇ ਆ ਤੇ ਫਿਰ ਵਾਕਈ ਚਲੋ ਫੰਡ ਜਾਰੀ ਕਰ ਦੇਣਾ ਚਾਹੀਦਾ ਕਿਉਂਕਿ ਵਾਲਾ ਤੇ ਪੰਜਾਬ ਦੇ ਲੋਕਾਂ ਦਾ ਹੋਂਦ ਤੇ ਪੰਜਾਬ ਦੇ ਲੋਕ ਵੀ ਭਾਰਤ ਦੇ ਵਾਸੀ ਸੰਧਾਲੀਆ ਸਭ ਕਈ ਵਾਰੀ ਹੁੰਦਾ ਨਾ ਕਿ ਕੋਈ ਝਗੜਾ ਹੋ ਜਵੇ ਦੋ ਧਰਾਂ ਚ ਕਿਸੇ ਪਿੰਡ ਚ ਪੰਚਾਇਤ ਬੈਠੀ ਹੁੰਦੀ ਆ ਬਣਦੇ ਸਰਦੇ ਲੋਕ ਹੁੰਦੇ ਆ ਦੋਨੇ ਧਰਾਂ ਇੱਜ਼ਤ ਕਰਦੀਆਂ ਹੁੰਦੀਆਂ ਰਿਸ਼ਤੇਦਾਰ ਵੀ ਸਾਂਝੇ ਸੱਤ ਲੈ ਜਾਂਦੇ ਆ ਤੇ ਉੱਥੇ ਫਿਰ ਕਹਿਰ ਕਹਿੰਦੇ ਹੁੰਦੇ ਫੁੱਫੜਾ ਤੂੰ ਆਇਆ ਸਿਰ ਮੱਥੇ ਸਤਕਾਰ ਬਹੁਤ ਸਰਪੰਚ ਸਾਹਿਬ ਤੁਸੀਂ ਵੀ ਸਾਰੀਆਂ ਗੱਲਾਂ ਠੀਕ ਕੀਤੀਆਂ ਪੰਚ ਸਾਹਿਬ ਤੁਸੀਂ ਵੀ ਐ ਨੰਬਰਦਾਰ ਸਾਹਿਬ ਤੁਹਾਡਾ ਤਾਂ ਸਤਕਾਰ ਹੀ ਬਹੁਤ ਤੁਹਾਡੀ ਗੱਲ ਕਦੀ ਮੁੜੀ ਪਰੈਤ ਕੀ ਫੈਲਾ ਠਾਣੇ ਹੋਊਗਾ ਕਈ ਵਾਰੀ ਬੰਦਾ ਸਤਕਾਰ ਸਾਰਿਆਂ ਦਾ ਕਰਦਾ ਪਰ ਫੈਸਲਾ ਕਿਹਦੇ ਨਾਲ ਆ ਆ ਇਹ ਫੈਸਲਾ ਹੁਣ ਚਲੋ ਠਾਣਾ ਹੋ ਗਿਆ ਦੇਖੋ ਕਾਰਨ ਹੈ ਵੀ ਜੇ ਤੇ ਇਹ ਇਧਰੋਂ ਕੁਝ ਵਟਿਆ ਗਿਆ ਇਹਨਾਂ ਦਾ ਗੁਜਰਾਤ ਚੋਂ ਜਾਂ ਹਮਾਚਲ ਚੋਂ ਤੇ ਫਿਰ ਹੋ ਸਕਦਾ ਵੀ ਗਾਂ 27 ਤੱਕ ਜਿਹੜੀ ਟਸਲੇ ਇਸੇ ਤਰ੍ਹਾਂ ਚੱਲਦੀ ਰਹੇ ਤੇ ਜੇ ਮੰਨ ਲਓ ਵੀ ਨਾ ਉਧਰੋਂ ਕੁਝ ਵਟਿਆ ਗਿਆ ਤੇ ਫਿਰ ਹੋ ਸਕਦਾ 24 ਦੇ ਲਈ ਜ਼ੋਰ ਲੱਗਣ ਲੱਗ ਪਈ ਜੇ 24 ਵੀ ਲੰਘੀ ਤੇ ਉਦੋਂ ਬਾਅਦ ਹੋ ਸਕਦਾ 2 ਸਾਲ ਕਿਤੇ ਸੌਖੇ ਲਾਈਆਂ ਪਰ ਉਦੋਂ ਉਹਨੇ ਚਿਰ ਨੂੰ ਗਾਂ 27 ਦਾ ਰਾਲਾ ਪੈਣ ਲੱਗ ਪੈਣਾ ਸੋ ਮੈਨੂੰ ਲੱਗਦਾ ਤਾਂ ਨਹੀਂ ਬਹੁਤਾ ਪੀ ਇਹ ਜਿਹੜੇ ਸਬੰਧ ਆ ਕੋ ਬਹੁਤੇ ਸਖਾਵੇਂ ਹੋ ਜਾਂਦੇ ਕੇਂਦਰ ਸਰਕਾਰ ਬੜਾ ਹੱਸ ਕੇ ਆ ਕਿ ਵੀ ਹਾਂ ਆਓ ਦੂਸਿਆਂ ਆਏ ਹਾਂ ਮਾਰਾ ਜਾ ਲੋ ਪੈਸੇ 150 ਵੱਧ ਲੈ ਜਾਓ ਕਿਤੇ ਰਾਜ ਡੋੜੀ ਪੈ ਜਾਂਦੀ ਇਦਾਂ ਦੀ ਗੱਲ ਮੈਨੂੰ ਯਾਦ ਨਹੀਂ ਬਾਕੀ ਇਹ ਗੱਲ ਤੇ ਹੈਗੀ ਆ ਵੀ ਕੇਂਦਰ ਸਰਕਾਰ ਜਿਹੜੀ ਗੱਲ ਕਹਿੰਦੀ ਆ ਮਨਲਾਦਾ ਵੀ ਹੌਲੀ ਹੌਲੀ ਉਸ ਪਾਸੇ ਤੁਰ ਲੱਗ ਪੀ ਕਿਉਂਕਿ ਜੀ ਪ੍ਰਧਾਨ ਮੰਤਰੀ ਸਾਹਿਬ ਨੇ 10 ਲੱਖ ਨੌਕਰੀਆਂ ਦੀ ਗੱਲ ਕੀਤੀ ਸੀ ਤੇ ਉਹਦੇ ਚੋ ਪਹਿਲੀਆਂ 75000 ਨੌਕਰੀਆਂ ਜਿਹੜੀਆਂ 21 ਦਿਨ ਚ ਦੇਣੀਆਂ ਸੀ ਉਹ ਕਹਿੰਦੇ ਦੇ ਦਿੱਤੀਆਂ ਐਲਾਨ ਕਰਤਾ ਜੀ ਸੰਧਾਲੀਆ ਸਾਹਿਬ ਭਾਰਤ ਸਰਕਾਰ ਵੱਲੋਂ 10 ਲੱਖ ਨੌਕਰੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ 14 ਮਹੀਨੇ ਜਾਨੀ ਅਗਲੇ ਸਾਲ ਦੇ ਦਸੰਬਰ ਤੱਕ ਦੇਣੀ ਹੈ ਤੁਸੀਂ ਕੈਲਕੂਲੇਟ ਕੀਤਾ ਸੀ ਸਾਰਾ ਜੀ ਰੋਜ਼ ਇੰਨੀਆਂ ਨੌਕਰੀਆਂ ਕਿਵੇਂ ਦੇਣੀਆਂ ਸਾਰਾ ਕੁਝ ਹੁਣ ਅੱਜ ਕੀ ਹੋਇਆ ਲੋਕ ਹੈਰਾਨ ਸੀ ਅੱਜ ਖਬਰਾਂ ਪੜ੍ਹ ਕੇ ਕੇਂਦਰ ਸਰਕਾਰ ਦੇ 50 ਮੰਤਰੀ ਜਿਹੜੇ ਜਿਹੜੇ ਫੈਡਰਲ ਗਵਰਨਮੈਂਟ ਚ ਨੇ ਜਿਹੜੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰੀਆਂ ਤੇ ਨੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਸਮਾਗਮ ਕੀਤੇ ਨਿਯੁਕਤੀ ਪੱਤਰ ਦਿੱਤੇ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਸੰਬੋਧਨ ਕੀਤਾ ਨਿਯੁਕਤੀ ਪੱਤਰ ਦਿੱਤੇ ਜਾਨੀ ਕਿ ਇੱਕੋ ਦਿਨ 75000 ਨਿਯੁਕਤੀ ਪੱਤਰ ਦਿੱਤੇ ਗਏ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਰਿਕਾਰਡ ਦੇ ਵਿੱਚ ਵੀ ਦਰਜ ਹੋ ਜਾਏ ਕਿ ਕਿਸੇ ਸਰਕਾਰ ਨੇ ਇੱਕੋ ਦਿਨ ਇੰਨੀ ਵੱਧ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਉਹ ਕਹਿੰਦੇ 7-8 ਸਾਲ ਹੋ ਗਿਆ ਸਰਕਾਰ ਬਣੀ ਨੂੰ ਲੱਖਾਂ ਨੌਜਵਾਨਾਂ ਨੂੰ ਪਹਿਲਾ ਰੋਜ਼ਗਾਰ ਦਿੱਤਾ ਹੈ 75000 ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਹੈ ਸਵਾ 9 ਲੱਖ ਨੂੰ ਆਉਣ ਵਾਲੇ 14 ਮਹੀਨਿਆਂ ਦੇ ਵਿੱਚ ਅਸੀਂ ਨਿਯੁਕਤੀ ਪੱਤਰ ਦੇ ਦੇਣੇ ਆ ਉਹ ਆਪਣੀਆਂ ਸੀਟਾਂ ਤੇ ਬੈਠ ਕੇ ਸਰਕਾਰੀ ਦਫ਼ਤਰਾਂ 'ਚ ਸਰਕਾਰੀ ਨੌਕਰੀਆਂ ਕਰਨਗੇ ਦੇਖੋ ਬੜੀ ਵਧੀਆ ਗੱਲ ਹੈ ਆਪਾਂ ਇਹ ਵੀ ਕਿਹਾ ਸੀ ਬੀਤੇ ਕੱਲ੍ਹ ਕਿ ਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਾਬ ਨੇ ਚਾਹੇ ਇਲੈਕਸ਼ਨ ਗੁਜਰਾਤ ਤੇ ਹਿਮਾਚਲ 'ਚ ਦੇਖ ਕੇ ਹੀ ਆ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਹੋਗਾ ਪਰ ਲੋਕਾਂ ਨੂੰ ਫਾਇਦਾ ਹੋ ਜਵੇ ਹੂੰ ਇਦਾਂ ਹੀ ਹੋ ਸਕਦਾ ਹੈ ਕਿ ਗੁਜਰਾਤ ਜਾਂ ਹਿਮਾਚਲ ਨੂੰ ਦੇਖ ਕੇ ਜਾਂ ਆਉਣੀਆਂ ਲੋਕ ਸਭਾ ਚੋਣਾਂ ਨੂੰ ਦੇਖ ਕੇ ਐਲਾਨ ਹੋਇਆ ਹੋਊਗਾ ਪਰ ਜੇ 10 ਲੱਖ ਬੰਦਾ ਨੌਕਰੀ ਲੱਜੋਵੇ ਰੋਟੀ ਪੈ ਜਾਵੇ ਚਾਹੇ ਸਿਆਸੀ ਕਾਰਨਾ ਕਰਕੇ ਪੈ ਜਾਵੇ ਸੰਧਾਲੀਆ ਸਭ ਸਾਡਾ ਜਾਂ ਕਿਸੇ ਦਾ ਢਿੱਡ ਦੁਖਦਾ ਕਿਉਂ ਕਹੇ ਕਿ ਜੀ ਸਿਆਸੀ ਕਾਰਨਾ ਕਰਕੇ ਨੌਕਰੀਆਂ ਦਿਓ ਯਾਰ ਤੁਸੀਂ ਬਸ ਨੌਕਰੀਆਂ ਦਿਓ ਜੇ ਇਦਾਂ ਹੀ ਸਮਾਗਮ ਸਾਡੇ ਵੱਲੋਂ ਤਾਂ ਹਰ ਦੂਜੇ ਤੀਜੇ ਦਿਨ 75000 ਨੂੰ ਨਿਯੁਕਤੀ ਪੱਤਰ ਦੋ ਅਸੀਂ ਤਾਂ ਖਬਰਾਂ ਠੋਕ ਕੇ ਪੜਾਂਗੇ ਹੁਣ ਇਸ਼ਤਿਹਾਰਾਂ ਦੀ ਵੀ ਦੌੜ ਹੈ ਪੂਰੀ ਇੱਕ ਹੁਣ ਪੰਜਾਬ ਦੇ ਅਖਬਾਰ ਕੱਢ ਕੇ ਦੇਖ ਲਓ ਪਿਛਲੇ 1-2 ਦਿਨ ਦੇ ਹਮ ਇੱਕ ਸਫਾ ਲੱਗਾ ਆ ਪੰਜਾਬ ਸਰਕਾਰ ਦਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਪੂਰਾ ਸਫਾ ਨਾਲ ਦਾ ਸਫਾ ਕਿ 75 ਹਜ਼ਾਰ ਨੌਜਵਾਨਾਂ ਨੂੰ ਇੱਕੋ ਦਿਨ ਨਿਯੁਕਤੀ ਪੱਤਰ ਦਿੱਤੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਕੇਂਦਰ ਸਰਕਾਰ ਨੇ ਨਵਾਂ ਬੀਲ ਪੱਤਰ ਕੱਢਿਆ ਮੈਂ ਕਹਿੰਦਾ ਦੇ ਲੋ ਇਸ਼ਤਿਹਾਰ ਪਰ ਲੋਕਾਂ ਦਾ ਭਲਾ ਹੋਣਾ ਚਾਹੀਦਾ ਇਸ਼ਤਿਹਾਰ ਦੇਣੇ ਤੁਹਾਡੀ ਮਜਬੂਰੀ ਹੋ ਸਕਦੀ ਹੈ ਪਰ ਸਾਡੇ ਲਈ ਮਜਬੂਰੀ ਹੈ ਕਿ ਪਾਈ ਲੋਕਾਂ ਦਾ ਜੇ ਭਲਾ ਹੁੰਦਾ ਤਾਂਹੀਂ ਥੋੜਾ ਧੰਵਾਦੀ ਕਰਨਾ ਦੋਨੋਂ ਤਰ੍ਹਾਂ ਦਾ ਹਨ ਇਹ ਤਾਂ ਗੱਲ ਹੈਗੀ ਆ ਦੇਖੋ ਜਿਹੜਾ ਵੀ ਮੇਰੇ ਖਿਆਲ ਨਾਲ ਲੋਕਾਂ ਦੇ ਭਲੇ ਵਾਲਾ ਫੈਸਲਾ ਜੀ ਉਹ ਜਿੰਨੀ ਛੇਤੀ ਹੋਵੇ ਉਹਨੀ ਛੇਤੀ ਲੈਣਾ ਚਾਹੀਦਾ ਤੇ ਇਦਾਂ ਦੇ ਭਲੇ ਵਾਲਾ ਫੈਸਲਾ ਆਪਾਂ ਕੱਲ ਵੀ ਥੋੜੀ ਜੀ ਗੱਲ ਕੀਤੀ ਜਾਂਦੇ ਜਾਂਦੇ ਅੱਜ ਚਲੋ ਥੋੜੀ ਜੀ ਜ਼ਿਆਦਾ ਕਰ ਲੈਨੇ ਆ ਕਿਉਂਕਿ ਜਿਹੜੇ ਸ਼ਰਧਾਲੂ ਨੇ ਆਪਾਂ ਦੇਖਦੇ ਆ ਕਿ ਪਹਾੜਾਂ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਨੇ ਵੱਖ-ਵੱਖ ਧਰਮ ਨਾਲ ਸੰਬੰਧਤ ਐਂਡ ਉਹਨਾਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਲਈ ਲੋਕ ਜਾਂਦੇ ਨੇ ਸ਼ਰਧਾਲੂ ਜਾਂਦੇ ਨੇ ਉਹ ਹਿੰਦੂ ਧਰਮ ਨਾਲ ਸੰਬੰਧਤ ਸਥਾਨ ਵੀ ਹੈਗੇ ਨੇ ਸਿੱਖ ਧਰਮ ਨਾਲ ਸੰਬੰਧਤ ਸਥਾਨ ਵੀ ਨੇ ਤੇ ਉਹਨਾਂ ਸਥਾਨਾਂ ਤੱਕ ਪਹੁੰਚਣ ਦੇ ਲਈ ਕਿਉਂਕਿ ਪਹਾੜੀ ਰਸਤਾ ਹੁੰਦਾ برفਾਂ ਪੈ ਜਾਂਦੀਆਂ ਉਹ ਵਿੱਚੋਂ ਰਸਤੇ ਜਿਹੜੇ ਉਹ ਬਾਅਦ ਦੇ ਵਿੱਚ ਮੀਂਹ ਕਣੀ ਦੇ ਨਾਲ ਢਹਿਟੇ ਦੀ ਵੀ ਹੋ ਜਾਂਦੇ ਪਿਛਲੇ ਸਮੇਂ 'ਚ ਉਹ ਆਪਾਂ ਨੂੰ ਯਾਦ ਹੈ ਉਹ ਜਿਹੜੀ ਤਰਾਸਦੀ ਆਈ ਸੀ ਜਿਹਦੇ 'ਚ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ ਸੀਗਾ ਉਹ ਸਾਰੇ ਕੁਸ਼ਤਾ ਕਰਕੇ ਬਹੁਤਾ ਕਰਕੇ ਜਿਹੜਾ ਬੰਦਾ ਇਸ ਪਾਸੇ ਤੁਰਨ ਲੱਗਦਾ ਹਨ ਤੇ ਉਹ ਕਈ ਵਾਰ ਸੋਚਦਾ ਵੀ ਆ ਤੇ ਜੇ ਆਪਾਂ ਸ਼ਰਧਾਲੂ ਦੀ ਗੱਲ ਕਰੀਏ ਤੇ ਬਹੁਤਾ ਕਰਕੇ ਉਮਰ ਦਰਾਜ਼ ਲੋਕ ਵੀ ਹੁੰਦੇ ਆ ਵੀ ਯਾਰ ਬਜ਼ੁਰਗ ਹੋ ਗਿਆ ਹੁਣ ਮਾਂ ਪਿਓ ਚਾਹੁੰਦੇ ਸੀ ਯਾਰ ਵੀ ਸਾਡੇ ਕੋਲ ਪੁੱਤ ਜਾਇਆ ਨਹੀਂ ਗਿਆ ਜੇ ਕਿਸੇ ਤਰ੍ਹਾਂ ਸਾਨੂੰ ਉੱਥੇ ਤੁਸੀਂ ਲੈ ਜਾਓ ਹੈਨਾ ਹੁਣ ਇੱਕ ਤੇ ਉਮਰ ਉਹ ਜੀ ਹੋ ਜਾਂਦੀ ਆ ਦੂਸਰੇ ਪਾਸੇ ਉਹ ਜਿਹੜਾ ਰਸਤਾ ਆ ਉਹ ਬੜਾ ਦੁੱਬਰ ਹੁੰਦਾ ਤੇ ਫਿਰ ਔਖਾ ਹੋ ਜਾਂਦਾ ਉਦੋਂ ਤੱਕ ਜਾਣਾ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਰੋਪੇ ਦਾ ਉਦਘਾਟਨ ਕੀਤਾ ਐਂਡ ਉਹ ਇੱਕ ਸ਼ਾਇਦ ਕਹਿੰਦੇ ਆ ਵੀ ਕੇਦਾਰਨਾਥ ਤੱਕ ਜਾਣਾ ਐਂਡ ਦੂਸਰਾ ਹਿਮਕੁੰਨ ਸਾਹਿਬ ਤੱਕ ਜਾਣਾ ਹੁਣ ਉਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਜਾਂ ਉਹਦਾ ਨੀਂਹ ਪੱਥਰ ਰੱਖਿਆ ਉਹਦੇ ਤੇ ਵੱਖ-ਵੱਖ ਜਥੇਬੰਦੀਆਂ ਨੇ ਧੰਨਵਾਦ ਕੀਤਾ ਜਿਵੇਂ ਸਿੱਖ ਭਾਈਚਾਰੇ ਨੇ ਕਹਾ ਤੇ ਦਿੱਲੀ ਕਮੇਟੀ ਨੇ ਵੀ ਧੰਨਵਾਦ ਕੀਤਾ ਤੇ ਜਿਹਦਾ ਸਾਹਿਬ ਨੇ ਵੀ ਧੰਨਵਾਦੀ ਚਿੱਠੀ ਲਿਖੀ ਆ ਕਿ ਮਹਾਰਾਜਾ ਤੁਸੀਂ ਬਹੁਤ ਵਧੀਆ ਕੰਮ ਕਰ ਦਿੱਤਾ ਦੇਖੋ ਸੰਧਾਲੀਆ ਸਭ 2-3 ਪੱਖ ਨੇ ਮੈਂ ਕਿਹਾ ਕਿ ਜਿੱਥੇ ਕੋਈ ਚੰਗਾ ਕੰਮ ਕਰਦਾ ਸਾਰੀਆਂ ਗੁੰਜਣਾ ਭਰੇ ਰੱਖ ਕੇ ਧੰਨਵਾਦ ਕਰੋ ਦੂਸਰੀ ਗੱਲ ਇਹ ਕਿ ਤੁਸੀਂ ਦੇਖੋ ਕਿ ਉਹ ਥਾਂ ਥੋੜੀ ਹੈ ਜਿਹੜੇ ਬੰਦੇ ਸ਼੍ਰੀ ਹਿਮਕੁੰਡ ਸਾਹਿਬ ਗਏ ਆ ਜਾਂ ਪਾਵਨ ਪਵਿੱਤਰ ਮੰਦਰਾਂ ਦੇ ਦਰਸ਼ਨ ਦੇ ਲਈ ਗਏ ਆ ਉਹਨਾਂ ਨੂੰ ਪਤਾ ਹੈ ਕਿ ਉੱਥੇ ਜਿਹੜੇ ਸ਼ਰਧਾਲੂ ਜਾਂਦੇ ਆ ਉੱਥੇ ਗੱਡੀਆਂ ਖੜੀਆਂ ਕਰਨ ਦੇ ਲਈ ਹੀਠਾ ਪਾਰਕਿੰਗ ਕਿਉਂਕਿ ਉੱਪਰ ਤਾਂ ਪੈਦਲ ਜਾਣਾ ਹੈ ਉਹਨਾਂ ਦੀ ਵੀ ਜਗ੍ਹਾ ਘਟ ਹੈ ਹੁਣ ਜੇ ਸਾਰਾ ਦਿਨ ਲੱਗਦਾ ਹੁਣ ਜਾਣ ਨੂੰ ਉਹੀ ਸਫ਼ਰ ਰੋਪਵੇ ਬਣ ਜਾਊਗਾ 3-4 ਘੰਟੇ ਚ ਮੁਕੰਮਲ ਹੋ ਜਾਊਗਾ ਤੇ ਜਿਹੜੀ ਗੱਡੀ ਸਾਰਾ ਦਿਨ ਜਾਂ ਦੋ ਦਿਨ ਖੜੀ ਰਹਿੰਦੀ ਆ ਉੱਥੇ ਉਹ ਪੰਜਾ ਸੱਤਾ ਘੰਟੇ ਚ ਮੁੜ ਜਾਇਆ ਕਰੂ ਥਾਂ ਖਾਲੀ ਹੋਜੂ ਨਵੀਂ ਗੱਡੀ ਆ ਕੇ ਉੱਥੇ ਖੜ ਜਾਇਆ ਕਰੂ ਜਾਮ ਘਟ ਲੱਗੂਗਾ ਲੋਕਾਂ ਦੇ ਦਿਨ ਘਟ ਲੱਗਣਗੇ ਬਹੁਤ ਸਾਰੇ ਲੋਕ ਨੇ ਜਿਹੜੇ ਇੰਨਾ ਜ਼ਿਆਦਾ ਚੱਲ ਨਹੀਂ ਸਕਦੇ ਕਈਆਂ ਦੀ ਸਿਹਤ ਦੀ ਸਮੱਸਿਆ ਹੁੰਦੀ ਆ ਕਈਆਂ ਦੀ ਉਮਰ ਦੀ ਸਮੱਸਿਆ ਹੁੰਦੀ ਆ ਵੀ ਸੀਮਾਵਾਂ ਨੇ ਆਪੋ ਆਪਣੀਆਂ ਤਾਂ ਜੇ ਕਿਤੇ ਉਹ ਪੈਂਡਾ ਸੌਖਾ ਹੋ ਜਾਊਗਾ ਤਾਂ ਜਿਹੜੇ ਲੋਕ ਦਰਸ਼ਨ ਕਰਨਾ ਚਾਹੁੰਦੇ ਆਪੋ ਆਪਣੀ ਆਸਥਾ ਹੈ ਸਾਰਿਆਂ ਦੀ ਤੇ ਜਿਨ੍ਹਾਂ ਨੂੰ ਲੱਗਦਾ ਕਿ ਪਾਈ ਇਹ ਸੰਭਵ ਆ ਸਾਡੇ ਲਈ ਅਸੀਂ ਤਾਂ ਵੀਡੀਓ ਚ ਦੇਖਦੇ ਆ ਹੋ ਸਕਦਾ ਕਿ ਉਹ ਵੀ ਉੱਥੇ ਆਪੜ ਸਕਣਗੇ ਆਪੋ ਆਪਣੀ ਸਮਰੱਥਾ ਨਾ ਤੇ ਉਹ ਜਿਹੜੇ ਘੱਟ ਸਮਰੱਥ ਵਾਲੇ ਲੋਕ ਆ ਸ਼ਾਇਦ ਉਹ ਵੀ ਪਹੁੰਚਣ ਲੱਗ ਪੈਣ ਠੀਕ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਧੰਨਵਾਦ ਕਰਨਾ ਤਾਂ ਬਣਦਾ ਹੀ ਆ ਹਨ ਨਹੀਂ ਮੇਰਾ ਖਿਆਲ ਇਹ ਉਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ ਆਮ ਤੌਰ ਤੇ ਹੋ ਸਕਦਾ ਕੋਈ ਦੇਤੇ ਵੀ ਜੇ ਕੱਲ ਨੂੰ ਆਖੇ ਜੀ ਸਿਆਸਤ ਕਰਨੀ ਕਿਸ ਤਰ੍ਹਾਂ ਦੀ ਜੀ ਸਦਕੀ ਗਈ ਜਾਵੇ ਪਰ ਸਿਆਸਤ ਆਪਣੀ ਥਾਂ ਤੇ ਆ ਪਰ ਜਿਹੜੀ ਚੀਜ਼ ਚੰਗੀ ਆ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਚਾਹੇ ਆਪਾਂ ਇਹ ਰੂਪ ਇਹਦੀ ਗੱਲ ਕਰ ਲਈਏ ਕੇਂਦਰ ਸਰਕਾਰ ਜੇ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਆ ਤੇ ਆਪਣੇ ਵੱਲੋਂ ਤੇ ਆਪਾਂ ਜਿੰਨਾ ਕਹੀਏ ਵੀ ਉਨਾ ਹੀ ਵਧਾਇਆ ਜਾਣਾ ਚਾਹੀਦਾ ਪਰ ਦੂਸਰੇ ਪਾਸੇ ਗੱਲ ਇਹ ਆ ਵਾਟਸਾਪ ਕਿ ਵੀ ਇਹ ਸਾਰੇ ਕੁਝ ਦੇ ਨਾਲ-ਨਾਲ ਜਿਹੜੀਆਂ ਸਿਆਸਤ ਦੀਆਂ ਖਬਰਾਂ ਨੇ ਆਪਾਂ ਉਹ ਨਾ ਭੁੱਲ ਜਾਈਏ ਐ ਐਸਜੀਪੀਸੀ ਦਾ ਜਿਹੜਾ ਜਲਾਸ ਹੋਣਾ 9 ਨਵੰਬਰ ਨੂੰ ਉਦੋਂ ਲੈ ਕੇ ਹੁਣ ਹਾਲੀ ਹਾਲੀ ਨੂੰ ਲੱਗਦਾ ਵੀ ਆਮ ਤੌਰ ਤੇ ਤੇ ਪਹਿਲਾਂ ਵੀ اجلاس ਦੀ ਖਬਰ ਆਉਂਦੀ ਹੁੰਦੀ ਸੀ ਫਿਰ ਉਸ ਦਿਨ ਜਦੋਂ اجلاس ਹੁੰਦਾ ਸੀ ਉਦੋਂ ਖਬਰ ਆਉਂਦੀ ਹੁੰਦੀ ਸੀ ਵੀ ਹਾਂਜੀ ਇਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜੀ ਪਰ ਇਸ ਵਾਰ ਲੱਗਦਾ ਵੀ ਜਦੋਂ ਤੱਕ اجلاس ਹੋਣਾ ਤੇ ਜਦੋਂ ਤੱਕ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਣੀ ਆ ਉਹਨੇ ਦਿਨਾਂ ਤੱਕ ਖਬਰਾਂ ਦੇ ਕਈ ਰੰਗ ਹੋਣੇ ਆ ਕਿਉਂਕਿ ਹੁਣ ਜਿੱਦਾਂ ਬੀਬੀ ਜ਼ਗੀਰ ਕੌਰ ਹੋਰਾਂ ਨੇ ਖੁੱਲ ਕੇ ਗੱਲ ਕਹਿ ਦਿੱਤੀ ਹੈ ਕਿ ਵੀ ਮੈਂ ਤੇ ਇਲੈਕਸ਼ਨ ਲੜਨੀ ਲੜਨੀਆਂ ਤੇ ਨਾਲ ਉਹਨਾਂ ਨੇ ਸੰਪਰਕ ਵੀ ਕਹਿੰਦੇ ਸਾਧਨਾ ਸ਼ੁਰੂ ਕਰ ਦਿੱਤਾ ਵੱਖ-ਵੱਖ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਉਹਦੇ ਤੋਂ ਲੱਗਦਾ ਵੀ ਇਹ ਜਿੰਨੇ ਦਿਨਾਂ ਤੱਕ ਇਹ ਕੰਮ ਹੁੰਦਾ ਨਿਬੜਦਾ ਨਹੀਂਗਾ ਉੰਨੀ ਦੇਰ ਤੱਕ ਇਹ ਖਬਰਾਂ ਚੱਲਣਗੀਆਂ ਇਹਦੀਆਂ ਨਹੀਂ ਦੇਖੋ ਸੰਧਾਲੀਆ ਸਾਹਿਬ ਇਹਦੇ 2-3 ਵੱਖੋ-ਵੱਖਰੇ ਪੱਖ ਨੇ ਇੱਕ ਐਸਪੀਸੀ ਦੇ ਮੈਂਬਰ ਆ ਮੇਜਰ ਸਿੰਘ ਢਿੱਲੋਂ ਹੁਣ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਦੇ ਕੋਲੇ ਆਪਣੇ ਜਾ ਸਕਦੇ ਆ ਅਕਾਲੀ ਦਲ ਦੇ ਮੈਂਬਰ ਨੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਰੇ ਪਾਸੇ ਜਿਹੜਾ ਮਰਜ਼ੀ ਬੰਦਾ ਜਾ ਸਕਦਾ ਕੋ ਖੁੱਲ ਹੈ ਪੂਰੀ ਭਾਈ ਹੁਣ ਮਾਹਿਰ ਹਲਕੇ ਕਹਿ ਰਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿਹੜੀ ਹੈ ਉਹਦੇ ਕਰਕੇ ਲਾਮਬੰਦੀਆਂ ਨੇ ਮੁਲਾਕਾਤ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਨਾਲ ਉਹਨਾਂ ਦੀ ਹੋ ਗਈ ਪੱਤਰਕਾਰਾਂ ਨੇ ਪੁੱਛਿਆ ਉਹ ਕਹਿੰਦੇ ਜੀ ਆਏ ਸੀ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਬੀਬੀ ਜਗੀਰਕੌਰ ਜੀ ਦਾ ਵੀ ਸਵੇਰੇ ਫੋਨ ਆਇਆ ਸੀ ਹੁਣ ਹੋਰ ਵੀ ਕਈ ਐਸਜੀਪੀਸੀ ਮੈਂਬਰ ਹੋਣਗੇ ਹੁਣ ਇਹਦਾ ਮਤਲਬ ਹੈ ਕਿ ਸਾਰਿਆਂ ਨੇ ਇੱਕ ਦੂਜੇ ਨੂੰ ਟੋਣਾ ਸ਼ੁਰੂ ਕਰਤਾ ਇਹਦੇ ਦੋ ਤਿੰਨ ਪੱਖ ਨੇ ਕਿਉਂਕਿ ਬੀਬੀ ਜਗੀਰਕੌਰ ਨੇ ਜਿਸ ਤਰੀਕੇ ਇਹ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਇੱਛਾ ਜ਼ਾਹਿਰ ਕੀਤੀ ਹੈ ਕਿ ਮੈਂ ਐਸ்சிਪੀਸੀ ਦੀ ਪ੍ਰਧਾਨ ਦੀ ਚੋਣ ਲੜਨੀ ਹੈ ਬੀਬੀ ਜੀ ਚਾਰਕਵਾਰੀ ਪ੍ਰਧਾਨ ਬਣ ਹਟੇ ਪਹਿਲਾਂ ਤਜਰਬਾ ਹੈ ਤੇ ਉਹ ਕਹਿੰਦੇ ਜੀ ਮੈਂ ਪਾਰਟੀ ਦੀ ਬਾਕੀ ਸੀਨੀਅਰ ਲੀਡਰਸ਼ਿਪ ਨੂੰ ਵੀ ਦੱਸਤਾ ਮੈਂ ਕਹਿੰਦੇ ਜੀ ਐਸ்சிਪੀਸੀ ਦੇ ਮੈਂਬਰਾਂ ਨੂੰ ਮਿਲਣਾ ਵੀ ਸ਼ੁਰੂ ਕਰਤਾ ਹੈ ਤੇ ਜੇ ਤੁਸੀਂ ਪਿਛਲੇ 15 20 ਦਿਨਾਂ ਦੀਆਂ ਸਰਗਰਮੀਆਂ ਦੇਖੋ ਤਾਂ ਕਦੇ ਬਾਦਲਪਿੰਡ 'ਚ ਐਸ்சிਪੀਸੀ ਦੇ ਮੈਂਬਰਾਂ ਨੂੰ ਸੱਦਿਆ ਜਾਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਗੱਲਬਾਤ ਕਰਦੇ ਆ ਕਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਆ ਤੇ ਐਸ்சிਪੀਸੀ ਦੇ ਮੈਂਬਰਾਂ ਨਾਲ ਸਪੈਸ਼ਲ ਮੁਲਾਕਾਤਾਂ ਹੁੰਦੀਆਂ ਲਾਂਬਨ ਦੀ ਤਾਂ ਸਾਰੀ ਦੇਖੀ ਜਾ ਰਹੀ ਹੈ ਨਾ ਦੇਖੋ ਹੁਣ ਤੱਕ ਕੀ ਹੁੰਦਾ ਸੀ ਐਸ்சிਪੀਸੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਮੈਂਬਰ ਬੈਠਦੇ ਸੀ ਆਮ ਤੌਰ ਤੇ ਸਾਰੇ ਅਧਿਕਾਰ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਦਿੱਤੇ ਜਾਂਦੇ ਸੀ ਉਹ ਫਿਰ ਇੱਕ ਨਾਂ ਦੀ ਚੋਣ ਕਰਦੇ ਸੀ ਉਹ ਕਹਿੰਦੇ ਐਸ்சிਪੀਸੀ ਦੇ ਮੈਂਬਰਾਂ ਦੇ ਸਹਿਮਤੀ ਦੇ ਨਾਲ ਕੀਤੀ ਹੈ ਉਹਦੇ ਉੱਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੋਟਾਂ ਪਾਉਂਦੇ ਸੀ ਉਹ ਪ੍ਰਧਾਨ ਬਣ ਜਾਂਦੇ ਸੀ ਕਦੇ ਇਦਾਂ ਹੋਇਆ ਨਹੀਂ ਸੀ ਟੌੜਾ ਸਾਹਿਬ ਦੇ ਟਾਈਮ 'ਚ ਵੀ ਜਿੰਨੀ ਦੇਰ ਉਹਨਾਂ ਨੇ ਪਾਰਟੀ ਸਰਬਹਿੰਦ ਅਕਾਲੀ ਦਲ ਨਵਾਂ ਨਹੀਂ ਬਣਾਇਆ ਸੀ ਵੱਖਰਾ ਕਿ ਭਾਈ ਅਕਾਲੀ ਦਲ ਦੇ ਵਿੱਚੋਂ ਕੋਈ ਲੀਡਰ ਕੋਈ ਐਸ்சிਪੀਸੀ ਦਾ ਮੈਂਬਰ ਪਹਿਲੇ ਮਾਂ ਖੜੀ ਕਰਕੇ ਆਖੇ ਮੈਂ ਇਲੈਕਸ਼ਨ ਲੜਨੀ ਹੈ ਤੇ ਮੈਂ ਪ੍ਰਧਾਨ ਜੀ ਨੂੰ ਦੱਸਦਾ ਮੈਂ ਮਿਲਣਾ ਸ਼ੁਰੂ ਕਰ ਦਿੱਤਾ ਹੁਣ ਇੱਕ ਤਾਂ ਇਹ ਵੀ ਪੱਖ ਲਿਆ ਜਾ ਰਿਹਾ ਕਿਤੇ ਇਦਾਂ ਤਾਂ ਨਹੀਂ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਇਹ ਚਰਚਾ ਚੱਲਦੀ ਸੀ ਦਾਦੂਵਾਲ ਸਾਹਿਬ ਕਹਿੰਦੇ ਸੀ ਬਾਕੀ ਬੰਦੇ ਕਹਿੰਦੇ ਲਫਾਫਾ ਕਲਚਰ ਚੱਲਦਾ ਪਰਚੀ ਆਉਂਦੀ ਹੈ ਕਿ ਕਿਤੇ ਉਸ ਗੱਲ ਨੂੰ ਪਰੇ ਉਲਟਣ ਦੇ ਲਈ ਉਸ ਗੱਲ ਨੂੰ ਥੱਲੇ ਲਾਉਣ ਦੇ ਲਈ ਇਦਾਂ ਤਾਂ ਨਹੀਂ ਕਿ ਭਾਈ ਇੱਕ ਦੋ ਬੰਦਿਆਂ ਤੋਂ ਪਹਿਲਾਂ ਐਲਾਨ ਕਰਾਇਆ ਜਾਊਗਾ ਕਿ ਭਾਈ ਤੁਸੀਂ ਕਹੋ ਅਸੀਂ ਇਲੈਕਸ਼ਨ ਲੜਨੀ ਹੈ ਤੇ ਇੱਥੇ ਇਲੈਕਸ਼ਨ ਲੜਨ ਦਾ ਮੌਕਾ ਸਾਰਿਆਂ ਨੂੰ ਦਿੱਤਾ ਜਾਂਦਾ ਹੈ ਜਾਂ ਦੂਸਰੇ ਪਾਸੇ ਕਿਤੇ ਇਦਾਂ ਤਾਂ ਨਹੀਂ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਮੈਂਬਰਾਂ ਦੇ ਵਿੱਚੋਂ ਕੁਝ ਬੰਦੇ ਇਹ ਸੋਚਦੇ ਆ ਕਿ ਭਾਈ ਸਾਨੂੰ ਪ੍ਰਮਾਨਗੀ ਲੈਣ ਦੀ ਕੀ ਲੋੜ ਹੈ ਸਾਡਾ ਜੀ ਕਰਦਾ ਅਸੀਂ ਇਲੈਕਸ਼ਨ ਲੜਨੀ ਹੈ ਜਾਨੀ ਇਹ ਉਹ ਸਮਾਂ ਹੈ ਜਦੋਂ ਭਾਜਪਾ ਨਾਲੋਂ ਗੱਠ ਜੋ ਟੁੱਟ ਚੁੱਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਤੇ ਸੀਮਤ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਜ਼ਮਾਨਤ ਜ਼ਬਤ ਹੋਈ ਹੈ ਜਦੋਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਨੋਟਿਸ ਭੇਜਿਆ ਜਾ ਚੁੱਕਿਆ ਹੈ ਬੜਾ ਕੁਝ ਹੋ ਰਿਹਾ ਹੈ ਜਾਨੀ ਕਿ ਆਉਣ ਵਾਲੇ 15 ਦਿਨ 9 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨ ਸਕੱਤਰ ਤੇ 11 ਕਾਰਜਕਾਰੀ ਮੈਂਬਰਾਂ ਦੀ ਚੋਣ ਹੋਣੀ ਹੈ ਬਹੁਤ ਜ਼ਿਆਦਾ ਸੰਵੇਦਨਸ਼ੀਲ ਦਿਨ ਹੋਣਗੇ 15 ਸ਼੍ਰੋਮਣੀ ਅਕਾਲੀ ਦਲ ਦੇ ਲਈ। ਅਣੀ ਇਹ ਤੇ ਗੱਲ ਹੈਗੀ ਆ ਵੇਖੇ ਬਹੁਤਾ ਕਰਕੇ ਤੇ ਇਸ ਚੀਜ਼ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਲਾਇਆ ਜਾ ਰਿਹਾ ਸੀ ਕਿਉਂਕਿ ਜਿੱਦਾਂ ਬੀਬੀ ਜ਼ਗੀਰ ਕੌਰ ਹੋਰਾਂ ਹੀ ਮੇਰਾ ਖਿਆਲ ਪਿਛਲੀ ਵਾਰ ਵੀ ਜਦੋਂ ਇਲਾਸ ਹੋਇਆ ਸੀ ਐਂਡ ਉਦੋਂ ਵੀ ਜੇ ਆਪਾਂ ਖਬਰਾਂ ਯਾਦ ਕਰੀ ਤੇ ਚਰਚਾ ਉਦੋਂ ਵੀ ਚੱਲਦੀ ਸੀ ਵੀ ਸ਼ਾਇਦ ਬੀਬੀ ਜ਼ਗੀਰ ਕੌਰ ਹੋਰਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਫਿਰ ਅਚਾਨਕ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ ਤਾਂ ਸਭ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ। ਐਂਡ ਉਹਦੋਂ ਤੋਂ ਹੀ ਕਿਤਨਾ ਕਿਤੇ ਕੁਛ ਨਾ ਕੁਛ ਰਿੱਜਦਾ ਪੱਕਦਾ ਜਾਂ ਤੁਰਿਆ ਫਿਰਦਾ ਸੀ ਇਹ ਸ਼੍ਰੋਮਣੀ ਕਾਲਦਲ ਦੇ ਵਿੱਚ ਹੁਣ ਮਨ ਲੱਗਦਾ ਵੀ ਪਿਛਲੇ ਜੇ ਆਪਾਂ ਚੰਦਕ ਸਾਲਾਂ ਤੋਂ ਦੇਖ ਲਈਏ ਤੇ ਖਾਸ ਕਰਕੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦੇ ਵਿੱਚ ਇਹ ਨਾਰਾਜ਼ਗੀ ਵਾਲਾ ਦੌਰ ਚੱਲੀ ਜਾਂਦਾ ਪਹਿਲਾਂ ਢੀਂਸਾ ਸਾਹਿਬ ਚੱਲ ਗਏ ਉਹ ਐਸੇ ਗਏ ਕਿ ਮੁੜੇ ਹੀ ਨਹੀਂ ਮੁੜ ਕੇ ਫੇਰ ਆਪਾਂ ਨਾਲ ਉਹ ਬ੍ਰਹਮਪੁਰਾ ਸਾਹਿਬ ਦੀ ਗੱਲ ਕਰ ਲਈਏ ਉਹ ਗਏ ਉਸ ਤੋਂ ਬਾਅਦ ਫਿਰ ਵਾਪਸ ਆ ਗਏ ਜਨਾਲਾ ਸਾਹਿਬ ਉਹ ਗਏ ਪਰ ਉਹਨਾਂ ਦੇ ਪੁੱਤਰ ਵਾਪਸ ਆ ਗਏ ਉਹ ਆਏ ਕਿ ਨਹੀਂ ਆਏ ਉਹਨਾਂ ਬਾਰੇ ਕੁਝ ਪਤਾ ਨਹੀਂ ਲੱਗਿਆ ਜੇ ਆਪਾਂ ਸਖਵਾਂ ਸਾਹਿਬ ਦੀ ਗੱਲ ਕਰੀਏ ਤੇ ਉਹ ਟੋਟਲੀ ਬਾਹਰ ਰਹੇ ਉਸ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਉਹਨਾਂ ਆਵਾਦ ਦੀ ਪਾਰਟੀ ਚੱਲ ਗਈ ਜੀ ਆਪਾਂ ਪਿਛਲੇ ਸਮੇਂ ਵਿੱਚ ਗੱਲ ਸੁਣੀ ਸੀ ਤੇ ਉਦੋਂ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਵੀ ਵਿੱਚ ਵਿੱਚ ਥੋੜੀ ਜੀ ਨਾਰਾਜ਼ਗੀ ਪ੍ਰਗਟ ਕਰਦੇ ਸੀ ਫਿਰ ਅਚਾਨਕ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਇਕੱਠੇ ਹੁੰਦੇ ਆ ਹੁਣ ਵੀ ਵਜ਼ਗੀਰ ਕੌਰ ਹੋਈ ਇਹ ਕਹਿਣ ਲੱਗ ਪਏ ਯਾਨੀ ਕਿ ਇਹ ਜਿਹੜੀ ਸੀਨੀਅਰ ਲੀਡਰਸ਼ਿਪ ਦਾ ਥੋੜਾ ਜਿਹਾ ਨਾਰਾਜ਼ਗੀ ਜ਼ਾਹਰ ਕਰਨਾ ਉਸ ਤੋਂ ਬਾਅਦ ਜਾਂ ਪਾਸੇ ਚਲੇ ਜਾਣਾ ਜਾਂ ਫਿਰ ਵਾਪਸ ਆ ਜਾਣਾ ਇਹ ਜੋ ਕੁਝ ਵੀ ਚੱਲ ਰਿਹਾ ਕੋਈ ਚੰਗਾ ਸੰਕੇਤ ਨਹੀਂ ਕਿਉਂਕਿ ਪਾਰਟੀ ਜੇ ਇਕਮੁੱਠ ਨਹੀਂ ਹੋ ਗਈ ਪਾਰਟੀ ਇਕੱਠੀ ਨਹੀਂ ਹੋਊਗੀ ਤੇ ਫਿਰ ਆਪਾਂ ਕਿਵੇਂ ਆਸ ਕਰ ਸਕਦੇ ਹਾਂ ਕਿ ਉਹ ਪੂਰੀ ਚੜ੍ਹਾਈ ਨਾਲ ਵਿਰੋਧੀਆਂ ਦਾ ਟੱਕਰਾ ਕਰ ਸਕਦੀ ਹੈ ਹੁਣ ਮੈਨੂੰ ਲੱਗਦਾ ਹੈ ਕਿ ਇਹ 9 ਤਰੀਕ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਲਈ ਬੜੀ ਔਖੀ ਘੜੀ ਹੈ ਵੀ ਪਾਰਟੀ ਨੂੰ ਵੀ ਜੋੜ ਕੇ ਰੱਖਣਾ ਤੇ ਇਹ ਪ੍ਰਭਾਵ ਨਹੀਂ ਜਾਣ ਦੇਣਾ ਕਿ ਸਾਰਾ ਕੁਝ ਅੱਛਾ ਨਹੀਂ ਹੈ ਨਹੀਂ ਜ਼ਰੂਰੀ ਹੈ ਸੰਧਾਲੀਆ ਸਭ ਤੇ ਦੂਸਰੇ ਪਾਸੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੰਡੀਅਨ ਨੈਸ਼ਨਲ ਲੋਕਦਲ ਚੋਟਾਲਿਆਂ ਦੀ ਪਾਰਟੀ ਹੈ ਹੁਣ ਅਦਾਲਤ ਨੇ ਇਧਰਲੇ ਪਾਸੇ ਨੂੰ ਧਿਆਨ ਕੀਤਾ ਕਿਉਂਕਿ ਚਾਰ ਲੀਡਰ ਨੇ ਹਰਿਆਣੇ ਦੇ ਓਮਪ੍ਰਕਾਸ਼ ਚਟਾਲਾ ਉਹਨਾਂ ਦਾ ਪੁੱਤ ਅਜੇ ਚਟਾਲਾ ਤੇ ਦੋ ਲੀਡਰ ਹੋਰ ਨੇ ਜਿਨ੍ਹਾਂ ਨੂੰ ਵੱਖ-ਵੱਖ ਕੇਸਾਂ 'ਚ سزا ਹੋਈ ਹੈ ਭੁਗਤ ਲਈ ਜਾਂ ਨਹੀਂ ਭੁਗਤ ਲਈ ਉਹ ਵੱਖਰੀ ਗੱਲ ਹੈ ਚਾਰੇ ਪੈਨਸ਼ਨ ਲੈਂਦੇ ਆ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਰਹੇ ਚੁੱਕੇ ਆ ਐਮ ਐਲ ਏ ਤੇ ਪੈਨਸ਼ਨ ਮਿਲਦੀ ਉਹ ਅਦਾਲਤ ਨੇ ਪੁੱਛਿਆ ਕਹਿੰਦੇ ਜੀ ਅਪਰਾਧਿਕ ਕੇਸਾਂ ਦੇ ਵਿੱਚ ਤੁਹਾਨੂੰ ਸਜ਼ਾ ਹੋਈ ਹੈ ਕਿਉਂ ਨਾ ਤੁਹਾਡੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ ਕਿ ਤੁਸੀਂ ਫਿਰ ਪੈਨਸ਼ਨ ਦੇ ਹੱਕਦਾਰ ਰਹਿ ਜਾਂਦੇ ਹੋ ਜੋ ਤੁਸੀਂ ਕਿਸੇ ਕੇਸ ਦੇ ਵਿੱਚ ਦੋਸ਼ੀ ਪਾਏ ਜਾਂਦੇ ਹੋ ਤਾਂ ਤੁਹਾਨੂੰ ਸਜ਼ਾ ਹੋ ਜਾਂਦੀ ਹੈ ਤੁਸੀਂ ਭੁਗਤ ਰਹੇ ਹੋ ਜੋ ਭੁਗਤ ਲਈ ਹੈ ਸਜ਼ਾ ਹੁਣ ਜੇ ਅਦਾਲਤ ਇਧਰਲੇ ਪਾਸੇ ਨੂੰ ਗੱਲ ਲੈ ਗਈ ਕਿਉਂਕਿ ਇਹ ਚਰਚਾ ਦਾ ਵਿਸ਼ਾ ਨਹੀਂ ਸੀ ਕਦੇ ਆਪਣੇ ਕਈ ਲੀਡਰਾਂ ਸਜ਼ਾ ਹੋ ਜਾਂਦੀ ਹੈ ਕਈ ਲੀਡਰ ਦੋਸ਼ੀਕਰਾਰ ਦੇ ਦਿੱਤੇ ਜਾਂਦੇ ਆ ਪਰ ਪੈਨਸ਼ਨ ਬੰਦ ਹੁੰਦੀ ਨਹੀਂ ਸੀ ਕਦੇ ਸੁਣੀ ਤੇ ਜੇ ਹੁਣ ਹਰਿਆਣੇ ਦੇ ਨਾ ਚਾਰ ਲੀਡਰਾਂ ਤੇ ਆ ਖਤਰੇ ਦੀ ਤਲਵਾਰ ਲਟਕਣ ਲੱਗੀ ਹੈ ਅਦਾਲਤ ਦਾ ਧਿਆਨ ਇਧਰਲੇ ਪਾਸੇ ਗਿਆ ਤੇ ਜੇ ਕਿਤੇ ਇਦਾਂ ਦਾ ਕੋਈ ਫੈਸਲਾ ਸੰਧਾਲੀਆ ਸਾਹਿਬ ਹੋ ਗਿਆ ਤੇ ਲੀਡਰ ਭਾਈਚਾਰੇ ਦੇ ਲਈ ਇੱਕ ਹੋਰ ਔਖੀ ਘੜੀ ਹੋਣੀ ਆ ਬਥੇਰੇ ਨੇ ਸੁਖ ਨਾ ਇਦਾਂ ਦੇ। ਆਹਨੇ ਇਹ ਤੇ ਗੱਲ ਮਾੜੀ ਇਹਦੇ ਇਹਨੂੰ ਤਾਂ ਕਹਿੰਦੇ ਨੇ ਉਮਰ ਭਰ ਦੀ سزا ਕਿ ਜੇ ਮੰਨ ਲਓ ਵੀ ਕੋਈ ਸਾਲ 2 ਸਾਲ سزا ਕੱਟੀ ਵੀ ਜਾਂਦੀ ਆ ਇਸ ਦਾ ਚਲੋ ਚਟਾਲਾ ਸਾਹਿਬ ਨੇ ਤੇ 10 ਸਾਲ ਕੱਟੀ ਸੀਗੀ ਪਰ ਜੇ ਇਹੋ ਜੀ سزا ਦਾ ਹੋ ਜਾਂਦਾ ਐਲਾਨ ਨਾਲ ਵੀ ਮਹਾਰਾਜ ਵੀ ਇੱਕ ਤਾਂ ਤੁਸੀਂ ਇਹ ਇਹ ਕੰਮ ਕੀਤਾ ਉਹਦਾ ਕਰਕੇ ਤੁਹਾਨੂੰ سزا ਮਿਲਦੀ ਪਲੱਸ ਜਿਹੜਾ ਕੋਈ ਪੈਨਸ਼ਨ ਵਾਲਾ ਸਹੂਲਤ ਸੀਗੀ ਉਹ ਵੀ ਅਸੀਂ ਤੁਹਾਡੀ ਵਾਪਸ ਲੈ ਲੈਣੀ ਹੈ ਉਹ ਮੇਰੇ ਖਲਾ ਜਾਦਾ ਓਕੀ ਗੱਲ ਹੈ ਕਿਉਂਕਿ ਸਜ਼ਾ ਤੇ ਬੰਦਾ ਚਲੋ 6 ਮਹੀਨੇ ਸਾਲ ਬਾਅਦ ਭੁੱਲ ਜਾਂਦਾ ਉਹ ਫੇਰ ਇਲੈਕਸ਼ਨਾਂ ਰੈਲੀਆਂ ਸਾਰੇ ਕੁਝ ਦੇ ਵਿੱਚ ਚਲ ਜਾਂਦਾ ਪਰ ਜਦੋਂ ਮਹੀਨੇ ਬਾਅਦ ਫਿਰ ਉਹ ਜਿਹੜਾ ਖਜ਼ਾਨੇ ਚ ਕੁਛ ਨਾ ਕੁਛ ਡਿੱਗਦਾ ਸੀਗਾ ਉਹ ਡਿੱਗ ਨਾੜ ਜਾਂਦਾ ਫੇਰ ਤੇ ਹਰ ਮਹੀਨੇ ਚੇਤਾ ਜਾ ਆਉਂਦਾ ਵੀ ਯਾਰ ਕੁਝ ਆਇਆ ਹੀ ਨਹੀਂ ਅੱਗੇ ਤੇ ਆਉਂਦਾ ਹੁੰਦਾ ਸੀ ਫਸਾ ਨਹੀਂ ਬਾਵਾ ਸਾਲਾ ਉਧਰ ਆ ਚਲੋ ਆਪਣੇ ਹੁਣ ਜਾਣ ਦਾ ਟਾਈਮ ਹੋ ਗਿਆ ਵਟਸਐਪ ਚਲੀਏ ਜੀ ਫਿਰ ਲੋਏ ਲੋਏ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਲੋ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਭੇਜ ਰਹੇ ਨੇ ਉਹਦੇ ਲਈ ਬੜੇ ਧੰਨਵਾਦੀ ਆ ਇਸ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਕਰ ਦਿੰਨੇ ਹੋ ਉਹਦੇ ਲਈ ਬੜੇ ਧੰਨਵਾਦੀ ਆ ਜੀ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ